अपना टीवी न्यूजीलैंड चैनल 36 ते दर्शकों का मुड़ तो स्वागत है। आज एक खास मुलाकात का प्रोग्राम जो असी उलीकिया दोस्तों, पंजाबियों का एक सुभा है कि राजनीति ते धर्म नू लैके हमेशा उन्हां दे माइंड च पूरा दिन कुछ ना कुछ चलता रहिंदा। सवेरे उठदिया सार उन्होंने देखना कि की चल रहा, केजरीवाल हुण कित्थे आ, कैप्टन या होर जिहड़ी वी पार्टियां ते जिहड़े मीडिया हाउसिज ने पंजाब दे और या मैं कहूँगा भारत दे भी, उन्होंने इस चीज़ नू एक्सप्लॉयट करन वास्ते उन्होंने नवें नवें तरीके इजाद किए ने। हुण तां वैसे भी जिहड़ा ये युग है अपना टेक्नोलॉजी का युग है, इत्थे फेसबुक, सोशल मीडिया, ट्वीटर सारा कुछ हैगा। पर जो अजकल दुनिया दे विच जिहड़ी एक सब तो जिहड़ा सक्सैसफुल फॉर्मूला चल रहा वो हैगा इनफोटेनमेंट। हुण पढ़ भी सकते हैं तुसीं, खबर सुन भी सकते हैं, यूट्यूब देख सकते, पर जो इनफोटेनमेंट दे थ्रू किसी दे कन्ना च भावें जिन्नी मर्जी मैल फसी होवे पर जाके उत्थे खबर जा वजनी है, उस चीज़ दे मार ने स्वर्ण टैणा भाजी अते भैन जी हरमन टिंड थिंड ते वेलकम है भाजी अपना टैलीविजन न्यूजीलैंड ते भैन जी तुहाडा स्वागत है। न्यूजीलैंड किद्दां बन गया सबब, कदी तुहानू कनेडा वेखीदा, कदी तुहानू अमेरिका वेखीदा, यूरोप तुसीं तां इधरला पासा कदी तकिया ही नहीं सीगा। ਉੱਤਰ ਤੁਸੀਂ ਦਿਓਗੇ ਕਿ ਮੈਂ ਦੇਵਾਂ? ਪਹਿਲਾਂ ਤੁਸੀਂ ਦੇ ਦਿਓ ਫਿਰ ਮੇਰੀ ਵਾਰੀ। ਗੱਲ ਇਹ ਹੈ ਜੀ, ਇੱਕ ਤਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਠੀਕ ਹੈ ਜੀ, ਉੱਤਮ ਜੀ ਤੁਸੀਂ ਬੜਾ ਉੱਤਮ ਸਵਾਲ ਪੁੱਛਿਆ ਤੇ ਇਹ ਹਰਮਨ ਟਿੰਡ ਨਹੀਂ ਗੇ। ਉੱਤਰ ਟਿੱਪੀ ਦਾਦਾ ਥਿੰਦ ਉਚਾਰਨ ਦੇ ਵਿੱਚ ਕਈ ਵਾਰ ਅੱਗੇ ਪਿੱਛੇ ਹੋ ਜਾਂਦਾ। ਠੀਕ ਹੈ। ਦੂਜੀ ਗੱਲ ਇਹ ਹੈ ਜੀ ਕਿ ਅਸਲ ਦੇ ਵਿੱਚ ਅਸੀਂ ਨਾ ਧੰਨਵਾਦੀ ਹਾਂ ਸਾਂਝ ਕਲੱਬ ਦੇ, ਸਾਂਝ ਸਪੋਰਟਸ ਕਲਚਰ ਕਲੱਬ। ਬਿਲਕੁਲ ਜੀ, ਹਾਂਜੀ। ਉਹਨਾਂ ਨੇ ਇਸ ਤੋਂ ਪਹਿਲਾਂ ਚਰਨਲ ਖਾਰੀ ਨੂੰ, ਅੱਛਾ ਜੀ, ਤੇ ਸਾਹ ਪਨਗੋਟਾ, ਬਿੱਟੂ ਚੱਕਵਾਲਾ, ਅੱਛਾ, ਤੇ ਰਾਣਾ ਮਾਧੋ ਝੰਡੀਆ, ਇਹ ਚਾਰ ਜਿਹੜੇ ਲਿਖਾਰੀ ਆ ਜਿਨ੍ਹਾਂ ਨੇ ਜਵਾਨ ਉਮਰੇ ਬਹੁਤ ਚੰਗੀ ਗੀਤਕਾਰੀ ਕੀਤੀ ਹੈ, ਜਿਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਮਨ ਦਾ ਮੋਰ ਪਹਿਲਾਂ ਪਾਉਂਦਾ, ਉਹਨਾਂ ਨੂੰ ਬੁਲਾਇਆ ਤੇ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਹੁਣ ਬੁਲਾਇਆ ਤੇ ਅਸੀਂ ਬਸਰਾ ਪਰਿਵਾਰ ਦੇ ਅਜੀਤਪਾਲ ਜੀ ਦੇ, ਸੁਖਵਿੰਦਰ ਸਿੰਘ ਬਸਰਾ ਜੀ ਦੇ, ਜਸਵਿੰਦਰ ਸਿੰਘ ਬਸਰਾ ਜੀ ਦੇ ਬੇਹੱਦ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਇੱਥੇ ਸਾਨੂੰ ਪੰਜਾਬੀਆਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ। ਅਗਲੀ ਗੱਲ ਇਹ ਆ ਵੀ ਅਸੀਂ ਇਹਨਾਂ ਨੂੰ ਕਿਵੇਂ ਜਾਣਦੇ ਜਾਂ ਇਹ ਸਾਨੂੰ ਕਿਵੇਂ ਜਾਣਦੇ, ਇਹੀ ਮੇਰੇ ਦਿਮਾਗ 'ਚ ਆ ਰਿਹਾ। ਬਿਲਕੁਲ, ਅਸਲ ਦੇ ਵਿੱਚ ਚੱਜ ਦਾ ਵਿਚਾਰ ਪ੍ਰੋਗਰਾਮ ਆਉਂਦਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਜਿਹੜਾ ਕਿ ਕੈਨੇਡਾ ਤੋਂ ਚੱਲਦਾ, ਉਹਦੇ ਕਰਕੇ ਸਾਡੀ ਤੁਹਾਡੀ ਸਾਂਝ ਹੈਗੀ ਆ ਤੇ ਅਸੀਂ ਧੰਨਵਾਦੀ ਹਾਂ ਅਮਨ ਖਟਕੜ ਜੀ ਦੇ ਜਿਨ੍ਹਾਂ ਨੇ ਇੱਕ ਪੁਲ ਦਾ ਕੰਮ ਕੀਤਾ। ਅਸਲ ਦੇ ਵਿੱਚ ਆਪਾਂ ਤੇ ਤੁਸੀਂ ਤੇ ਅਸੀਂ ਤਾਂ ਜਾਣਦੇ ਕਿਉਂਕਿ ਇਹ ਚੈਨਲ ਆ, ਇਹ ਪ੍ਰੋਗਰਾਮ ਆ, ਇਹ ਪ੍ਰੋਗਰਾਮ ਪੁਲ ਬਣਿਆ ਤੇ ਜਿਹਦੇ ਕਰਕੇ ਆਪਾਂ ਇੱਥੇ ਇਕੱਠੇ ਹੋਏ। ਵਾਹ ਜੀ ਵਾਹ। ਇਹ ਸਾਂਝ ਸਪੋਰਟਸ ਕਲੱਬ ਬਸਰਾ ਫੈਮਿਲੀ, ਇਹ ਆਪਣਾ ਆਲਰੇਡੀ ਨਿਊਜ਼ੀਲੈਂਡ ਦੇ ਵਿੱਚ ਮੇਰੇ ਖਿਆਲ ਇਹ ਫੈਮਿਲੀ ਪਿਛਲੇ 100 ਸਾਲ ਤੋਂ ਇਹ ਫੈਮਿਲੀ ਨਿਊਜ਼ੀਲੈਂਡ 'ਚ ਹੈਗੀ ਹੈ ਤੇ ਇਹਨਾਂ ਦੀ 3rd ਜਨਰੇਸ਼ਨ ਤੇ ਸਾਰੇ ਹੀ ਮੇਰੇ ਖਿਆਲ ਇਹਨਾਂ ਦੇ ਪਰਿਵਾਰ 'ਚ ਬਹੁਤ ਵਧੀਆ ਸਮਾਜ ਵਾਸਤੇ ਕੰਮ ਕਰਦੇ ਨੇ। ਸਾਂਝ ਸਪੋਰਟਸ ਐਂਡ ਕਲਚਰ ਕਲੱਬ ਜੀ। ਭਾਜੀ ਥੋੜ੍ਹਾ ਜਿਹਾ ਆਪਣੇ ਬਾਰੇ ਹੋਰ ਦੱਸੋ ਕਿ ਤੁਸੀਂ, ਮੈਨੂੰ ਇਹ ਪਤਾ ਹੈ ਕਿ ਤੁਸੀਂ ਬਹੁਤ ਛੋਟੀ ਉਮਰੇ ਪੱਤਰਕਾਰਿਤਾ ਜਿਹੜੀ ਸ਼ੁਰੂ ਕਰਤੀ ਸੀ, ਮੈਨੂੰ ਲੱਗਦਾ ਵੀ ਪਰਮਾਤਮਾ ਨੇ ਆਪ ਚੁਣਿਆ ਤੁਹਾਨੂੰ। ਨਹੀਂ, ਉਹਦਾ ਨਾ ਅਸਲ ਦੇ ਵਿੱਚ ਉੱਤਮ ਜੀ ਕਾਰਨ ਇਹ ਸੀਗਾ ਕਿ ਨਿਕਲੀ ਤਾਂ ਮੇਰੀ ਪੱਤਰਕਾਰੀ ਮੇਰੇ ਨਾਲ ਲੋੜਾਂ ਦੇ ਵਿੱਚੋਂ। ਅੱਛਾ ਜੀ, ਠੀਕ। ਰੋਟੀ ਨਹੀਂ ਸੀ ਪੱਕਦੀ ਤੇ ਮੈਂ ਦਿਹਾੜੀਆਂ ਵੀ ਕਰਦਾ ਰਿਹਾ, ਮੈਂ ਹੋਰ ਬੜੇ ਕੰਮ ਕੀਤੇ ਆ, ਪਰ ਮੇਰੀ ਇੱਧਰ ਇੱਕ ਚਿਣਕ ਹੁੰਦੀ ਸੀ ਨਿੱਕੇ ਹੁੰਦੇ ਦੇ ਕਿ ਮੈਂ ਅਖਬਾਰਾਂ ਦੇ ਵਿੱਚ ਕੁਝ ਲਿਖਾਂ, ਉਹ ਭਾਵੇਂ ਅਨਮੋਲ ਵਿਚਾਰ ਆ, ਭਾਵੇਂ ਮਿੰਨੀ ਕਹਾਣੀਆਂ, ਭਾਵੇਂ ਚੁਟਕਲੇ ਆ, ਭਾਵੇਂ ਕੁਛ ਆ, ਇਹ ਜਿਵੇਂ ਬਾਲ ਮਨ ਜਿਵੇਂ ਜੇ ਠੀਕ ਲੱਗਦਾ ਸੀ ਉਵੇਂ ਝਰੀਟ ਦਿੰਦਾ ਸੀ ਅਖਬਾਰਾਂ ਦੇ ਵਿੱਚ, ਮੇਰੀਆਂ ਛੋਟੀਆਂ ਛੋਟੀਆਂ ਲਿਖਤਾਂ ਸ਼ਬਦਗਾਂ ਰਹਿਣਗੀਆਂ। ਉਸ ਤੋਂ ਬਾਅਦ ਮੈਨੂੰ ਲੋੜ ਸੀ ਜਦੋਂ ਮੇਰੀ ਪੜ੍ਹਾਈ ਨੂੰ ਬ੍ਰੇਕ ਲੱਗਣ ਲੱਗੀ, ਬਈ ਮੈਂ ਉਦੋਂ 10ਵੀਂ ਕਰ ਨਹੀਂ ਸੀ ਸਕਿਆ, ਮੈਨੂੰ ਉਦੋਂ ਰੋਕਿਆ ਜਾ ਰਿਹਾ ਸੀਗਾ ਕਿਉਂਕਿ ਪਰਿਵਾਰਕ ਹਾਲਾਤ ਇਹੋ ਜਿਹੇ ਸੀਗੇ ਵੀ ਭਾਵੇਂ ਮੈਨੂੰ ਕਿਸੇ ਵਰਕਸ਼ਾਪ ਤੇ ਲਾਇਆ ਜਾਵੇ, ਮੈਨੂੰ ਜਾਂ ਕਿਸੇ ਵੀ ਹੋਰ ਦੁਕਾਨ ਦੇ ਉੱਤੇ ਭਾਵੇਂ ਰੇੜੀ ਤੇ ਲਾਇਆ ਜਾਵੇ ਵੀ 500-700 ਰੁਪਈਆ ਮਹੀਨਾ ਘਰੇ ਆਉਣ ਲੱਗ ਪਏ। ਉਹਨਾਂ ਦਿਨਾਂ ਦੇ ਵਿੱਚ ਇੱਕ ਅਖਬਾਰ ਫਰੀਦਕੋਟ ਤੋਂ ਪ੍ਰਕਾਸ਼ਿਤ ਹੁੰਦਾ ਸੀ ਹਫ਼ਤਾਵਾਰੀ ਪਾਰਦਰਸ਼ੀ, ਉਹਨਾਂ ਨੇ ਮੇਰੀਆਂ ਲਿਖਤਾਂ ਲੁਖਤਾਂ ਮਾੜੀਆਂ ਮੋਟੀਆਂ ਪੜ੍ਹੀਆਂ ਤੇ ਉਹ ਮੈਨੂੰ ਕਹਿੰਦੇ ਵੀ ਤੂੰ ਅੱਧਾ ਦਿਨ ਇੱਥੇ ਕੰਮ ਕਰ ਲਾ। ਮੈਂ 11ਵੀਂ ਦੇ ਵਿੱਚ ਪੜ੍ਹਦਾ ਵੀ ਸੀਗਾ ਤੇ ਅੱਧਾ ਦਿਨ ਉਸ ਅਖਬਾਰ ਦੇ ਵਿੱਚ ਜਾ ਕੇ ਕੰਮ ਕਰਨਾ, ਉਸ ਅਖਬਾਰ ਦੇ ਵਿੱਚ ਟਾਈਪ ਕਰਨਾ, ਖਬਰਾਂ ਇਕੱਠੀਆਂ ਕਰਨੀਆਂ, ਅਖਬਾਰਾਂ ਘਰਾਂ ਦੇ ਵਿੱਚ ਵੰਡ ਕੇ ਆਉਣੀਆਂ, ਜਲੰਧਰ ਦੇ ਵਿੱਚ ਛਪਵਾ ਕੇ ਲਿਆਉਣੀਆਂ, ਉਸ ਅਖਬਾਰ ਦੇ ਲਈ ਜਿੰਨਾ ਵੀ ਛੋਟਾ ਵੱਡਾ ਕੰਮ ਆ ਉਹ ਕਰਦਾ।
ਫਿਰ ਸੁਜਾਤਾ ਅਖਬਾਰ, ਫਿਰ ਝਰੋਖਾ ਅਖਬਾਰ, ਫਿਰ ਵਿਕਾਸ ਸੰਦੇਸ਼, ਇੱਦਾਂ ਦੇ ਕੰਮ, ਉਹ ਮੇਰੀ ਜਿਹੜੀ ਚਿਣਗ ਆ ਉਹ ਵੱਧਦੀ ਗਈ ਅਤੇ ਫਿਰ ਮੈਂ 2001 ਦੇ ਵਿੱਚ ਜਲੰਧਰ ਆ ਗਿਆ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ। ਅੱਛਾ ਭਾਅ ਜੀ, ਤੁਸੀਂ ਇੰਨੀ ਮਿਹਨਤ ਕੀਤੀ ਹੈ, ਇੱਥੇ ਜਿਹੜੇ ਹੁਣ ਸਾਡੇ ਕਈ ਦਰਸ਼ਕਾਂ 'ਚੋਂ ਕੋਈ ਐਸੇ ਦਰਸ਼ਕ ਉਹ ਘਬਰਾ ਜਾਣੇ ਆ ਵੀ ਇੰਨਾ ਮਿਹਨਤੀ ਬੰਦਾ ਇਹਨਾਂ ਲਈ ਤਾਂ ਇਹ ਦਰਸ਼ਕੋ ਵਾਕਈ ਇੰਨੀ ਮਿਹਨਤ ਕਰਨ ਵਾਲੇ ਲੋਕ ਹੈਗੇ ਆ, ਇਹ ਨਾ ਸੋਚੋ ਵੀ ਇੰਨੀ ਮਿਹਨਤ ਹੋ ਨਹੀਂ ਸਕਦੀ। ਨਹੀਂ, ਅਸਲ ਦੇ ਵਿੱਚ ਇੱਕ ਹੋਰ ਵੀ ਆ ਉੱਤਮ ਜੀ ਗੱਲ, ਬਈ ਮਿਹਨਤ ਤਾਂ ਹਰ ਬੰਦਾ ਕਰਦਾ, ਜਿਹੜੇ ਸਾਡੇ ਭੈਣਾਂ ਵੀਰ ਨਿਊਜ਼ੀਲੈਂਡ ਦੇ ਵਿੱਚ ਆ ਜਾਂ ਦੇਸ਼ ਦੁਨੀਆਂ ਦੇ ਕਿਸੇ ਵੀ ਹੋਰ ਹਿੱਸੇ ਦੇ ਵਿੱਚ ਗਏ ਆ, ਉਹਨਾਂ ਨੇ ਵੀ ਜਦੋਂ ਆਪਣਾ ਘਰ ਬਾਰ ਛੱਡਿਆ ਇਹ ਕੋਈ ਛੋਟੀ ਗੱਲ ਨਹੀਂ ਸੀ, ਉਹਨਾਂ ਨੇ ਬਹੁਤ ਮਿਹਨਤ ਕੀਤੀ ਆ। ਮੈਂ ਵੀ ਛੱਡਿਆ, ਬਿਲਕੁਲ ਤੁਸੀਂ ਵੀ ਛੱਡਿਆ, ਇਹ ਜੀ ਨਹੀਂ ਕਰਦਾ ਹੁੰਦਾ, ਪਰ ਲੋੜਾਂ ਜਿਹੜੀਆਂ ਤੁਹਾਡੀਆਂ ਤੁਹਾਨੂੰ ਛੱਡਾ ਦਿੰਦੀਆਂ, ਸੁਨਹਿਰੀ ਭਵਿੱਖ ਦੀ ਆਸ ਆਪਦੇ ਨਗਰ ਗ੍ਰਾਂ ਖੇੜੇ ਦੀ ਤੁਸੀਂ ਨੁਹਾਰ ਬਦਲਣੀ ਹੁੰਦੀ ਆ, ਆਪਣੇ ਮਾਪਿਆਂ ਦੇ ਲਈ, ਆਪਣੇ ਬੱਚਿਆਂ ਲਈ ਸੋਚਦੇ ਹੋ। ਸੋ ਉਹਨਾਂ ਸਾਰੇ ਹੀ ਪੰਜਾਬੀਆਂ ਨੂੰ ਸਲਾਮ ਆ ਜਿਹੜੇ ਆਪਣੀਆਂ ਜੜ੍ਹਾਂ ਤੋਂ ਦੂਰ ਰਹਿ ਕੇ ਵੀ ਜੜ੍ਹਾਂ ਦੇ ਨੇੜੇ ਆ ਤੇ ਉਹ ਵੱਖ ਵੱਖ ਖਿੱਤਿਆਂ ਦੇ ਵਿੱਚ ਬਹੁਤ ਮਾਰਕਾ ਮਾਰਦੇ ਆ। ਅੱਜ ਸਾਨੂੰ ਨਿਊਜ਼ੀਲੈਂਡ ਦੇ ਵਿੱਚ ਕਿੰਨੇ ਪੰਜਾਬੀ ਆ ਜਿਹੜੇ ਉਹ ਮਿਲਦੇ, ਉਹ ਕਹਿੰਦੇ ਵੀ ਭਾਈ ਅਸੀਂ ਆਹ ਕੰਮ ਚੁਣਿਆ, ਅਸੀਂ ਆਹ ਕੰਮ ਚੁਣਿਆ, ਬਹੁਤ ਕਮਾਲ ਦੀ ਗੱਲ ਆ। ਪਰ ਜਦੋਂ ਵੀ ਕੋਈ ਘਬਰਾਵੇ ਤੇ ਭਾਈ ਆਹ ਗੱਲ ਆ ਵੀ ਭਾਈ ਟੇੜੇ ਦੀ ਆਹ ਗੱਲ ਭਾਰੀ ਲੱਗਦੀ ਆ, ਉਦੋਂ ਇਹਨਾਂ ਨੂੰ ਆਪਾਂ ਹੱਸਣ ਵਾਸਤੇ ਰੱਖਿਆ। ਇਹ ਤਾਂ ਭੈਣ ਜੀ ਮਤਲਬ ਸਮਝੋ ਵੀ ਪ੍ਰੋਗਰਾਮ ਦੀ ਰੀੜ ਦੀ ਹੱਡੀ। ਇੱਕ ਮਿੰਟ ਦੱਸੋ ਵੀ ਤੁਹਾਨੂੰ ਅੰਗਰੇਜ਼ੀ ਬਹੁਤ ਆਉਂਦੀ ਲੱਗਦੀ ਮੈਨੂੰ, ਹੈ ਨਾ ਜੀ? ਅੱਜ ਸਾਰਾ ਮੌਲਵੀ ਵਰਗ ਦੇ ਜਿਹੜੀ ਬਣਾਈ ਨਹੀਂ, ਇਹ ਤੁਸੀਂ ਦੇਖੋ ਅੰਗਰੇਜ਼ੀ ਦੇ ਸ਼ਬਦ ਵਰਤੇ ਨੇ। ਅੱਛਾ, ਓਦਾਂ ਮੈਂ ਪੰਜਾਬੀ ਜਿਹੜੀ ਨਾ ਉਹ ਬੀਕੌਮ ਫਾਈਨਲ ਤੱਕ ਪੜ੍ਹੀ ਆ, ਅੱਛਾ, ਦੀ ਆਪਸ਼ਨਲ ਸਬਜੈਕਟ, ਅੱਛਾ ਜੀ। ਤੇ ਪਰ ਕਿਉਂਕਿ ਹੁਣ ਮੈਂ ਦੱਸ ਹੀ ਦਿੰਦਾ ਵੀ ਮੇਰੀ ਬੀਕੌਮ ਕਿਹੜੇ ਸਾਲ 'ਚ ਹੋਈ ਸੀ, ਲੋਕਾਂ ਨੂੰ ਪਤਾ ਲੱਗ ਜਾਣਾ ਕਿੰਨੇ ਸਾਲ ਦਾ। 95 'ਚ ਕੀਤੀ ਬੀਕੌਮ, ਅੱਛਾ ਜੀ। ਤੇ 95 ਫਿਰ 99 'ਚ ਆਸਟ੍ਰੇਲੀਆ ਚਲੇ ਗਏ, ਫਿਰ ਇੱਧਰ ਆ ਗਏ। ਤੇ ਉਹ ਨਾ ਹੁਣ ਲਿਖਣ ਵਾਲੀ ਪੰਜਾਬੀ ਜਿਹੜੀ ਆ ਉਹਦੇ 'ਚ ਬਹੁਤ ਗਲਤੀ ਆ, ਮੇਰੇ ਤੋਂ ਆਪ ਨਹੀਂ ਪੜ੍ਹੀ ਜਾਂਦੀ ਮੁੜ ਕੇ, ਤੇ ਮੈਂ ਐਲਫਾਬੈਟ ਯੂਜ਼ ਕਰ ਲੈਂਦਾ ਇੰਗਲਿਸ਼ ਦੇ, ਤੇ ਇਹ ਜਿੱਦਾਂ ਹੁਣ BHAJEE ਭਾਜੀ ਲਿਖਿਆ, ਤੇ ਉਹ ਮਤਲਬ ਅੱਜ ਕੱਲ੍ਹ ਤੁਹਾਨੂੰ ਪਤਾ ਚੱਲ ਆਪਣੇ ਟੈਕਸਟਿੰਗ 'ਤੇ ਵੀ ਉਹੀ ਚੱਲਦਾ, ਤੇ ਮੈਂ ਉਹ ਚੀਜ਼ ਮਤਲਬ ਤੁਸੀਂ ਕੁਐਸਚਨ ਨਾ ਪੜ੍ਹੋ ਅਜੇ, ਪੂਰੇ ਕੁਐਸਚਨ ਤਿਆਰੀ ਕਰੋ। ਅੱਛਾ ਭਾਅ ਜੀ, ਤੁਸੀਂ ਸਾਰੀ ਦੁਨੀਆਂ 'ਚ ਇੰਨਾ ਨਾਮ ਕਮਾਇਆ ਹੈ ਨਾ, ਇੰਨਾ ਮਤਲਬ ਕਨੇਡਾ, ਅਮੈਰੀਕਾ, ਯੂਰਪ, ਆਸਟ੍ਰੇਲੀਆ, ਹੁਣ ਨਿਊਜ਼ੀਲੈਂਡ ਵੀ, ਬੱਚਾ ਬੱਚਾ ਤੁਹਾਨੂੰ ਜਾਣਦਾ, ਤੁਸੀਂ ਕਦੀ ਸੋਚਿਆ ਸੀ ਵੀ ਉੱਤਮ ਸ਼ਰਮਾ ਦਾ ਕੀ ਇੰਟਰਵਿਊ ਕਰੂੰ? ਨਹੀਂ, ਅਸਲ ਦੇ ਵਿੱਚ ਇਹ ਸਾਡੇ ਭਾਗ ਚੰਗੇ ਸੀ ਜੀ, ਸਾਡੀਆਂ ਅਰਦਾਸਾਂ ਕੰਮ ਆ ਗਈਆਂ, ਅਸੀਂ ਪਰਸੋਂ ਦੇ ਇੱਕ ਲੱਤ ਤੇ ਖੜ ਕੇ ਅਰਦਾਸ ਕਰਦੇ ਸੀ, ਬਾਈ ਗੋਡ ਮਤਲਬ ਬ੍ਰੇਕ ਚਾਹੀਦੀ ਪਰ ਲੈ ਨਹੀਂ ਸਕਦੇ, ਮਤਲਬ ਮੈਂ ਹੋਰ ਹੱਸਣਾ ਚਾਹੁੰਦਾ। ਅੱਛਾ ਭਾਜੀ, ਸਾਡੇ ਦਰਸ਼ਕ ਨਾ ਇਹ ਜਾਣਨਾ ਚਾਹੁੰਦੇ ਕਿ ਜਿਹੜਾ ਤੁਹਾਡਾ ਸੁਪਰ ਡੁਪਰ ਹਿੱਟ ਸੁਭਾਅ ਹੈ, ਜਿਹੜਾ ਸੁਪਰ ਡੁਪਰ ਹਿੱਟ, ਉਦਾਸੀ ਦੇ ਤੁਸੀਂ ਦੁਸ਼ਮਣ ਹੋ, ਠੀਕ ਹੈ ਜੀ, ਜਿਹੜਾ ਸੁਪਰ ਡੁਪਰ ਹਿੱਟ ਸੁਭਾਅ ਹੈ, ਤੁਹਾਨੂੰ ਗੁੜਤੀ ਕਿਵੇਂ ਦਿੱਤੀ ਸੀ? ਨਹੀਂ, ਅਸਲ ਦੇ ਵਿੱਚ ਇੱਕ ਹੋਰ ਗੱਲ ਆ ਵੀ ਮੈਂ ਤਾਂ ਨਾ ਖਬਰੀ ਜਿਹਾ ਬੰਦਾ, ਮੈਂ ਕਦੇ ਵੀ ਕਲਾਕਾਰ ਨਹੀਂ ਗਾ, ਸੱਚੀ ਮੁੱਚੀ ਇਹ ਆ ਵੀ ਮੈਨੂੰ ਜੇ ਕੋਈ ਕਵੇ ਵੀ ਭਾਈ ਤੂੰ ਬਦਲ ਬਦਲ ਕੇ ਕੀ ਕਹਿੰਦੇ ਹੁੰਦੇ ਉਹਨੂੰ ਵੇਸ਼ਭੂਸ਼ਾ ਜੀ, ਤੇ ਉਹ ਭਾਈ ਤੁਸੀਂ ਕਲਾਕਾਰੀ ਕਰਨੀ ਆ, ਉਹ ਮੇਰੇ ਸੁਭਾਅ ਦੇ ਵਿੱਚ ਨਹੀਂ। ਦੂਜੀ ਗੱਲ ਇਹ ਆ ਵੀ ਇਹ ਜਿੰਨੇ ਕੁ ਮੈਨੂੰ ਲੱਗ ਪਿਆ ਮੈਂ ਹਾਸਾ ਇਕੱਠਾ ਜਿਹਾ ਕਰਨ, ਮੈਂ ਤਾਂ ਖਬਰਾਂ 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 ਸਵੇਰੇ ਉੱਠਦੇ ਖਬਰਾਂ, ਰਾਤ ਨੂੰ ਸੌਂਦੇ ਖਬਰਾਂ, ਦੁਪਹਿਰੇ ਖਬਰਾਂ, ਏਦਾਂ ਉਹ ਮੈਨੂੰ ਇਹਨਾਂ ਨੇ ਆਦਤ ਪਾਤੀ ਵੀ ਤੁਸੀਂ ਹਾਸਾ ਵੀ ਕਰਨ। ਅਗਲੀ ਗੱਲ ਇਹ ਆ ਕਿ ਜਿਹੜੀਆਂ ਖਬਰਾਂ ਨੇ ਨਾ, ਖਬਰਾਂ ਤਾਂ ਉਹੀ ਰਹਿਣੀਆਂ। ਦੇਖੋ ਅੱਜ ਤੁਸੀਂ ਟੀਵੀ ਦੇਖ ਲਓ, ਤੁਸੀਂ ਫੇਸਬੁੱਕ ਦੇਖ ਲਓ, ਤੁਸੀਂ ਰੇਡੀਓ ਸੁਣ ਲਓ, ਤੁਸੀਂ ਅਖਬਾਰ ਪੜ੍ਹ ਲਓ, ਰਸਾਲਾ ਪੜ੍ਹ ਲਓ, ਪਰ ਅਸੀਂ ਉਹ ਖਬਰਾਂ ਨੂੰ ਥੋੜਾ ਜਿਹਾ ਮਜ਼ਾਹੀਆ ਲਹਿਜੇ ਦੇ ਵਿੱਚ ਵੀ ਜਿਹੜੀ ਹੁੰਦੀ ਨਾ ਕੁਨੀਨ ਦੀ ਗੋਲੀ ਕੌੜੀ ਬਹੁਤ ਹੁੰਦੀ ਆ, ਪਰ ਉਹਨੂੰ ਅਸੀਂ ਗੁੜ ਦੇ ਵਿੱਚ ਲਪੇਟ ਕੇ ਦੇਣ ਦੀ ਕੋਸ਼ਿਸ਼ ਕਰਦੇ ਆ, ਕਿਸੇ ਨੂੰ ਮਾਫ਼ ਕਰ ਜਾਂਦੀ ਹੈ, ਕਿਸੇ ਨੂੰ ਨਹੀਂ ਵੀ, ਪਰ ਇਹ ਆ ਵੀ ਇਹ ਹਾਸੂਸ ਕੇ ਜਿਹੜਾ ਚਲੀ ਜਾਂਦਾ। ਅੱਛਾ, ਇੱਕ ਐਕਸਪੈਰੀਮੈਂਟ ਆਇਆ ਮਾਈਂਡ 'ਚ, ਮੈਂ ਇੱਕ ਖਬਰ ਪੜ੍ਹਦਾ ਤੇ ਕਰਿਓ ਜਰਾ ਉਹਦਾ ਇਨਫੋਟੇਨਮੈਂਟ, ਰਸਮ ਪਗੜੀ ਬੜਾ ਸੂਚਿਤ ਕੀਤਾ ਜਾਂਦਾ, ਸੌਰੀ ਮੈਂ ਕਿਸੇ ਦੀ ਹੋਈ, ਅੱਛਾ ਤੇ ਹਰਮਨ ਠਿੰਡ ਭੈਣ ਜੀ
ਟਿੰਡ ਉਹ ਸੌਰੀ ਸੌਰੀ ਤੁਸੀਂ ਟਿੰਡ ਕਹਿ ਦੇਣਾ ਟਿੰਡ 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 ਸੌਰੀ ਹੁਣ ਪੱਕਾ ਹੋ ਗਿਆ ਹਰਮਨ ਟਿੰਡ ਭੈਣ ਜੀ ਜੀ ਭੈਣ ਜੀ ਥੋੜਾ ਆਪਣੇ ਬਾਰੇ ਦੱਸੋ ਕਿਉਂਕਿ ਜਿਹੜੇ ਸਾਡੇ ਦਰਸ਼ਕ ਨੇ ਨਾ ਇਹਨਾਂ ਚ ਨੌਨ ਪੰਜਾਬੀ ਵੀ ਨੇ ਹਿੰਦੀ ਸਮਝਦੇ ਨੇ ਤੇ ਹਿੰਦੀ ਵੀ ਜਿਹੜੀ ਇੱਕ ਤਾਂ ਭਾਰਤ ਵਾਲੀ ਹਿੰਦੀ ਆ ਇੱਕ ਸਾਡਾ ਜਿਹੜਾ ਇੱਕ ਭਾਰਤ ਤੋਂ ਦੂਰ ਇੱਕ ਛੋਟਾ ਭਾਰਤ ਹੈ ਫੀਜੀ ਠੀਕ ਹੈ ਉੱਥੇ ਦੀ ਜਿਹੜੀ ਹਿੰਦੀ ਹੈ ਉਹ ਆਪਣਾ ਲੋਕਲ ਸਾਰਾ ਮਿਕਸ ਹੋ ਕੇ ਤੇ ਉਹਦੇ 'ਚ ਜਿੱਦਾਂ ਆਪਾਂ ਹਿੰਦੀ 'ਚ ਕਹਿੰਦੇ ਹਾਂ ਵੀ ਕਿਆ ਕਰ ਰਹੇ ਹੋ ਉਹ ਕਹਿੰਦੇ ਆ ਕੌਂਚੀ ਕਰੇ ਠੀਕ ਹੈ ਕੌਂਚੀ ਕਰੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਹ ਮਤਲਬ ਤੁਸੀਂ ਥੋੜਾ ਜਿਹਾ ਆਪਣੇ ਇੰਟਰੋਡਕਸ਼ਨ ਦਿਓ ਵੈਸੇ ਕੋਈ ਮੋਹਤਾਜ ਨਹੀਂ ਹੋ ਇੰਟਰੋਡਕਸ਼ਨ ਦੇ ਪਰ ਇਹਨਾਂ ਵਾਸਤੇ ਜਿਹੜੇ ਸਾਡੇ ਨੌਨ ਪੰਜਾਬੀ ਦਰਸ਼ਕ ਨੇ ਜੀ ਮੈਂ ਹਿੰਦੀ ਦੇ ਵਿੱਚ ਇੰਟਰੋਡਕਸ਼ਨ ਦਿਆਂ ਜਾਂ ਪੰਜਾਬੀ ਦੇ ਵਿੱਚ ਹੀ ਦਿਆਂ ਹਿੰਦੀ ਤਾਂ ਫਿਰ ਫੀਜੀ ਵਾਲਿਆਂ ਨੂੰ ਸਾਰੇ ਸਮਝ ਆ ਚੁੱਕਾ ਦੇਖੋ ਕੌਂਚੀ ਕਰੇ ਤੋਂ ਸ਼ੁਰੂ ਕਰ ਲਓ ਨਹੀਂ ਕੌਂਚੀ ਕਰੇ ਤਾਂ ਉਹ ਠੀਕ ਆ ਪਰ ਥੋੜੀ ਜਿਹੀ ਹਿੰਦੀ ਜਿਹੜੀ ਹੈ ਉਹ ਹੁਣ ਬੋਲਣ ਲੱਗਿਆ ਜ਼ਬਾਨ ਲੜਖੜਾ ਜਾਂਦੀ ਹੈ ਹਾਂਜੀ ਤੁਹਾਡੀ ਹਿੰਦੀ ਹੋਣੀ ਹੈ ਪੰਜਾਬੀ ਸਟਾਈਲ ਚ ਜੀ ਕਿਉਂਕਿ ਹੁਣ ਟਹਿਣਾ ਸਾਹਿਬ ਦੇ ਨਾਲ ਕਿੰਨਾ ਸਮਾਂ ਬਿਤਾਉਣਾ ਪੈਂਦਾ ਪ੍ਰੋਗਰਾਮ ਦਾ ਕਰਕੇ ਤੇ ਹੁਣ ਉਹ ਹੌਲੀ ਹੌਲੀ ਠੇਠਤਾ ਜਿਹੜੀ ਹੈ ਪੰਜਾਬੀ ਵਾਲੀ ਉਹ ਮੇਰੀ ਜ਼ਬਾਨ ਦੇ ਵਿੱਚ ਨਹੀਂ ਮਗਰ ਆਪ ਸ਼ੁਰੂ ਕਰ ਦੋ ਨਾ ਨਹੀਂ ਨਹੀਂ ਉਹ ਨਹੀਂ ਹੋ ਸਕਦੀ ਪਰ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਿਛਲੇ ਤਕਰੀਬਨ 8 ਸਾਲ ਤੋਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਹਾਂ ਤੇ ਮੇਰਾ ਜਨਮ ਜਿਹੜਾ ਉਹ ਹਾਕੀ ਦੀ ਨਰਸਰੀ ਜਿਹੜੇ ਪਿੰਡ ਨੂੰ ਕਿਹਾ ਜਾਂਦਾ ਸੰਸਾਦਪੁਰ ਇਹ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਹੈ ਜੀ ਪੰਜਾਬ ਦੇ ਵਿੱਚ ਤੇ ਉੱਥੇ ਮੇਰਾ ਜਨਮ ਹੋਇਆ ਔਰ ਮੈਂ ਪੱਤਰਕਾਰਤਾ ਦੇ ਵਿੱਚ ਸਿਰਫ ਸ਼ੌਂਕ ਦੇ ਤੌਰ ਤੇ ਉੱਪਰ ਆਈ ਸੀ ਕਿਉਂਕਿ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਇੱਕ ਕੁੜੀ ਹੋਣ ਦੇ ਨਾਤੇ ਆਪਣਾ ਨਾਂ ਚਮਕਾਉਣਾ ਚਾਹੁੰਦੀ ਸੀ ਕਦੇ ਇੰਨਾ ਜ਼ਿਆਦਾ ਸੀਰੀਅਸਲੀ ਉਦੋਂ ਪੱਤਰਕਾਰਤਾ ਨੂੰ ਨਹੀਂ ਸੀ ਲਿਆ ਪਰ ਜਦੋਂ ਪ੍ਰਾਈਮ ਮਿਨਿਸਟਰ ਟੀਵੀ ਦੇ ਨਾਲ ਜੁੜੀ ਜਦੋਂ ਅਮਨ ਖਟਕਰ ਹੋਰਾਂ ਦੇ ਨਾਲ ਜੁੜੀ ਫਿਰ ਉਸ ਤੋਂ ਬਾਅਦ ਜਦੋਂ ਟਹਿਣਾ ਭਾਜੀ ਹੋਰਾਂ ਦੇ ਨਾਲ ਇਹਨਾਂ ਦੇ ਨਾਲ ਜਦੋਂ ਮੇਲ ਮਿਲਾਪ ਹੋਇਆ ਤੇ ਫਿਰ ਇਹਨਾਂ ਨੇ ਸਮਝਾਇਆ ਕਿ ਅਸਲ ਪੱਤਰਕਾਰਤਾ ਦੇ ਅਰਥ ਕੀ ਨੇ ਕਿਵੇਂ ਪੱਤਰਕਾਰਤਾ ਹੋਣੀ ਚਾਹੀਦੀ ਹੈ ਜਾਂ ਤੁਸੀਂ ਕਿਵੇਂ ਪੱਤਰਕਾਰਤਾ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਹੋ ਬਿਲਕੁਲ ਠੀਕ ਗੱਲ ਆ ਜੀ ਇਹਨਾਂ ਨੇ ਜਿਹੜਾ ਇਹਨਾਂ ਦਾ ਫਾਰਮੂਲਾ ਇਨਫੋਟੇਨਮੈਂਟ ਇਨਫੋਰਮੇਸ਼ਨ ਐਂਡ ਐਂਟਰਟੇਨਮੈਂਟ ਇਨਫੋਟੇਨਮੈਂਟ ਇਹ ਬਿਲਕੁਲ ਸਕਸੈਸਫੁਲ ਫਾਰਮੂਲਾ ਅਮਰੀਕਾ ਦੇ ਵਿੱਚ ਮਤਲਬ ਜਿੰਨੇ ਵੀ ਵੱਡੇ ਵੱਡੇ ਮੀਡੀਆ ਹਾਊਸਸ ਆ ਉੱਥੇ ਵੀ ਇਹ ਟੌਪ ਤੇ ਰਹਿੰਦਾ ਜੀ ਸੋ ਜਦੋਂ ਇਹਨਾਂ ਦੀ ਦੇਖਰੇਖ ਦੇ ਵਿੱਚ ਇਹਨਾਂ ਦੇ ਦਿਖਾਏ ਹੋਏ ਰਾਹ ਦੇ ਉੱਪਰ ਤੁਰਨ ਦੀ ਕੋਸ਼ਿਸ਼ ਹਾਲੇ ਚੱਲ ਰਹੀ ਹੈ ਸੋ ਫਿਰ ਪ੍ਰੋਗਰਾਮ ਚਾਹੀਦਾ ਵਿਚਾਰ ਦੇ ਵਿੱਚ ਹਰ ਰੋਜ਼ ਅਸੀਂ ਦਰਸ਼ਕਾਂ ਦੇ ਰੂਪ ਨੂੰ ਹੁੰਦੇ ਹਾਂ ਭੈਣ ਜੀ ਬਹੁਤ ਮੈਂ ਨਾ ਹੁਣ ਹਿੰਦ ਕਹਿਣਾ ਹੀ ਨਹੀਂ ਗਾ ਮੈਂ ਭੈਣ ਜੀ ਕਹੀ ਜਾਣਾ ਤੇ ਭੈਣ ਜੀ ਤੁਸੀਂ ਇਹ ਜਿਹੜੇ ਰਾਹ ਤੇ ਚੱਲ ਰਹੇ ਹੋ ਹੱਸਦੇ ਹੱਸਦੇ ਚੱਲ ਰਹੇ ਹੋ ਤੁਹਾਡੇ ਤੋਂ ਲੱਤੀ ਨਹੀਂ ਕੋਈ ਹੋ ਸਕਦਾ ਸ਼ੁਕਰੀਆ ਜੀ ਮਤਲਬ ਹੱਸ ਹੱਸ ਕੇ ਨਾ ਬਚਪਨ ਚ ਇੱਕ ਗਾਣਾ ਬਹੁਤ ਸੁਣਿਆ ਹੱਸਦੇ ਹੱਸਦੇ ਕੱਟ ਜਾਏ ਰਸਤੇ ਜ਼ਿੰਦਗੀ ਉਹ ਹੀ ਚਲਦੀ ਰਹੇ ਵਾਹ ਹਾਂਜੀ ਇਹ ਬਹੁਤ ਬਚਪਨ ਤੋਂ ਸੁਣਦੇ ਰਹੇ ਜੀ ਇਹਨਾਂ ਨੇ ਉਹਨੂੰ ਬਹੁਤ ਪ੍ਰਭਾਵ ਕਬੂਲਿਆ ਉਹਦਾ ਇਸੇ ਕਰਕੇ ਇਹ ਦਿਨ ਰਾਤ ਹੱਸਦੇ ਨੇ ਜੀ ਬਹੁਤ ਵਧੀਆ ਹੱਸਦੇ ਨੇ ਹਾਂਜੀ ਅੱਛਾ ਭੈਣ ਜੀ ਜਦੋਂ ਪ੍ਰੋਗਰਾਮ ਚੱਲਦਾ ਚੱਜ ਦਾ ਵਿਚਾਰ ਨਾ ਕੱਲ ਦਾ ਵਿਚਾਰ ਨਾ ਪਰਸੋਂ ਦਾ ਚੱਜ ਦਾ ਵਿਚਾਰ ਤੇ ਭਾਜੀ ਦੇ ਤੇਰੇ ਦੀ ਲੱਗੇ ਹੁੰਦੇ ਨੇ ਤੇ ਵੱਡਿਆਂ ਵੱਡਿਆਂ ਦੇ ਪਸੀਨੇ ਛਡਾ ਰਹੇ ਹੁੰਦੇ ਆ ਹਨਾ ਤੁਸੀਂ ਉੱਥੇ ਖੁੱਲ ਕੇ ਹੱਸਦੇ ਹੋ ਠੀਕ ਹੈ ਪੂਰਾ ਤੁਹਾਨੂੰ ਤੁਸੀਂ ਮੇਰੇ ਖਿਆਲ ਮਜ਼ਾ ਲੈਂਦੇ ਹੋ ਪੂਰਾ ਤੇ ਕਦੀ ਤੁਹਾਨੂੰ ਕਿਸੇ ਬੰਦੇ ਤੇ ਜਦੋਂ ਭਾਜੀ ਉਹਦਾ ਚਮੇਟਾ ਬਣਾ ਰਹੇ ਹੁੰਦੇ ਤੇ ਤੁਹਾਨੂੰ ਤਰਸ ਆਇਆ ਕਿਸੇ ਬੰਦੇ ਤੇ ਤੇ ਤੁਸੀਂ ਹਾਸਾ ਰੋਕ ਲਿਆ ਹੋਵੇ ਨਹੀਂ ਸੱਚੋ ਸੱਚ ਜੇ ਦੱਸਾਂ ਤੇ ਮੈਨੂੰ ਕਦੇ ਤਰਸ ਨਹੀਂ ਆਇਆ ਪਰ ਮਨ ਦੇ ਵਿੱਚ ਇਹ ਵਿਚਾਰ ਜ਼ਰੂਰ ਚੱਲ ਰਹੇ ਹੁੰਦੇ ਆ ਵੀ ਅੱਜ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਤੇ ਹੁਣ ਟਹਿਣਾ ਸਾਹਿਬ ਦੇ ਅੜਿੱਕੇ ਆ ਚੁੱਕਿਆ ਫਲਾਣਾ ਫਲਾਣਾ ਬੰਦਾ ਤੇ ਹੁਣ ਜ਼ਰੂਰ ਇਹ ਸੱਚ ਬੁਲਵਾ ਕੇ ਉਹਨੂੰ ਕਰੇਦ ਕੇ ਹੀ ਹਟਣਗੇ ਤੇ ਉਹਦੇ ਕੋਲ ਹੁਣ ਕੋਈ ਰਾਹ ਨਹੀਂ ਹੈਗਾ ਬਚਣ ਦਾ ਮੈਂ ਤੁਹਾਨੂੰ ਦੱਸਦਾ ਵੀ ਇੱਕ ਨਾ ਨਿੱਕੇ ਹੁੰਦਿਆਂ ਤੋਂ ਤੁਹਾਡੇ ਮਨ ਦੇ ਉੱਤੇ ਗੱਲਾਂ ਦਾ ਅਸਰ ਹੁੰਦਾ ਉਹ ਨਾ ਵੀ ਸੱਚ ਆਖਿਆ ਭਾਂਬੜ ਮੱਚਦਾ ਏ ਝੂਠ ਆਖਿਆ ਕੁਝ ਬਚਦਾ ਏ ਜੀ ਦੋਹਾਂ ਗੱਲਾਂ ਤੋਂ ਜਚਦਾ ਏ ਜੱਚ ਜੱਚ ਕੇ ਜੀਭਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਹੁਣ ਅਸੀਂ ਕਿਸੇ ਦੇ ਨਾਲ ਐਵੀਂ ਭਾਵੇਂ ਸਾਡਾ ਕੋਈ ਮਿੱਤਰ ਹੋਵੇ ਅਸੀਂ ਉਹਦੇ ਨਾਲ ਨਿੱਜ ਨਹੀਂ ਭਗਾਉਂਦੇ ਭਾਵੇਂ ਕੋਈ ਸਾਨੂੰ ਬਿਲਕੁਲ ਨਹੀਂ ਜਾਣਦਾ ਅਸੀਂ ਉਹਦੇ ਨਾਲ ਕੋਈ ਖਾਰ ਨਹੀਂ ਖਾਂਦੇ ਗੱਲ ਇਹ ਵੀ ਜਿਹੜੀ ਪੱਤਰਕਾਰਤਾ ਨਾ ਇਹ ਪੱਤਰਕਾਰਤਾ ਦਾ ਇੱਕ ਅਸੂਲ ਆ ਜੇ ਤੁਸੀਂ ਲਿਖਦੇ ਹੋ ਤਾਂ ਤੁਸੀਂ ਇੱਕ ਮੰਨ ਲਓ ਮੈਂ ਤੁਹਾਡੇ ਬਾਰੇ ਲਿਖਦਾ
ਉਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਖੁਸ਼ ਕਰਨ ਲਈ ਲਿਖਦਾ। ਇਹ ਅਖ਼ਬਾਰ 1 ਲੱਖ ਪਬਲਿਸ਼ ਹੁੰਦਾ, ਇਹ 5 ਲੱਖ ਹੁੰਦਾ ਜਾਂ 500 ਹੁੰਦਾ। ਇਹ ਜਿਹਨਾਂ ਨੇ ਪੜ੍ਹਨਾ ਮੈਂ ਉਹਨਾਂ ਨੂੰ ਜਾਣਕਾਰੀ ਦੇਣ ਦੇ ਲਈ ਵੀ ਤੁਸੀਂ ਕੀ ਹੋ, ਇਹ ਆ। ਤੁਸੀਂ ਇਕੱਲੇ ਖੁਸ਼ ਹੋ ਜਾਓ, ਬਾਕੀ ਸਾਰੇ ਕਹਿਣ ਵੀ ਏਦਾਂ ਥੋੜ੍ਹੀ। ਉੱਤਮ ਸ਼ਰਮਾ ਹੋਈ ਜਿਹੜੇ ਇਲੈਕਟ੍ਰੋਨਿਕ ਮੀਡੀਆ, ਉਹਦੇ ਲਈ ਤੁਸੀਂ ਜੋ ਇੰਟਰਵਿਊ ਕਰਦੇ ਹੋ, ਜੋ ਤੁਸੀਂ ਵਿਚਾਰ ਪੇਸ਼ ਕਰਦੇ ਹੋ, ਲੋਕ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਭਾਈ ਇਹ ਬਿਲਕੁਲ ਦਰੁਸਤ ਗੱਲ। ਅੱਜ ਉਹ ਵੇਲਾ ਨਹੀਂ ਗਾ ਵੀ ਮੰਨ ਲਓ ਮੈਂ ਕਹਾਂ ਜੀ ਕਿ ਨਹੀਂ ਫਲਾਣਿਆਂ ਨੇ ਪੰਜਾਬ ਦੀ ਨਕਸ਼ ਸਵਾਰ ਦਿੱਤਾ, ਫਲਾਣਿਆਂ ਨੇ ਪੰਜਾਬ ਦੀ ਕਾਇਆ ਕਲਪ ਕਰਤੀ, ਲੋਕਾਂ ਨੇ ਇਹਨਾਂ ਨੇ ਕਦੋਂ ਕੀਤੀ ਹੈ। ਅਸਲ ਦੇ ਵਿੱਚ ਲੋਕਾਂ ਨੂੰ ਅੱਜ ਪੂਰੀ ਜਾਣਕਾਰੀ ਹੈ, ਤੁਸੀਂ ਲੋਕਾਂ ਨੂੰ ਹਨੇਰੇ 'ਚ ਨਹੀਂ ਰੱਖ ਸਕਦੇ। ਇਸ ਕਰਕੇ ਜਿੰਨੀ ਕੁ ਜੋ ਵਾਜਬ ਹੁੰਦੀ ਗੱਲ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਉਹ ਕਿਸੇ ਦੇ ਚੁਭਦੀ ਵੀ ਹੈ। ਦੇਖੋ ਜੇ ਕਿਸੇ ਨੇ ਚੂੰਡੀ ਵੱਟਾਂਗੇ ਤਾਂ ਅੱਗੋਂ ਉਹ ਵੀ ਤਾਂ ਰਿਐਕਟ ਕਰੂਗਾ ਨਾ, ਉਹ ਪ੍ਰਤੀਕਿਰਿਆ ਦੇਊਗਾ, ਕਈ ਵਾਰ ਉਹ ਤਿੱਖੀ ਦਿੰਦੇ ਵੀ ਹੈ। ਹਾਂਜੀ, ਔਰ ਵੈਸੇ ਜਿੱਦਾਂ ਜਦੋਂ ਆਪਾਂ ਕਿਸੇ ਨੂੰ ਚੁੰਡੀ ਵੱਢਦੇ ਆ ਤੇ ਉਹ ਜਿਹੜੀ ਉਹਨੂੰ ਚੰਚਨਾਹਟ ਹੁੰਦੀ ਆ, ਉਹਦੇ ਲਈ ਵੀ ਇੱਕ ਮੌਕਾ ਹੁੰਦਾ ਕਿ ਹੁਣ ਭਾਈ ਤੂੰ ਚੁੰਡੀਆਂ ਗਾਂ ਵਢਾਣੀਆਂ ਕਿ ਤੂੰ ਨਹੀਂ ਵਢਾਣੀਆਂ, ਵੀ ਤੂੰ ਸਹੀ ਤੇ ਚੱਲਣਾ ਕਿ ਨਹੀਂ। ਬਿਲਕੁਲ, ਮੈਨੂੰ ਇਹਦੇ ਵਿੱਚ ਇਹ ਵੀ ਲੱਗਦਾ ਹੁੰਦਾ ਉੱਤਮ ਜੀ ਕਿ ਅੱਜ ਜੇ ਪੱਤਰਕਾਰਤਾ ਦੀ ਆਪਾਂ ਗੱਲ ਕਰਦੇ ਆ, ਹਰੇਕ ਖੇਤਰ ਦੇ ਵਿੱਚ ਨਿਘਾਰਤਾ ਆਇਆ ਤੇ ਉਹੀ ਨਿਘਾਰ ਪੱਤਰਕਾਰਤਾ ਦੇ ਵਿੱਚ ਵੀ ਆਇਆ। ਪੱਤਰਕਾਰਤਾ ਕੰਮ ਹਮੇਸ਼ਾ ਇਹ ਹੁੰਦਾ ਹੈ ਕਿ ਅਸੀਂ ਆਪਣੇ ਸਮਾਜ ਦੇ ਲਈ ਕੰਮ ਕਰੀਏ, ਉਹਨਾਂ ਨੂੰ ਸੱਚ ਤੋਂ ਰੂਬਰੂ ਕਰਾਈਏ, ਜੋ ਅਸਲ ਸੱਚਾਈ ਹੈ ਨਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਬਹੁਤ ਘੱਟ ਪੱਤਰਕਾਰ ਇਹੋ ਜਿਹੇ ਨੇ ਜਿਹੜੇ ਕਿ ਸੱਚ ਲਿਖਦੇ ਨੇ ਤੇ ਬਾਕੀ ਸੱਚ ਦਿਖਾਉਂਦੇ ਨੇ, ਹੈ ਨਾ। ਅੱਜ ਪੱਤਰਕਾਰਤਾ ਵੀ ਕਿਤੇ ਨਾ ਕਿਤੇ ਲਪੇਟੇ ਦੇ ਵਿੱਚ ਆ ਚੁੱਕੀ ਹੈ ਕਿ ਕਿਉਂਕਿ ਸੋਸ਼ਲ ਮੀਡੀਆ ਇੰਨਾ ਕੁ ਜ਼ਿਆਦਾ ਫੈਲ ਚੁੱਕਿਆ ਹੈ ਕਿ ਹੁਣ ਲੋਕ ਸਭ ਕੁਝ ਜਾਣਦੇ ਨੇ, ਉਹਨਾਂ ਨੂੰ ਸਾਰੀ ਸੱਚਾਈ ਪਤਾ ਹੈ। ਅਸੀਂ ਜਿੰਨਾ ਮਰਜ਼ੀ ਉਹਨੂੰ ਲਪੇਟ ਲਈਏ ਤਾਂ ਵੀ ਸੱਚ ਸਾਹਮਣੇ ਆ ਜਾਂਦਾ। ਸੋ ਟਹਿਣਾ ਸਾਹਿਬ ਜੀ, ਮੈਨੂੰ ਇਹ ਚੀਜ਼ ਬਹੁਤ ਚੰਗੀ ਲੱਗਦੀ ਹੁੰਦੀ ਹੈ ਕਿ ਇਹ ਸੱਚ ਬੋਲਣ ਲੱਗਿਆ ਡਰਦੇ ਨਹੀਂ, ਇਹ ਸਿੱਧੀ ਭਾਵੇਂ ਅਗਲੇ ਦੇ ਗੋਡੇ ਲੱਗੇ ਤੇ ਭਾਵੇਂ ਗਿੱਟੇ ਲੱਗੇ, ਇਹਨਾਂ ਨੇ ਗੱਲ ਕਹਿ ਦੇਣੀ ਹੈ। ਜਿਹੜੀ ਤਾਂ ਅਸਲ ਦੇ ਵਿੱਚ ਨਿਘਾਰ ਤੋਂ ਭਾਵ ਜਿਹੜਾ ਹੈਗਾ ਨੈਤਿਕ ਗਿਰਾਵਟ ਜੀ, ਇਹ ਨੈਤਿਕ ਗਿਰਾਵਟ ਆ ਜਿਹੜੀ ਉਹ ਡਾਕਟਰੀ ਕਿੱਤੇ 'ਚ ਵੀ ਆਈ ਹੈ, ਇਹ ਅਧਿਆਪਨ ਕਿੱਤੇ 'ਚ ਵੀ ਆਈ ਆ, ਵਪਾਰ 'ਚ ਵੀ ਆਈ ਆ, ਗਾਇਕੀ 'ਚ ਵੀ ਆਈ ਆ, ਉਵੇਂ ਪੱਤਰਕਾਰਤਾ 'ਚ ਵੀ ਆਈ ਆ, ਰਾਜਨੀਤੀ ਧਰਮ ਸਾਰੀ ਹਰ ਕਿਸੇ। ਦੇਖੋ ਮਨੁੱਖ ਆ ਨਾ, ਮਨੁੱਖੀ ਪੱਤਰਕਾਰ ਆ, ਮਨੁੱਖੀ ਡਾਕਟਰ ਆ, ਮਨੁੱਖੀ ਮਾਸਟਰ ਆ, ਮਨੁੱਖੀ ਵਪਾਰੀ ਆ, ਮਨੁੱਖੀ ਹਰ ਕੁਛ ਆ। ਸੋ ਉਹ ਮਨੁੱਖ ਦੇ ਸੁਭਾਅ ਦੇ ਵਿੱਚ, ਮਨੁੱਖ ਦੀਆਂ ਲੋੜਾਂ ਦੇ ਵਿੱਚ, ਮਨੁੱਖ ਦੇ ਲਾਲਚਾਂ ਦੇ ਵਿੱਚ ਕਈ ਤਰ੍ਹਾਂ ਦੀ ਤਬਦੀਲੀ ਆਈ ਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ। ਅਸੀਂ ਨਹੀਂ ਕਹਿੰਦੇ ਵੀ ਅਸੀਂ 100% ਆਪਦੀ ਕੋਸ਼ਿਸ਼ ਸਫਲ ਆ, ਪਰ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਵੀ ਸੱਚ ਦੇ ਨੇੜੇ ਤੇੜੇ ਰਿਹਾ ਜਾਵੇ। ਬਿਲਕੁਲ। ਤੇ ਭਾਜੀ ਬ੍ਰੇਕ ਦਾ ਟਾਈਮ ਨਹੀਂ ਹੋਇਆ ਵੈਸੇ, ਪਰ ਨਾ ਉਹ ਆਉਂਦੇ ਹੀ ਹਾਸੇ ਨਾਲ ਅੰਸੂ ਜੇ ਮੈਂ ਨਾਲੇ ਸਾਫ ਕਰਨਾ ਉਹਦੇ ਬ੍ਰੇਕ ਇੱਕ ਲੈ ਲਈਏ ਨਾਲ ਹੀ ਰੱਖਦੇ ਲੱਗਦੇ ਦਿਮਾਗ ਤੇ। ਦਰਸ਼ਕੋ ਇੱਕ ਬ੍ਰੇਕ ਲੈ ਲਈਏ ਫਟਾਫਟ, ਤੇ ਸਮਾਂ ਨਹੀਂ ਗਵਾਉਣਾ, ਫਟਾਫਟ ਆ ਗਏ ਅਸੀਂ ਤੁਹਾਡੇ ਕੋਲ। ਅੱਜ ਜਿਹੜਾ ਇੱਕ ਸਾਡਾ ਇੱਕ ਵਨ ਆਫ ਦਾ ਗੁੱਡ ਡੇ ਹੈ ਕਿ ਸਵਰਨ ਟਹਿਣਾ ਭਾਅ ਜੀ ਅਤੇ ਭੈਣ ਜੀ ਥਿੰਦ ਸਾਡੇ ਨਾਲ ਅੱਜ ਸਟੂਡੀਓ ਵਿੱਚ ਨੇ, ਅਤੇ ਸਾਂਝ ਸਪੋਰਟਸ ਐਂਡ ਕਲਚਰ ਕਲੱਬ ਔਕਲੈਂਡ ਨਿਊਜ਼ੀਲੈਂਡ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਹੈ ਕਿ ਭਾਅ ਜੀ ਹੋਰਾਂ ਨੂੰ, ਭੈਣ ਜੀ ਹੋਰਾਂ ਨੂੰ ਇਹ ਨਿਊਜ਼ੀਲੈਂਡ ਦੀ ਇਹਨਾਂ ਨੇ ਫੇਰੀ ਲਵਾਈ ਹੈ, ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਸੀਗੀ ਇੱਥੇ ਇਹਨਾਂ ਦੇ। ਭਾਅ ਜੀ ਤੁਹਾਡੇ ਬਹੁਤ ਹੀ ਭਗਤ ਨੇ, ਮੈਂ ਉਹਨਾਂ ਚੋਂ ਇੱਕ ਹਾਂ, ਸਾਰੇ ਹੀ ਪੰਜਾਬੀਆਂ ਦਾ ਦਿਲੀ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਪੱਤਰਕਾਰਤਾ ਵੀ ਹੈਗੀ ਤਾਂ ਖੇਤੀਬਾੜੀ ਹੈ, ਬਾਕੀ ਕਿੱਤਿਆਂ ਦੇ ਵੱਲੋਂ ਇਹ ਵੀ ਇੱਕ ਕਿੱਤਾ। ਅਸੀਂ ਤਾਂ ਧੰਨਵਾਦੀ ਤੁਹਾਡੇ ਹਾਂ ਪੰਜਾਬੀਆਂ ਦੇ, ਵੀ ਜਿਹੜੇ ਅਸੀਂ ਤਾਂ ਵੀ ਰੋਜ਼ੀ ਰੋਟੀ ਦੇ ਲਈ ਸਾਰੇ ਬੰਦੇ ਕੰਮ ਕਰਦੇ ਹਾਂ, ਪਰ ਨਾਲ ਤੁਸੀਂ ਸਾਨੂੰ ਬੋਨਸ ਦੇ ਵਿੱਚ ਇੰਨੀ ਮੁਹੱਬਤ ਦਿੰਦੇ ਹੋ, ਅਸੀਂ ਤੁਹਾਡਾ ਇਹ ਬੋਨਸ ਗਵਾਈਏ ਨਾ, ਸਾਡੀ ਦਿਲੀ ਇੱਛਾ ਇਹ ਹੈ। ਭਾਜੀ ਦੇਣ ਤੋਂ ਬਿਨਾਂ ਰਹਿ ਨਹੀਂ ਹੁੰਦਾ, ਤੁਸੀਂ ਤੁਹਾਡੇ ਅੰਦਰ ਮੈਗਨੇਟ ਐਸਾ ਨਾ ਵੀ ਰਹਿ ਨਹੀਂ ਹੁੰਦਾ। ਤੇ ਭਾਜੀ ਜੇ ਤੁਹਾਨੂੰ ਕੋਈ ਬਹੁਤ ਵੱਡਾ ਕੋਈ ਪਬਲਿਸ਼ਰ ਕਵੇ ਕਿ ਇੱਕ ਬੁੱਕ ਲਿਖਣੀ ਹੈ, ਤੇ ਜਿਹੜਾ ਵਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜੀ ਸਰਗਵਾਸੀ ਸੁਣ ਹੀ ਰਹੇ ਹੋਣੇ, ਉਹ ਵੀ ਆਪਾਂ ਨੂੰ ਕਿਤੇ ਨਾ ਕਿਤੇ ਦੇਖ ਰਹੇ ਹੋਣੇ ਆ, ਤੇ ਜਾਂ ਕੋਈ ਐਸਾ ਸ਼ਾਇਰ ਜਿਹਨੇ ਉਦਾਸੀ ਦੇ ਰਿਕਾਰਡ ਬੰਨੇ ਹੋਣ, ਤੁਸੀਂ ਆਪਣੇ ਇਸ ਸਟਾਈਲ 'ਚ ਉਹਨਾਂ 'ਤੇ ਬੁੱਕ ਲਿਖੋਗੇ? ਦੇਖੋ ਮੈਂ ਹੁਣ ਤੱਕ 7 ਕਿਤਾਬਾਂ ਲਿਖੀਆਂ। ਅੱਛਾ। ਤੇ ਉਹ 7 ਕਿਤਾਬਾਂ ਜਿਹੜੀਆਂ ਉਹ ਵੱਖ ਵੱਖ ਸ਼ਖਸੀਅਤਾਂ ਬਾਰੇ ਆ ਜਿਨ੍ਹਾਂ ਨੇ ਸਮਾਜ ਦੇ ਵਿੱਚ ਕੁਝ ਕੀਤਾ ਬਹੁਤ ਆ, ਪਰ ਬਦਲੇ ਹੋਏ ਮਾਹੌਲ ਦੇ ਵਿੱਚ, ਬਦਲੇ ਹੋਏ ਸਮੇਂ ਦੇ ਵਿੱਚ ਉਹ ਲੋਕ ਰੋਟੀ ਟੁੱਕ ਤੋਂ ਵੀ ਮੁਤਾਜ ਹੋ ਗਏ, ਵਿਰਵੇ ਹੋ ਗਏ, ਵਾਂਝੇ ਹੋ ਗਏ। ਸੋ ਜੇ ਤੁਸੀਂ ਕਹਿੰਦੇ ਹੋ ਵੀ ਭਾਈ ਕਿਤਾਬ ਲਿਖਣ ਦਾ ਮੌਕਾ ਮਿਲੇ, ਹਾਂ ਮੈਂ ਬਿਲਕੁਲ ਲਿਖਣੀ ਚਾਹੂੰਗਾ। ਮੇਰੀ ਦਿਲੀ ਇੱਛਾ ਇਹ ਹੈ ਕਿ ਮੈਂ ਉਹਨਾਂ ਲੋਕਾਂ ਦੇ ਬਾਰੇ ਹੋਰ ਲਿਖਾਂ ਜਿਹੜੇ ਲੋਕਾਂ ਨੇ ਪੰਜਾਬੀ ਸੱਭਿਆਚਾਰ ਲਈ, ਪੰਜਾਬੀ ਦੇ ਵੱਖ ਵੱਖ ਜਿਹੜੇ ਸਾਡੇ ਸੱਭਿਆਚਾਰ ਦੇ ਅੰਗ ਆ ਉਹਨਾਂ ਦੇ ਲਈ ਨਿੱਠ ਕੇ ਕੰਮ ਕੀਤਾ, ਜਿਨ੍ਹਾਂ ਨੇ ਸਵੈ
ਦਿਲੀ ਨਹੀਂ ਕੀਤਾ ਜਿਨ੍ਹਾਂ ਨੇ ਸਮਾਜ ਲਈ ਕੀਤਾ। ਤੇ ਮੈਂ ਦੇਖਦਾ ਵੀ ਭਾਈ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਆ, ਹਰਮਨ ਜੀ ਤੇ ਮੈਂ ਚੱਜ ਦੇ ਵਿਚਾਰ ਦੇ ਵਿੱਚ ਕਈ ਵਾਰ ਪ੍ਰੋਗਰਾਮ ਕਰਕੇ ਆਏ ਹਾਂ, ਚਤਰ ਸਿੰਘ ਪਰਵਾਨਾ ਜਿਹਨੂੰ ਗੁਆਂਢੀ ਵੀ ਨਹੀਂ ਜਾਣਦੇ, ਤੇ ਉਸ ਬੰਦੇ ਨੇ ਕਿੰਨੇ ਸੈਂਕੜੇ ਗੀਤ ਲਿਖ ਕੇ ਤੇ ਕਈ ਕਲਾਕਾਰਾਂ ਨੂੰ ਸੁਪਰ ਹਿੱਟ ਕੀਤਾ। ਹੋਰ ਅਸੀਂ ਇੱਕ ਮਿਰਜ਼ਾ ਸੰਗੋਵਾਲੀਆ, ਠੀਕ ਆ, ਉਹ ਵਿਚਾਰੇ ਦੀ ਹੁਣ ਮੌਤ ਹੋ ਗਈ ਹੈ, ਪਰ ਅਸੀਂ ਉਹਨਾਂ ਦੀ ਮੌਤ ਤੋਂ ਕੁਝ ਕੁ ਮਹੀਨੇ ਪਹਿਲਾਂ ਇੱਕ ਮੁਲਾਕਾਤ ਕੀਤੀ, ਕੁਝ ਕੁ ਤਿਲ ਫੁੱਲ ਉਹਨਾਂ ਦੀ ਲੋਕਾਂ ਨੇ ਮਦਦ ਕੀਤੀ ਹੈ, ਜਿਹੜੇ ਉਹ ਵੀ ਅਸੀਂ ਇੱਕ ਪੁਲ ਦਾ ਕੰਮ ਜ਼ਰੀਆ ਮਾਮੂਲੀ ਜਿਹਾ ਬਣੇ ਹਾਂ, ਪਰ ਉਹਨਾਂ ਦੇ ਤਾਂ ਬਹੁਤ ਵੱਡੇ ਕਲਾਕਾਰ ਰਹੇ ਹੈ। ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਫਿਰ ਲਿਖਣੀ ਚਾਹੂੰਗਾ, ਤੇ ਮੈਂ ਲਿਖ ਵੀ ਰਿਹਾ, ਤੇ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਹਨਾਂ ਲੋਕਾਂ ਨੂੰ ਮਿਲਦਾ ਜਿਹਨਾਂ ਦਾ ਇੰਨਾ ਵੱਡਾ ਤਜਰਬਾ, ਤੇ ਉਹਨਾਂ ਲੋਕਾਂ ਦੇ ਕੋਲੋਂ ਕੁਝ ਸਾਨੂੰ ਸਿੱਖਣ ਨੂੰ ਮਿਲਦਾ। ਅੱਛਾ, ਕੋਈ ਐਸਾ ਰਾਜਨੀਤੀ ਦੇ ਪਹਿਲੂ ਤੋਂ ਕੋਈ ਤੁਹਾਨੂੰ ਪ੍ਰਭਾਵਿਤ ਕਰਦਾ ਹੋਵੇ ਕਿ ਜਿਹਦੇ 'ਤੇ ਤੁਸੀਂ ਆਪਣੇ ਸ਼ਬਦਾਂ 'ਚ ਬੁੱਕ ਲਿਖਣੀ ਹੋਵੇ? ਮਤਲਬ ਮੈਂ ਇੱਥੇ ਕਿਸੇ ਨੂੰ ਇਹ ਨਹੀਂ ਇੰਪ੍ਰੈਸ਼ਨ ਦੇਣਾ ਚਾਹੁੰਦਾ ਵੀ ਤੁਹਾਡਾ ਕੋਈ ਰਾਜਨੀਤਿਕ ਉਸ ਪਾਸੇ ਪਹਿਲੂ ਹੈ ਜਾਂ ਉਹ ਚੀਜ਼ ਨਹੀਂ, ਜੇ ਤੁਸੀਂ ਨਾ ਵੀ ਸ਼ੇਅਰ ਕਰਨਾ ਚਾਹੋ ਬਿਲਕੁਲ, ਮੈਂ ਪ੍ਰਭਾਵ ਪਰ ਗੱਲ ਇਹ ਹੈ ਕਿ ਦੇਖੋ ਕਦੇ ਵੀ ਕਿਸੇ ਦੀ ਇੰਨੀ ਸਿਫਤ ਨਹੀਂ ਕਰਨੀ ਚਾਹੀਦੀ, ਭਾਵੇਂ ਉਹ ਕੋਈ ਵੀ ਕੰਮ ਕਿ ਕੱਲ ਨੂੰ ਉਹ ਬੰਦਾ ਕੋਈ ਇਹੋ ਜਿਹੀ ਗਲਤੀ ਕਰ ਦੇਵੇ, ਕੋਈ ਇਹੋ ਜਿਹਾ ਬਿਆਨ ਦੇ ਦੇਵੇ, ਕੋਈ ਇਹੋ ਜਿਹੀ ਕਰਤੂਤ ਕਰ ਦੇਵੇ ਕੌੜੇ ਸ਼ਬਦਾਂ 'ਚ, ਮੈਂ ਹੁਣ ਤੱਕ ਤੁਹਾਡੀ ਸਿਫਤ ਹੀ ਕਰਦਾ ਰਿਹਾ ਭਾਜੀ, ਅੱਜ ਵਧੀਆ ਨਹੀਂ ਲੱਗ ਰਿਹਾ। ਨਹੀਂ ਮੈਂ ਬਈ ਜੇ ਮੰਨ ਲਓ ਉਹਨੇ ਕੋਈ ਗਲਤੀ ਕਰਤੀ ਤਾਂ ਫਿਰ ਤੁਹਾਨੂੰ ਨਿਮੋ ਝੂਣੇ ਹੋਣਾ ਪਵੇ, ਤੁਹਾਨੂੰ ਨਮੋਸ਼ੀ ਹੋਵੇ ਵੀ ਯਾਰ ਮੈਂ ਤਾਂ ਇਹਦੇ ਬਾਰੇ ਇੱਕ ਵਾਰੀ ਆਹ ਕਿਹਾ ਸੀ ਤੇ ਇਹਨੇ ਤਾਂ ਜਾ ਕਰਤਾ। ਕਦੇ ਵੀ ਕਿਸੇ ਦੀ ਇੰਨੀ ਆਲੋਚਨਾ ਨਹੀਂ ਕਰਨੀ ਚਾਹੀਦੀ ਵੀ ਉਹ ਕੱਲ ਨੂੰ ਹੋ ਸਕਦਾ ਬੰਦਾ ਸੁਧਰ ਗਏ, ਬੰਦਾ ਹੋ ਸਕਦਾ ਸਮਾਜ ਪੱਖੀ ਕੋਈ ਚੰਗੀ ਗੱਲ ਕਰ ਦੇਵੇ। ਸੋ ਬੰਦੇ ਦੀ ਜਿਹੜੀ ਨਾ ਉਹਦੇ ਪੜਚੋਲ ਆ ਜਿਹੜੇ ਵਿਅਕਤੀਤਵ ਦੀ, ਉਹ ਥੋੜੀ ਜਿਹੀ ਸੋਚ ਸਮਝ ਕੇ ਕਰਨੀ ਚਾਹੀਦੀ ਆ। ਅੱਜ ਮੈਂ ਕਹਿੰਦਾ ਕਿ ਕੈਪਟਨ ਸਰਕਾਰ ਨੇ ਕਮਾਲਾਂ ਕਰਤੀਆਂ, ਪਰ ਮੇਰੇ ਹੁਣ ਇਹ ਕਮਾਲ ਸ਼ਬਦ ਭੌਮਿਆਂ 'ਚ ਆ ਵੀ ਇਹ ਕਿੰਨੀਆਂ ਕਰਤੀਆਂ ਤਾਂ ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਪਰ ਉਸ ਤਰੀਕੇ ਦੇ ਨਾਲ ਹੀ ਆ ਵੀ ਹੁਣ ਜੇ ਤਾਂ ਕਿਸੇ ਨੂੰ ਗਾਉਂ ਹੋਇਆ, ਕਿਸੇ ਨੂੰ ਗਰਜ ਆ, ਉਹ ਤਾਂ ਕਹੂਗਾ ਜੀ ਕਿ ਭਾਈ ਸੜਕਾਂ ਮਖਮਲੀ ਬਣ ਗਈਆਂ, ਲਓ ਜੀ ਉਹਨਾਂ ਨੇ ਸਾਰੇ ਵਾਅਦੇ ਪੂਰੇ ਕਰਤੇ। ਹੁਣ ਮੈਂ ਇਹ ਗੱਲ ਕਿਵੇਂ ਕਹਿ ਦਿਆਂ, ਮੈਂ ਤਾਂ ਦੱਸਦਾ ਨਹੀਂ, ਉੱਥੇ ਕਿਸੇ ਦਾ ਟਾਇਰ ਫਸਿਆ ਹੋਵੇ ਸੜਕ ਤੇ ਸਾਡਾ ਤਾਂ ਆਪਦਾ ਫਸਦਾ, ਅਸੀਂ ਤਾਂ ਟੋਏ ਤੋਂ ਬਚਦੇ, ਕੁੱਤਾ ਫਸਾ ਲੈਂਦਾ ਸਾਨੂੰ, ਕੁੱਤੇ ਤੋਂ ਬਚਦੇ ਗਾਂ ਫਸਾ ਲੈਂਦੀ ਸਾਨੂੰ, ਘਰ ਜਾਂਦਿਆਂ ਜਾਂਦਿਆਂ ਮਤਲਬ ਅਸੀਂ ਤਾਂ ਟੈਲੀਵਿਜ਼ਨ ਤੇ ਖਤਰੋਂ ਖਤ ਲੜੀ ਐਵੇਂ ਚੱਲੀ ਜਾਂਦਾ, ਸਾਨੂੰ ਲੈਣ ਅਸੀਂ ਜਿੱਤ ਜਾਣਾ। ਸਹੀ ਗੱਲ ਆ, ਮਤਲਬ ਵੀ ਸੱਚਾਈ ਹੀ ਵਧੀਆ, ਔਰ ਜੇ ਆਵੇ ਟਹਿਣਾ ਭਾਜੀ ਦੇ ਸਟਾਈਲ 'ਚ ਤੇ ਫਿਰ ਤਾਂ ਉਹਨੂੰ ਵੀ ਸੁਣ ਕੇ ਸੁਹਾਗਾ ਨਾਲ ਭੈਣ ਜੀ ਖਿੰਦ ਲਾ ਜਾਂਦੇ ਨੇ। ਅੱਛਾ ਭੈਣ ਜੀ, ਜਿੱਦਾਂ ਹੁਣ ਚੱਜ ਦਾ ਵਿਚਾਰ ਜਿਹੜਾ ਪ੍ਰੋਗਰਾਮ ਉਹ ਤੁਸੀਂ ਉਹਦੀ, ਮੈਂ ਪਹਿਲਾਂ ਵੀ ਕਿਹਾ ਵੀ ਪ੍ਰੋਗਰਾਮ ਦੀ ਰੀੜ ਦੀ ਹੱਡੀ ਹੋ ਤੁਸੀਂ, ਤੇ ਜੇ ਤੁਹਾਨੂੰ ਕੋਈ ਐਸੇ ਪ੍ਰੋਗਰਾਮ ਦੀ ਔਫਰ ਆਵੇ, ਠੀਕ ਹੈ ਜੀ, ਕਿ ਇਹ ਤਾਂ ਚਲੋ ਕਰੀ ਚੱਲੋ, ਇਹ ਤਾਂ ਮੈਂ ਕਹਿੰਦਾ ਦਰਸ਼ਕ ਚਾਹੁੰਦੇ ਨਹੀਂ ਕਦੀ ਬੰਦ ਹੀ ਨਾ ਹੋਵੇ, ਠੀਕ ਹੈ, ਤੇ ਇਹ ਕਰੀ ਚੱਲੋ, ਪਰ ਇੱਕ ਹੋਰ ਪ੍ਰੋਗਰਾਮ ਹੈ ਜਿੱਥੇ ਜੋ ਮਰਜ਼ੀ ਗੱਲਾਂ ਹੋ ਜਾਣ ਤੁਸੀਂ ਹੱਸਣਾ ਨਹੀਂ, ਕਰੋਗੇ ਤੁਸੀਂ ਦੱਸੋ? ਮੈਂ ਪਰ ਮੈਂ ਟਿੱਪਣੀ ਕਰਨੀ ਚਾਹੁੰਦਾ, ਤੁਸੀਂ ਇਹਨਾਂ ਨੂੰ 5 ਲੱਖ ਰੁਪਇਆ ਮਹੀਨਾ ਦੇ ਦਿਓ, ਇਹ ਚੱਲਣਾ ਨਹੀਂ, ਜਿਹੜੀ ਚੀਜ਼ ਬਿਨਾਂ ਮੈਂ ਰਹਿ ਨਹੀਂ ਸਕਦੀ ਯਾਨੀ ਹਾਸਾ, ਉਹ ਵੀ ਮੈਨੂੰ ਪੂਰਨ ਤੌਰ ਦੇ ਉੱਪਰ ਆਪਣਾ ਸ਼ੌਂਕ ਨਿਭਾਉਣ ਦੀ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੋਇਆ। ਸੋ ਇੱਥੇ ਜੇ ਮੈਂ ਚੱਜ ਦਾ ਵਿਚਾਰ ਕਰ ਰਹੀ ਹਾਂ ਤਾਂ ਉਹ ਇੱਕ ਸੁਪਨਿਆਂ ਨੂੰ ਸੱਚ ਕਰਨ ਵਾਲੀ ਚੀਜ਼ ਹੈ, ਹੈ ਨਾ, ਤੇ ਪਰ ਗੱਲ ਇਹ ਹਮੇਸ਼ਾ ਇਨਸਾਨ ਕੁਝ ਨਾ ਕੁਝ ਨਵਾਂ ਜ਼ਰੂਰ ਕਰਦਾ ਰਹਿੰਦਾ ਹੈ, ਪਰ ਜੇ ਬਿਨਾਂ ਹਾਸੇ ਤੋਂ ਕੋਸ਼ਿਸ਼ ਜ਼ਰੂਰ ਕਰਕੇ ਵੇਖਣੀ ਚਾਹੀਦੀ ਹੈ ਹਰੇਕ ਚੀਜ਼ ਦੀ, ਮੈਨੂੰ ਲੱਗਦਾ ਹੁੰਦਾ ਹੈ, ਕਿਉਂਕਿ ਕਈ ਵਾਰ ਐਂ ਹੁੰਦਾ ਹੈ ਕਿ ਜਿਹੜੀ ਇੱਕ ਆਪਾਂ ਨੂੰ ਪਰਸਨੈਲਿਟੀ ਕਿਸੇ ਇਨਸਾਨ ਦੀ ਲੱਗਦੀ ਹੈ ਉਹ ਦੂਸਰੇ ਪਾਸੇ ਜੇਕਰ ਕੰਮ ਕਰੇ ਤਾਂ ਜ਼ਿਆਦਾ ਵਧੀਆ ਹੋਰ ਨਿਖਰ ਕੇ ਆਉਂਦੀ ਹੈ, ਹੈ ਨਾ। ਸੋ ਕੋਸ਼ਿਸ਼ ਤਾਂ ਜ਼ਰੂਰ ਕਰਦੇ ਰਹਿਣਾ ਚਾਹੀਦਾ। ਇਹ ਚੱਜ ਦਾ ਵਿਚਾਰ ਤੋਂ ਬਿਨਾਂ ਇੱਕ ਹੋਰ ਪ੍ਰੋਗਰਾਮ ਕਰ ਲਓ, ਮਾਵਾਂ ਦੀ ਬਹੁਤ ਕੁਰਬਾਨੀ ਹੈ, ਬਹੁਤ ਦੇਣ ਆ, ਪਰ ਹੁਣ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈ। ਜਿਹੜੀਆਂ ਔਰਤਾਂ ਨੇ ਆਪਦੀ ਜ਼ਿੰਦਗੀ 'ਚ ਤਬਦੀਲੀ ਕੀਤੀ ਜਾਂ ਕਿਸੇ ਲਈ ਰਾਹ ਦਸੀਰੀਆਂ ਸਾਬਤ ਹੋਈਆਂ, ਇਹ ਤੇ ਰਮਨ ਤੌਰ ਜੀ ਉਹਨਾਂ ਔਰਤਾਂ ਬਾਰੇ ਪ੍ਰਾਈਮ ਵਿਮਨ ਪ੍ਰੋਗਰਾਮ ਕਰਦੇ ਆ, ਉਸ ਪ੍ਰੋਗਰਾਮ ਦੀ ਵੀ ਚੋਖੀ ਮੰਗ ਹੈਗੀ ਆ। ਉਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਉਹਨਾਂ ਔਰਤਾਂ ਦਾ ਜ਼ਿਕਰ ਜ਼ਰੂਰ ਕਰਦੇ ਆ ਜਿਨ੍ਹਾਂ ਦੇ ਗੱਲ ਕਰਦੇ ਸੀਰੀਅਸ ਹੋ ਗਏ, ਕਿਉਂਕਿ ਉਹ ਥੋੜਾ ਜਿਹਾ ਇਸ ਤੋਂ
ਉਲਟ ਪ੍ਰੋਗਰਾਮ ਹੈ ਹਾਸੇ ਠੱਠੇ ਤੋਂ, ਪਰ ਕੋਸ਼ਿਸ਼ ਕਰਦੇ ਹਾਂ ਉਹਦੇ 'ਚ ਵੀ ਹਾਸਾ ਠੱਠਾ ਰਹੇ, ਪਰ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਔਰਤਾਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ ਜਿਨ੍ਹਾਂ ਨੇ, ਜਿਨ੍ਹਾਂ ਦੀ ਕੋਈ ਸਮਾਜ ਨੂੰ ਦੇਣ ਹੈ, ਜਿਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਦੇ ਬਾਰੇ 'ਚ ਲੋਕ ਨਹੀਂ ਜਾਣਦੇ, ਉਹ ਲੁਕੀਆਂ ਹੋਈਆਂ ਨੇ ਕਿਤੇ, ਪਰ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ। ਉਹਨਾਂ ਦੇ ਬਾਰੇ 'ਚ ਹੋਰ ਔਰਤਾਂ ਦੀਆਂ ਜਿਹੜੀਆਂ ਸਿਹਤ ਸਮੱਸਿਆਵਾਂ ਨੇ ਉਹਦੇ ਬਾਰੇ 'ਚ ਗੱਲਬਾਤ ਹੁੰਦੀ ਹੈ, ਜਾਂ ਹੋਰ ਨਿੱਜਤਾ ਨਾਲ ਜੁੜੀਆਂ ਜੀ ਸਾਰੀਆਂ, ਮਤਲਬ ਉਹ ਪੂਰਾ ਇੱਕ ਲੇਡੀਜ਼ ਪ੍ਰੋਗਰਾਮ। ਬਹੁਤ ਵਧੀਆ, ਬਹੁਤ ਵਧੀਆ। ਜਿਹੜਾ ਉੱਤਮ ਜੀ ਨੇ ਕਿਹਾ ਨਾ ਕਿ ਤੁਸੀਂ ਕੋਈ ਹੋਰ ਕਰਨਾ ਹੋਵੇ, ਅੱਜ ਮੋਬਾਈਲ 'ਤੇ ਇੱਕ ਵੀਡੀਓ ਬਣਾ ਕੇ ਦੇਖਿਓ, 5 ਮਿੰਟ ਦੀ ਬੜੀ ਗੰਭੀਰ ਕਿਸੇ ਵਿਸ਼ੇ ਦੇ ਉੱਤੇ, ਤੁਹਾਡਾ ਫਿਰ ਹਾਸਾ ਨਿਕਲ ਜਾਣਾ। ਨਹੀਂ, ਪਰ ਗੱਲ ਇਹ ਹੈ ਉੱਤਮ ਜੀ, ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਕਈ ਵਾਰ ਦਰਸ਼ਕਾਂ ਦੀ ਪ੍ਰਤੀਕਿਰਿਆ ਆਉਂਦੀ ਹੈ ਕਿ ਅੱਜ ਤੁਸੀਂ ਹੱਸੇ ਨਹੀਂ, ਸ਼ਾਇਦ ਉਹਨਾਂ ਨੂੰ ਵੀ ਹੁਣ ਮੈਂ ਬਿਨਾਂ ਹਾਸੇ ਤੋਂ ਚੰਗੀ ਨਹੀਂ। ਮੈਂ ਤਾਂ ਦੱਸਿਆ ਨਾ, ਜੇ ਰੀੜ ਦੀ ਹੱਡੀ 'ਚ ਕੁਛ ਵੀ ਗੜਬੜ ਹੁੰਦੀ ਨਾ, ਬੰਦਾ ਨਹੀਂ ਤੁਰ ਸਕਦਾ। ਮੈਂ ਜਦੋਂ ਸੋਚਦਾ ਨਾ ਤੁਹਾਡੇ ਦੋਨਾਂ ਬਾਰੇ ਪ੍ਰੋਗਰਾਮ ਦੇਖਦਾ, ਇੱਕ ਤਾਂ ਹੈ ਕਿ ਵੀ ਮੈਂ ਪ੍ਰੋਗਰਾਮ ਮਿਸ ਨਹੀਂ ਜੇ ਕਰਦਾ, ਮੈਨੂੰ ਤੁਸੀਂ ਉੱਥੇ ਹੁਣ ਟੌਪ ਫੈਨ ਵੀ ਕਿਤੇ, ਠੀਕ ਹੈ, ਤੇ ਮਤਲਬ ਤੁਹਾਡੇ ਬਿਨਾਂ ਇਹ ਭਾਜੀ ਮਤਲਬ ਮਾਈਂਡ ਨਾ ਕਰਿਓ, ਇਹਨਾਂ ਬਿਨਾਂ ਇਹ ਪ੍ਰੋਗਰਾਮ ਜਿਹੜਾ ਨਾ, ਮੈਂ ਤਾਂ ਜੀ ਬਿਲਕੁਲ ਚਿੱਟੇ ਰਿਣ ਵਾਂਗੂ ਸਾਫ ਹੈ ਇਹ ਗੱਲ। ਅੱਛਾ, ਇੱਕ ਤੁਹਾਡੀ ਪ੍ਰੈਕਟਿਸ ਕਰਾਈਏ ਬਿਨਾਂ ਹੱਸਣ ਦੀ, ਕੋਸ਼ਿਸ਼ ਇਹ ਵਾਲਾ ਸਵਾਲ ਪੁੱਛਦੇ ਆ, ਨਹੀਂ ਨਹੀਂ ਰਹਿ ਹੋਣਾ ਤੁਹਾਡੀ ਗੱਲ ਠੀਕ ਹੈ, ਨਹੀਂ ਕੋਈ ਗੱਲ ਨਹੀਂ, ਆਪਾਂ ਨਹੀਂ ਉਹ ਕਰਾਉਣੀ, ਇੱਦਾਂ ਹੀ ਤੁਸੀਂ ਹੱਸਦੇ ਰਹੋ, ਜਿਹੜਾ ਇਹ ਹਾਸਾ ਹੀ ਹੈ ਨਾ, ਬਸ ਇਹੀ ਆਪਾਂ ਆਏ ਹਾਂ ਕਰਨ ਦੁਨੀਆਂ 'ਚ ਨਾ, ਇਹ ਜਿੰਨਾ ਟਾਈਮ ਹੱਸਦੇ ਖੇਡਦੇ ਨਿਕਲ ਜੇ ਨਾ, ਉਹੀ ਵਧੀਆ ਟਾਈਮ ਹੈ। ਬਿਲਕੁਲ ਸਹੀ। ਅੱਛਾ ਭਾਜੀ, ਜੇ ਤੁਸੀਂ ਇਹ ਜਿੱਦਾਂ ਆਪਾਂ ਨੂੰ ਸਭ ਨੂੰ ਪਤਾ ਵੀ ਤੁਸੀਂ ਪੱਤਰਕਾਰਿਤਾ, ਤੁਸੀਂ ਦੱਸਿਆ ਵੀ ਚਾਹੇ ਉਹ ਲੋੜ ਸੀ ਅਤੇ ਚਾਹੇ ਮਤਲਬ ਤੁਹਾਡਾ ਤੁਹਾਡੇ ਅੰਦਰ ਵੀ ਉਹ ਸਾਰੀ ਚੀਜ਼ ਸੀਗੀ, ਅਤੇ ਜੇ ਤੁਸੀਂ ਪੱਤਰਕਾਰਿਤਾ 'ਚ ਨਾ ਹੁੰਦੇ, ਜਾਂ ਕਦੀ ਕਹੀਏ ਕਿ ਰੱਬ ਨਾ ਕਰੇ ਤੁਹਾਨੂੰ ਪੱਤਰਕਾਰਿਤਾ ਤੋਂ ਕਿਸੇ ਹੋਰ ਚੀਜ਼ 'ਚ ਮੂਵ ਕਰਨਾ ਪਵੇ, ਤਾਂ ਪਲੀਜ਼ ਓਨੈਸਟੀ ਨਾਲ ਦੱਸਿਓ ਵੀ ਕੋਈ ਐਸੀ ਚੀਜ਼ ਹੋਰ ਤੁਹਾਡੇ ਮਾਇੰਡ 'ਚ ਹੈਗੀ ਕਿ ਪੱਤਰਕਾਰਿਤਾ ਤੋਂ ਇਲਾਵਾ ਮੈਂ ਮਤਲਬ ਪੂਰੀ ਕਰਨੀ ਆ, ਉਹ ਕਰਨੀ ਹੈ ਚੀਜ਼। ਦੇਖੋ, ਇੱਕ ਤਾਂ ਹੁੰਦਾ ਉੱਤਮ ਜੀ ਰਸਮੀ ਜਾਂ ਉੱਤਰ, ਹਾਂਜੀ, ਪਰ ਇਹ ਸੱਚੀ ਗੱਲ ਹੈ ਕਿ ਮੈਨੂੰ ਹੋਰ ਕੁਛ ਆਉਂਦਾ ਵੀ ਨਹੀਂ ਤੇ ਮੈਂ ਹੋਰ ਕੁਛ ਕਰਨਾ ਵੀ ਨਹੀਂ। ਉੱਤਰ ਮੈਂ ਦੇ ਸਕਦੀ ਹਾਂ, ਪਹਿਲਾਂ ਟਾਣਾ ਸਾਹਿਬ ਪੂਰਾ ਕਰ ਲੈਣ ਆਪਣਾ ਜਵਾਬ, ਫਿਰ ਮੈਨੂੰ ਨਾ ਲਿਖਣ ਤੇ ਪੜ੍ਹਨ ਤੋਂ ਬਿਨਾਂ ਕੁਛ ਸੋਚਦਾ ਹੀ ਨਹੀਂਗਾ। ਅੱਛਾ ਜੀ। ਤੇ ਇਹਨਾਂ ਨੂੰ ਮੇਰੇ ਨਾਲੋਂ ਵੱਧ ਪਤਾ ਇਸ ਗੱਲ ਦਾ, ਕਿਉਂਕਿ ਅਸੀਂ ਲੰਮਾ ਸਮਾਂ ਇਕੱਠੇ ਰਹਿੰਦੇ ਹਾਂ। ਹਾਂਜੀ। ਤੇ ਜੇ ਤਾਂ ਮੈਂ ਨਾ ਸ਼ੁਰੂ ਦੇ ਵਿੱਚ ਹੀ ਪੱਤਰਕਾਰੀ 'ਚ ਪਿਆ ਹੁੰਦਾ, ਹਾਂਜੀ, ਤਾਂ ਹੁਣ ਤੱਕ ਜਾਂ ਤਾਂ ਮੈਂ ਕੋਈ ਦੁਕਾਨ ਪਾਈ ਹੋਣੀ ਸੀ, ਹਾਂਜੀ, ਰੋਟੀ ਰੋਜ਼ੀ ਤਾਂ ਚਲਾਉਣੀ ਆ, ਹਾਂਜੀ, ਟੱਬਰ ਪਾਲਣਾ ਹੀ ਆ, ਹਾਂਜੀ। ਦੁਕਾਨ ਵਾਲੇ 600 ਰੁਪਇਆ ਮਹੀਨਾ, ਤੇ ਹੋ ਸਕਦਾ ਵੀ ਹੁਣ ਤੱਕ ਮੇਰੇ ਕੋਲ 4-6 ਲੜ ਆ ਜਾਂਦੇ ਤੇ ਮੈਂ ਆਪਦੀ ਦੁਕਾਨ ਪਾ ਲੈਂਦਾ, ਵੱਧ ਤੋਂ ਵੱਧ ਇਉਂ ਜੇ ਹੋਣਾ ਸੀਗਾ। ਮੈਨੂੰ ਸੀ ਫਿਰ ਕਦੀ ਸਕੂਟਰ ਠੀਕ ਨਹੀਂ ਕੀਤਾ ਕਦੇ, ਨਹੀਂ ਜੀ ਮੈਂ ਇੱਥੋਂ, ਮੈਨੂੰ ਆਉਂਦਾ ਨੀਗਾ ਹੁਣ, ਮੈਂ ਤਾਂ ਕਦੇ ਗਿਆ ਹੀ ਨੀਗਾ ਦੁਕਾਨ ਤੇ ਉਸ ਤੋਂ ਬਾਅਦ, ਕੀਤਾ ਹੋਊਗਾ ਤੇ ਗੇਅਰ ਗੁਰ ਇੱਥੇ ਸਕੂਟਰ ਖੋਲ ਕੇ ਰੱਖ ਲਓ। ਕਿਉਂਕਿ ਜਿੱਥੇ ਤੁਹਾਡੀ ਰੁਚੀ ਨੀ, ਤੁਹਾਡੀ ਦਿਲਚਸਪੀ ਨੀ, ਤੁਸੀਂ ਉਹ ਕੰਮ ਕਰ ਕਿਵੇਂ ਲਓਗੇ? ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਟਾਣਾ ਸਾਹਿਬ ਪੱਤਰਕਾਰ ਨਾ ਹੁੰਦੇ ਤੇ ਜ਼ਰੂਰ ਅਧਿਆਪਨ ਦੇ ਕਿੱਤੇ ਦੇ ਨਾਲ ਜੁੜੇ ਹੋਏ ਹੋਣੇ ਸੀ, ਕਿਉਂਕਿ ਇਹ ਹਮੇਸ਼ਾ, ਇਹ ਗੱਲ ਕੋਈ ਸਿਰਫ ਕਹਿਣ ਦੀ ਨਹੀਂ, ਇਹ ਹਮੇਸ਼ਾ ਪੜ੍ਹਦੇ ਨੇ, ਲਿਖਦੇ ਨੇ ਤੇ ਦੂਸਰੇ ਨੂੰ ਵੀ ਪੜ੍ਹਨ ਲਈ ਕਹਿੰਦੇ ਨੇ। ਇਹ ਕਿਸੇ ਨੂੰ ਵੀ, ਚਾਹੇ ਕੋਈ ਵੀ ਕਲਾਕਾਰ ਹੋਏ, ਚਾਹੇ ਕੋਈ ਵੀ ਇਨਸਾਨ ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਏ, ਇਹ ਉਹਨੂੰ ਇਹ ਸਵਾਲ ਜ਼ਰੂਰ ਕਰਦੇ ਨੇ ਕਿ ਤੂੰ ਕਿਤਾਬਾਂ ਕਿੰਨੀਆਂ ਪੜ੍ਹਦਾ, ਕਿੰਨੀਆਂ ਪੜ੍ਹੀਆਂ ਨੇ ਤੇ ਆਹ ਕਿਤਾਬ ਤੈਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸੋ ਮੈਨੂੰ ਲੱਗਦਾ ਵੀ ਇਹ ਜ਼ਰੂਰ ਇੱਕ ਨਾ ਸਖ਼ਤ ਜਿਹੇ, ਕਰਖਤ ਜਿਹੇ ਜਿਵੇਂ ਅਧਿਆਪਕ ਹੁੰਦੇ ਨੇ, ਇਹ ਓਦਾਂ ਦੇ ਕੁਛ ਹੋਣੇ ਸੀ ਜਿਹਨਾਂ ਦੇ ਹੱਥ 'ਚ ਹਮੇਸ਼ਾ ਤੁਸੀਂ ਵੀ ਪੜ੍ਹਦੇ ਹੋ ਤਾਂ ਮੈਂ ਉਹ ਦੇਖ ਰਿਹਾ ਸੀ, ਮੈਂ ਕਿਹਾ ਭਾਜੀ ਨਾ ਮੇਰੇ ਨਾਲ ਦੇਖ ਰਹੇ ਇਹਨਾਂ ਦਾ ਇਹਨਾਂ ਦਾ ਸਵਾਲ ਨਾ ਪੰਜਾਬੀ ਕਿਤਾਬਾਂ ਪੜ੍ਹਦੇ ਹੋ ਭਾਜੀ? ਮੈਂ ਫਿਰ ਹੁਣ ਥੋੜ੍ਹੀ ਜਿਹੀ ਮੇਰੇ ਸੱਚੇ ਮੁੱਚ, ਹਾਂਜੀ ਬਿਲਕੁਲ ਪੜ੍ਹਦਾ ਭਾਜੀ। ਤੁਸੀਂ ਬਲਵੰਤ ਗਾਰਗੀ ਦੀਆਂ ਕਿਤਾਬਾਂ ਪੜ੍ਹੋ, ਠੀਕ ਹੈ, ਬਲਵੰਤ ਗਾਰਗੀ ਦੀਆਂ, ਨੰਗੀ ਧੁੱਪ, ਸ਼ਰਬਤ ਦੀਆਂ ਘੁੱਟਾਂ, ਲੋਹਾ ਪੁੱਟ, ਪੰਜਾਬ ਦੇ ਮਹਾਨ ਕਲਾਕਾਰ, ਨਿੰਮ ਦੇ ਪੱਤੇ, ਜਿੰਨੀਆਂ ਵੀ ਸਾਰੀਆਂ ਪੜ੍ਹਿਓ ਭਾਜੀ। ਮੈਂ ਪੜ੍ਹਾਂਗਾ ਔਰ ਇਹ ਜਦੋਂ ਪ੍ਰੋਗਰਾਮ ਬਣ ਜਾਏਗਾ ਤੇ ਮੈਂ ਇਹ ਪਿੱਛੇ ਚਲਾ ਚਲਾ ਕੇ ਨਾ ਮੈਂ ਲਿਖ ਲੈਣਾ ਸਾਰਾ, ਠੀਕ ਹੈ? ਮੈਂ ਜਾਣ ਲੱਗਿਆ ਤੁਹਾਡੇ, ਅਸੀਂ ਪੂਰੀ ਸੂਚੀ ਬਣਾ ਕੇ ਦਿਆਂਗੇ, ਤੁਹਾਡੀ ਰਿਕਮੈਂਡਡ ਦੋਨਾਂ ਦੀ ਬੁੱਕਸ ਹੋ ਹੀ ਨਹੀਂ ਸਕਦਾ ਮੈਂ ਨਾ ਪੜ੍ਹਾਂ। ਛੋਟੀ ਜਿਹੀ ਬ੍ਰੇਕ ਲੈਂਦੇ ਤੇ ਦਰਸ਼ਕੋ ਇੱਕ ਛੋਟੀ ਜਿਹੀ ਬ੍ਰੇਕ ਤੇ ਮੁੜ ਆਉਂਦੇ ਹਾਂ ਇੱਥੇ ਹਾਸਿਆਂ 'ਚ।
दर्शको ब्रेक तो बाद मुड़ तुहाडा स्वागत है। सांझ स्पोर्ट्स एंड कल्चर क्लब ऑकलैंड न्यूजीलैंड ने एक बहुत ही वधिया ये पूरा हफ्ता जिहड़ा न्यूजीलैंड दे विच हास्यां दे तौर ते और एक इनफॉर्मेशन वधिया तरीके ना इनफोटेनमेंट दे तौर ते उन्होंने पूरे माहौल बनाया जिहदे लई इंडिया तो सोहणे देश पंजाब तो भाजी स्वर्ण टहणा ते भैण जी हरमन थिंद जी अपना आए ने। ठीक है जी, देखो पूरा सही हो गया था। मैं ਤੁਹਾਡੇ ਵੱਲ ਦੇਖ ਰਿਹਾ ਸੀ, ਭਾਜੀ ਵੀ ਦੇਖ ਰਹੇ ਸੀ ਕਿ ਠੀਕ ਬੋਲਦਾ ਹੈ ਕਿ ਨਹੀਂ ਬੋਲਦਾ। ਅੱਛਾ ਭਾਜੀ, ਜਿੱਦਾਂ ਕੋਈ ਐਸੀ ਹਸਤੀ ਜਿਹੜੀ ਕਿ ਇਸ ਹੁਣ ਦੁਨੀਆ 'ਚ ਨਹੀਂ ਹੈ, ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਆ, ਤੇ ਉਹਦੀ ਤੁਸੀਂ ਜਿੱਦਾਂ ਚੱਜ ਦਾ ਵਿਚਾਰ ਦੇ ਵਿੱਚ ਉਹਨਾਂ ਨੂੰ ਤੁਸੀਂ ਬੁਲਾ ਕੇ ਜੇ ਤੁਸੀਂ ਕਦੀ ਕਰਨਾ ਚਾਹੋ, ਆ ਤਾਂ ਨਹੀਂ ਸਕਣਾ ਉਹਨਾਂ ਨੇ, ਮਤਲਬ ਹੈ ਨਹੀਂ, ਵਨ ਵੇ ਟ੍ਰੈਫਿਕ ਹੀ ਉੱਧਰ ਤੇ, ਪਰ ਜੇ ਤੁਸੀਂ ਉਹਨਾਂ ਨੂੰ ਬੁਲਾਉਣਾ ਚਾਹੋ ਤੇ ਕਿਹਨੂੰ ਬੁਲਾਓਗੇ ਤੇ ਉਹਨਾਂ ਨੂੰ ਪੁੱਛੋਗੇ ਕੀ? ਦੇਖੋ ਵੈਸੇ ਤਾਂ ਨਾ ਕਈ ਸ਼ਖਸੀਅਤਾਂ ਜਿਨ੍ਹਾਂ ਦੇ ਬਾਬਤ ਅਸੀਂ ਲੋਚਦੇ ਸੀ ਕਿ ਜਾ ਕੇ ਇਹਨਾਂ ਦੀ ਮੁਲਾਕਾਤ ਕਰੀਏ, ਪਰ ਅਸੀਂ ਸੋਚਦੇ ਤੇ ਲੋਚਦੇ ਰਹਿ ਗਏ ਵੀ ਜਿਵੇਂ ਅੱਜ ਰੁਝੇਵੇਂ ਆ ਤੇ ਅਸੀਂ ਆਖਿਆ ਚਲੋ ਅਗਲੇ ਹਫ਼ਤੇ ਚੱਲਦੇ ਹਾਂ, ਅਗਲੇ ਹਫ਼ਤੇ ਦੀ ਸਾਡੇ ਗੱਲ ਹੋ ਗਈ, ਚਲੋ ਆਪਾਂ ਅਗਲੇ ਮਹੀਨੇ ਚੱਲਦੇ ਹਾਂ, ਐਤਕੀ ਆਹ ਕੰਮ ਆ, ਐਤਕੀ ਆ ਉਹ ਕੰਮ ਆ, ਇੰਨੇ ਚਿਰ ਨੂੰ ਉਹ ਸ਼ਖਸੀਅਤ ਇਸ ਜਹਾਨ ਤੋਂ ਕੂਚ ਕਰ ਗਈ। ਇਸ ਗੱਲ ਦਾ ਸਾਨੂੰ ਬੜਾ ਅਫਸੋਸ ਆ ਕਿ ਅਸੀਂ ਉਹਨਾਂ ਨੂੰ ਜਾ ਕੇ ਮਿਲੇ ਕਿਉਂ ਨਹੀਂ ਗਏ। ਤੁਸੀਂ ਰਸਤੇ ਸੀਗੇ ਪਹੁੰਚ, ਸਾਡੀ ਸੋਚਾਂ 'ਚ ਸੀ, ਸੋਚਾਂ 'ਚ ਸੀ, ਸਾਡੀ ਸੋਚਾਂ 'ਚ ਸ਼ਾਇਦ ਤੁਸੀਂ ਗਏ ਜਾ ਰਹੇ ਸੀ ਤੇ, ਅੱਛਾ ਸਾਡੀ ਸੋਚਾਂ 'ਚ ਸੀ ਵੀ ਅਸੀਂ ਉਹਨਾਂ ਦੀ ਜਾ ਕੇ ਮੁਲਾਕਾਤ ਕਰੀਏ, ਪਰ ਉਹਨਾਂ ਦੀ ਮੁਲਾਕਾਤ ਅਸੀਂ ਕਰ ਨਹੀਂ ਸਕੇ, ਰੁਝੇਵੇਂ ਕਰਕੇ। ਪਰ ਜੇਕਰ ਸਾਨੂੰ ਹੁਣ ਵੀ ਮੌਕਾ ਮਿਲੇ ਵੀ ਚੱਜ ਦੇ ਵਿਚਾਰ 'ਚ ਕਰਨਾ, ਤੇ ਜੇ ਕਿਤੇ ਸੰਭਵ ਹੋਵੇ ਇਹ ਗੱਲ ਇਸ ਧਰਤੀ ਦੇ ਉੱਤੇ, ਅਸੀਂ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਇੰਟਰਵਿਊ ਕਰਨੀ ਚਾਹਾਂਗੇ, ਜਿਨ੍ਹਾਂ ਦੀਆਂ ਕਿਤਾਬਾਂ ਦਾ ਕਮਾਲ ਆ। ਠੀਕ ਆ, ਅਸੀਂ ਰਾਮ ਸਰੂਪ ਅਣਖੀ ਦੀ ਮੁਲਾਕਾਤ ਕਰਨੀ ਚਾਹਾਂਗੇ, ਅਸੀਂ ਸ਼ਿਵ ਕੁਮਾਰ ਬਟਾਲਵੀ ਵਰਗੀ ਸ਼ਖਸੀਅਤ ਦੀ ਇੰਟਰਵਿਊ ਕਰਨੀ ਚਾਹਾਂਗੇ, ਅਸੀਂ ਜਸਵੰਤ ਸਿੰਘ ਕੰਵਲ ਹੋਰਾਂ ਦੀਆਂ ਇੰਟਰਵਿਊ ਕੀਤੀਆਂ, ਦੋ ਮੁਲਾਕਾਤਾਂ, ਉਹਦੇ 'ਚੋਂ ਸਾਨੂੰ ਕੀ ਕੁਛ ਸਿੱਖਣ ਨੂੰ ਮਿਲਿਆ ਤੇ ਸਾਡੇ ਅੰਦਰ ਕੀ ਕੀ ਨਿਖਾਰ ਆਇਆ ਉਹਨਾਂ ਦੇ ਨਾਲ ਸਵਾਲ ਜਵਾਬ ਕਰਕੇ, ਤੇ ਇਹ ਸਿਰਫ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਜੇ ਕਿਤੇ ਮੌਕਾ ਮਿਲੇ ਅਸੀਂ ਕੁਲਦੀਪ ਮਾਣਕ ਦੀ ਇੰਟਰਵਿਊ ਨਹੀਂ ਕਰ ਸਕੇ ਆਪ, ਸੋ ਅਸੀਂ ਉਹ ਕਰਨੀ ਚਾਹਾਂਗੇ। ਸੋ ਇੱਦਾਂ ਦੀਆਂ ਇਸ਼ਾਵਾਂ ਇਸੇ ਕਰਕੇ ਨਾ ਸਾਡੀ, ਦੇਖੋ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ ਜਿਹੜੇ ਸਾਡੇ ਦਫ਼ਤਰ ਦੇ ਵਿੱਚੋਂ, ਪਰ ਅਸੀਂ ਕੋਈ ਸ਼ਨੀਵਾਰ ਐਸਾ ਨਹੀਂਗਾ ਜਿਹੜੇ ਦਿਨ ਅਸੀਂ ਆਊਟਡੋਰ ਜਿਵੇਂ ਕਹਿੰਦੇ ਵੀ ਬਾਹਰ ਜਾ ਕੇ ਪ੍ਰੋਗਰਾਮ ਨਾ ਕੀਤਾ ਹੋਵੇ, ਉਹ ਅਸੀਂ ਇਹਨਾਂ ਲੋਕਾਂ ਦੇ ਬਾਰੇ ਕਰਦੇ ਜਿਨ੍ਹਾਂ ਦੀ ਦੇਣ ਬਹੁਤ ਆ ਲਿਖਣੀ ਦੇ ਵਿੱਚ, ਗਾਇਕੀ 'ਚ, ਗੀਤਕਾਰੀ 'ਚ, ਸੰਗੀਤਕਾਰੀ 'ਚ, ਪਰ ਉਹ ਹੁਣ ਤੁਰਨ ਫਿਰਨ ਤੋਂ ਅਸਮਰੱਥ ਆ, ਅਸੀਂ ਉਹਨਾਂ ਦੇ ਕੋਲੇ ਚੱਲ ਕੇ ਜਾਂਦੇ ਹਾਂ ਤੇ ਅਸੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਦੀ ਦੇਣ ਨੂੰ ਕਬੂਲਦੇ ਹਾਂ, ਤੇ ਇਹਨਾਂ ਦਾ ਧੰਨਵਾਦ ਆ ਕਿ ਇਹ ਕਦੇ ਵੀ ਨਾ ਨਹੀਂ ਕਰਦੇ ਵੀ ਅਸੀਂ ਇਕੱਠੇ ਜਾਂਦੇ ਹਾਂ। ਇਹਨਾਂ ਨੇ ਤਾਂ ਮਤਲਬ ਵੀ ਜਿੱਦਾਂ ਇਹਨਾਂ ਨੇ ਪਹਿਲਾਂ ਵੀ ਦੱਸਿਆ ਵੀ ਇਹਨਾਂ ਨੇ ਤਾਂ ਰਸਤਾ ਹੀ ਫੜਿਆ ਤੇ ਇਹ ਤਾਂ ਫਿਰ ਨਾਲ ਮਤਲਬ ਹੋਣਾ ਹੀ ਹੋਣਾ। ਤੇ ਭਾਜੀ ਜਿੱਦਾਂ ਹੁਣ ਕਹੀਏ ਕਿ ਵੀ ਇੱਕ ਥੋੜ੍ਹਾ ਜਿੱਦਾਂ ਸਮਝੋ ਇੱਕ ਸੀਰੀਅਸ ਕੁਐਸਚਨ ਆ, ਕਿਉਂਕਿ ਤੁਹਾਡਾ ਸਟਾਰਡਮ ਐਸਾ ਮੀਡੀਆ ਦੇ ਵਿੱਚ ਔਰ ਲੋਕ ਸੋਚਦੇ ਨੇ ਕਿ ਵੀ ਇਹ ਕਿੱਦਾਂ ਪੋਸੀਬਲ ਹੋ ਜਾਂਦਾ ਵੀ ਇੰਨਾ ਮਤਲਬ ਸੁਪਰ ਡੁਪਰ ਪ੍ਰੋਗਰਾਮ ਔਰ ਤੁਹਾਡਾ ਸਟਾਈਲ, ਤੁਹਾਨੂੰ ਕੋਈ ਵੀ ਪ੍ਰੋਗਰਾਮ ਕਰਨ ਵਾਸਤੇ ਜਿੱਦਾਂ ਚੱਜ ਦਾ ਵਿਚਾਰ ਦੀ ਕੋਈ ਵੀ ਐਪੀਸੋਡ ਕਰ ਰਹੇ, ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ? ਦੇਖੋ ਮਿਹਨਤ ਸੱਚੀ ਮੁੱਚੀ ਬਹੁਤ ਕਰਨੀ ਪੈਂਦੀ ਹੈ। ਦੇਖੋ ਇੱਕ ਤਾਂ ਹੁੰਦਾ ਜਿਵੇਂ ਚੇਪ ਦੇਣਾ ਕਿਸੇ ਚੀਜ਼ ਨੂੰ ਵੀ ਚਲ ਕਰਤਾ, ਇੱਕ ਹੁੰਦਾ ਕਿ ਇੱਕ ਚੁਣੌਤੀ ਬਣਾ ਕੇ ਕਰਨਾ ਕਿ ਭਾਈ ਅਸੀਂ ਇਹਦੇ ਨਾਲੋਂ ਕੋਈ ਅਗਲੀ ਗੱਲ ਪੇਸ਼ ਕਰਨੀ ਹੈ। ਜਿਹੜਾ ਤੁਸੀਂ ਸਿਰਫ ਦਿਹਾੜੀ ਲਾਉਣੀ ਹੈ ਤੇ ਦਿਹਾੜੀ ਤਾਂ ਫਿਰ ਤੁਹਾਡੀ ਕਿਵੇਂ ਵੀ ਲੱਗ ਜਾਂਦੀ ਹੈ, ਜੇ 40 ਮਿੰਟ ਦਾ ਪ੍ਰੋਗਰਾਮ ਆ ਫਿਰ 40 ਲੱਗਦੇ ਜੇਕਰ ਤੁਸੀਂ ਦਿਹਾੜੀ ਲਾਉਣੀ ਹੈ। ਪਰ ਜੇਕਰ ਤੁਸੀਂ ਕੁਛ ਕਰਨਾ ਜਿਹਦੇ ਕਰਕੇ ਤੁਸੀਂ ਵੀ ਗੱਲ ਕਰੋ ਤੇ ਬਾਕੀ ਜਿਵੇਂ ਸਾਨੂੰ ਪੰਜਾਬੀ ਦਾ ਇੱਕ ਹਿੱਸਾ ਪਿਆਰ ਦਿੰਦਾ, ਉਹਦੇ ਲਈ ਸਾਨੂੰ ਇੱਕ ਪ੍ਰੋਗਰਾਮ ਕਰਨ ਵਾਸਤੇ 3 ਤੋਂ 4 ਘੰਟੇ ਲੱਗਦੇ ਆ। ਪਹਿਲਾਂ ਤੁਸੀਂ ਅਖਬਾਰ ਦੇ ਵਿੱਚ ਚੰਗੀ ਤਰ੍ਹਾਂ 5-6 ਅਖਬਾਰਾਂ 'ਚ ਵੜਨਾ, ਉਹਨਾਂ ਨੂੰ ਸਮਝਣਾ, ਫਿਰ ਤੁਸੀਂ ਉਹਦੇ 'ਚੋਂ ਖਬਰਾਂ ਉਸ ਮੁਤਲਕ ਕੱਢਣੀਆਂ, ਫਿਰ ਅਸੀਂ ਸਾਂਝ ਆਪਸ ਦੇ ਵਿੱਚ ਬਣਾਉਣੀ ਤੇ ਫਿਰ ਅਸੀਂ ਉਸ ਪ੍ਰੋਗਰਾਮ ਨੂੰ ਕਰਨਾ। ਇਸੇ ਤਰੀਕੇ ਨਾਲ ਜੇ ਹੁਣ ਮਿੰਟ ਤਾਂ 40 ਦਾ ਪ੍ਰੋਗਰਾਮ ਰਹਿਣਾ, 44 ਦਾ ਰਹੂਗਾ, ਪਰ ਜੇ ਚੱਲ ਕੇ ਜਾਣਾ ਹੋ ਸਕਦਾ 5 ਘੰਟੇ ਦੀ ਦੂਰੀ ਤੈਅ ਕਰਕੇ ਜਾਣੀ ਹੋਵੇ, 5 ਘੰਟੇ ਆਉਣ ਦੇ ਉੱਤੇ 10 ਘੰਟੇ ਹੋ ਗਏ, ਫਿਰ ਉੱਥੇ ਤੁਸੀਂ ਇੰਟਰਵਿਊ ਕਰਨੀ, 40 ਮਿੰਟ ਦੇ ਪ੍ਰੋਗਰਾਮ ਦੇ ਲਈ ਕਈ ਵਾਰ ਤੁਹਾਨੂੰ 24 ਘੰਟੇ ਲਾਉਣੇ ਪੈ ਜਾਂਦੇ ਆ। ਹਾਂ, ਇਹ ਕੰਮ ਤਾਂ ਥਕਾਊ ਆ, ਪਰ ਤੁਹਾਨੂੰ ਆਪਦੇ ਆਪ ਨੂੰ ਚੰਗਾ ਲੱਗਦਾ ਯਾਰ ਮੈਂ ਕੁਛ ਨਾ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਇਹਦੇ ਚ ਮੈਂ ਇੱਕ ਚੀਜ਼ ਜ਼ਰੂਰ ਦਰਜ ਕਰਨਾ ਚਾਹੁੰਦੀ ਆ ਕਿ ਹਰ ਰੋਜ਼
ਜਦੋਂ ਅਸੀਂ ਦਫ਼ਤਰ ਜਾਂਦੇ ਹਾਂ ਆਪਣੇ ਤੇ ਅਖ਼ਬਾਰਾਂ ਦਾ ਢੇਰ ਹੁੰਦਾ ਟਹਿਣਾ ਸਾਹਿਬ ਦੇ ਅੱਗੇ ਖਾਸ ਤੌਰ ਤੇ ਮੈਂ ਕਈ ਵਾਰ ਅਣਗਹਿਲੀ ਕਰ ਜਾਂਦੀ ਹਾਂ ਹਨਾ ਫਿਰ ਮੇਰਾ ਕੰਮ ਹੁੰਦਾ ਇਹਨਾਂ ਨੂੰ ਤੰਗ ਕਰ ਲਿਆ ਦਫ਼ਤਰ 'ਚ ਹੋਰ ਕਿਸੇ ਨੂੰ ਤੰਗ ਕਰ ਲਿਆ ਪਰ ਇਹ ਅਖ਼ਬਾਰਾਂ ਤੋਂ ਸਿਰ ਤਾਂ ਨਹੀਂ ਚੱਕਦੇ ਔਰ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਹਮੇਸ਼ਾ ਦਰਸ਼ਕ ਪੁੱਛਦੇ ਨੇ ਸਾਡਾ ਪ੍ਰੋਗਰਾਮ ਕਦੇ ਵੀ ਸਕ੍ਰਿਪਟਡ ਨਹੀਂ ਹੁੰਦਾ ਅਸੀਂ ਕਦੇ ਵੀ ਗੱਲਾਂ ਲਿਖ ਕੇ ਨਹੀਂ ਬੋਲੀਆਂ ਅਸੀਂ ਸਿਰਫ ਆਪਣੇ ਕੋਲ ਖਬਰਾਂ ਜ਼ਰੂਰ ਲਿਖ ਲੈਂਦੇ ਹਾਂ ਵੀ ਜਿਹੜੀ ਜਿਹੜੀ ਖਬਰ ਤੇ ਅੱਜ ਅਸੀਂ ਚਰਚਾ ਕਰਾਂਗੇ ਪਰ ਉਸ ਤੋਂ ਇਲਾਵਾ ਜੋ ਵੀ ਹੁੰਦਾ ਹੈ ਉਹ ਉਸੇ ਵੇਲੇ ਤੇ ਠਾਸ ਉੱਟਾ ਹੀ ਹੁੰਦਾ ਹੈ ਹਾਂਜੀ ਬਿਲਕੁਲ ਅਸੀਂ ਕਦੇ ਵੀ ਲਿਖ ਕੇ ਗੱਲਾਂ ਜਿਹੜੀਆਂ ਨੇ ਉਹ ਨਹੀਂ ਕੀਤੀ ਇਸੇ ਕਰਕੇ ਫਿਰ ਉਹ ਗੱਲ ਚੱਜ ਦੀ ਬਣਦੀ ਹੈ ਇਸੇ ਕਰਕੇ ਜੇ ਲਿਖੀ ਹੋਵੇ ਜਿਵੇਂ ਮੈਂ ਲਿਖੀ ਨਹੀਂ ਇਹ ਵੀ ਚੱਜ ਦੀ ਹੈ ਜੀ ਹਾਂ ਤੁਸੀਂ ਚਾਰ ਪੈਰੇ ਲਿਖੇ ਆ ਇੱਕ ਤੇ ਘੱਟ ਦੱਸਦੇ ਆ ਪੱਤਰਕਾਰੀ ਦਾ ਕੰਮ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਆਮ ਨਾਲੋਂ ਵੀ ਵੱਧ ਮਿਹਨਤ ਵਾਲੀ ਗੱਲ ਹੈ ਕਿਉਂਕਿ ਇੱਥੇ ਪਲ ਪਲ ਦੇ ਉੱਤੇ ਸਮੀਕਰਨ ਬਦਲਦੇ ਆ ਹੁਣ ਜੇ ਕੁਝ ਵਾਪਰ ਗਿਆ ਤੇ ਤੁਹਾਡਾ ਪ੍ਰੋਗਰਾਮ ਚੱਲਣਾ 5 ਘੰਟਿਆਂ ਨੂੰ ਤੇ ਹੋ ਸਕਦਾ ਜਿਹੜਾ ਹੁਣ ਵਾਪਰਿਆ ਤੇ ਇਹ ਪੌਣੇ 5 ਘੰਟਿਆਂ ਬਾਅਦ ਇਹਦੀ ਬਿਲਕੁਲ ਰੂਪ ਰੇਖਾ ਬਦਲ ਜੇ ਜੋ ਕੁਛ ਇਸ ਵੇਲੇ ਕਹਿ ਰਹੇ ਹੋ 5 ਘੰਟੇ ਬਾਅਦ ਬਿਲਕੁਲ ਸਮੀਕਰਨ ਬਦਲ ਜਾਣ ਇਸ ਕਰਕੇ ਤੁਸੀਂ ਇਸ ਰੂਪ ਦੇ ਵਿੱਚ ਕਹਿਣਾ ਕਿ 5 ਘੰਟੇ ਬਾਅਦ ਵੀ ਇਹ ਗੱਲ ਠੀਕ ਲੱਗੇ ਜਸਟੀਫਾਈ ਕਰੇ ਤੁਸੀਂ ਗਲਤ ਨਾ ਸਾਬਤ ਹੋਵੋ ਨਹੀਂ ਤਾਂ ਲੋਕ ਕਹਿਣਗੇ ਚੱਜ ਦਾ ਵਿਚਾਰ ਪ੍ਰੋਗਰਾਮ ਬਹੁਤ ਬੁਲੰਦੀ ਤੇ ਆ ਤੇ ਜਿੱਦਾਂ ਤੁਸੀਂ ਇੱਕ ਪ੍ਰਾਈਮ ਵੂਮੈਨ ਦਾ ਜਿਹੜਾ ਦੱਸਿਆ ਕਿ ਤੁਸੀਂ ਉਹ ਵੀ ਸਮਾਜਿਕ ਉਹਦੇ ਤੇ ਕਰ ਰਹੇ ਹੋ ਤੇ ਕੁਛ ਹੋਰ ਅੱਗੇ ਤੁਹਾਡਾ ਹੈਗਾ ਪਲੈਨ ਚਾਹੇ ਭਾਜੀ ਦੇ ਨਾਲ ਹੈ ਚਾਹੇ ਨਹੀਂ ਹੈ ਕੁਛ ਹੋਰ ਤੁਹਾਡਾ ਪਲੈਨ ਆ ਰਿਹਾ ਫਿਲਹਾਲ ਤਾਂ ਅਸੀਂ ਇਹੀ ਦੋ ਜਿਹੜੇ ਪ੍ਰੋਗਰਾਮ ਨੇ ਕਿਉਂਕਿ ਸਾਡਾ ਜਿਹੜਾ ਇਹਨਾਂ ਨੇ ਜਿਵੇਂ ਦੱਸਿਆ ਕਿ 3-4 ਘੰਟੇ ਇੱਕ ਪ੍ਰੋਗਰਾਮ ਦੇ ਉੱਪਰ ਲੱਗ ਜਾਂਦੇ ਨੇ ਹਨਾ ਤੇ ਜੇ ਦੋ ਕਰਨੇ ਨੇ ਤਾਂ 8 ਘੰਟੇ ਇੱਧਰ ਹੀ ਚਲੇ ਗਏ ਫਿਰ ਜੇ ਟਰੈਵਲ ਕਰਨਾ ਹੈ ਕਿਤੇ ਜਾਣਾ ਹੈ ਆਉਣਾ ਜਾਂ ਕਿਸੇ ਨੇ ਸਾਡੇ ਕੋਲ ਆਉਣਾ ਤਾਂ ਸਾਰਾ ਸਮਾਂ ਜਿਹੜਾ ਹੈ ਉਹ ਇਹਨਾਂ ਕੰਮਾਂ ਦੇ ਵਿੱਚ ਹੀ ਨਿਕਲ ਜਾਂਦਾ ਹੈ ਇੱਕ ਦਿਨ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਕਿੰਨਾ ਕੁ ਸਮਾਂ ਲੱਗਦਾ ਤੁਹਾਡਾ ਜਦੋਂ ਤੁਸੀਂ ਪ੍ਰੋਗਰਾਮ ਕਰਦੇ ਹੋ ਮੈਂ ਕਿਹਾ ਜੀ ਮੈਨੂੰ 3-4 ਘੰਟੇ ਲੱਗ ਜਾਂਦੇ ਆ ਕਹਿੰਦੇ ਪ੍ਰੋਗਰਾਮ ਤਾਂ ਹੁੰਦਾ 44 ਮਿੰਟਾਂ ਦਾ 3-4 ਘੰਟੇ ਕਿਵੇਂ ਮੈਂ ਕਿਹਾ ਮੱਝ 50 ਕਿਲੋ ਮੱਠੇ ਖਾਂਦੀ ਹੈ 50 ਕਿਲੋ ਦੁੱਧ ਤਾਂ ਉਹਨੇ ਕਦੇ ਦੁੱਧ ਤਾਂ 3-4 ਕਿਲੋ ਦਿੰਦੀ ਹੈ ਨਾ ਜੀ ਨਾਲੇ ਗੱਲਾਂ ਕਰਨੀਆਂ ਸਭ ਤੋਂ ਔਖੀਆਂ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਇਹ ਗੱਲਾਂ ਹੀ ਕਰਦੇ ਨੇ ਇਹ ਤਾਂ ਬਹੁਤ ਸੌਖਾ ਕੰਮ ਹੈ ਹਨਾ ਹੁਣ ਤੁਸੀਂ ਵੀ ਇਸ ਕਿੱਤੇ ਦੇ ਵਿੱਚ ਤੁਹਾਨੂੰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਪਤਾ ਵੀ ਇਹ ਕੰਮ ਮੈਨੂੰ ਲੱਗਦਾ ਹੁੰਦਾ ਸਭ ਤੋਂ ਔਖਾ ਹੈ ਟਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਹਰ ਰੋਜ਼ ਖੂਹ ਪੁੱਟਣਾ ਤੇ ਹਰ ਰੋਜ਼ ਪਿਆਸ ਬੁਝਾਉਣੀ ਹੈ ਸੋ ਇਹਦੇ ਲਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਭੈਣ ਜੀ ਉਹੀ ਗੱਲ ਹੈ ਕਿ ਗੱਲਾਂ ਤੇ ਸਾਰੇ ਕਰ ਸਕਦੇ ਨੇ ਪਰ ਚੱਜ ਨਾਲ ਗੱਲ ਕਰਨੀ ਠੀਕ ਹੈ ਜੀ ਉਹ ਕਿਸੇ ਕਿਸੇ ਦੇ ਉਹਨੂੰ ਆਸ਼ੀਰਵਾਦ ਹੈ ਪਰਮਾਤਮਾ ਦਾ ਤੇ ਆਪਾਂ ਇੱਕ ਬ੍ਰੇਕ ਲੈਣੇ ਆ ਤੇ ਦਰਸ਼ਕੋ ਬ੍ਰੇਕ ਤੋਂ ਪਹਿਲੇ ਮੈਂ ਦੱਸ ਦਵਾਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਜੋ ਸਵਰਨ ਟਹਿਣਾ ਭਾਜੀ ਔਰ ਭੈਣ ਜੀ ਹਰਮਨ ਥਿੰਦ ਜੋ ਅੱਜ ਸਟੂਡੀਓ 'ਚ ਨੇ ਇਹ ਸਾਂਝ ਸਪੋਰਟਸ ਐਂਡ ਕਲਚਰ ਕਲੱਬ ਔਕਲੈਂਡ ਬਸਰਾ ਫੈਮਿਲੀ ਉਹਨਾਂ ਨੇ ਉਪਲਬਧ ਕੀਤਾ ਜੇ ਅਸੀਂ ਉਹਨਾਂ ਦੇ ਵੀ ਬੜੇ ਧੰਨਵਾਦੀ ਹਾਂ ਤੇ ਇੱਕ ਲੈਂਦੇ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦਰਸ਼ਕੋ ਰਿਹੋ ਜ਼ਰੂਰ ਦੇਖਿਓ ਅਖੀਰਲਾ ਹਿੱਸਾ ਪ੍ਰੋਗਰਾਮ ਦਾ ਇਹਦੇ 'ਚ ਅਸੀਂ ਕਰਨ ਲੱਗੇ ਹਾਂ ਫਾਸਟ ਤੇ ਫਨੀ ਕੁਐਸਚਨਸ ਸਰਪ੍ਰਾਈਜ਼ ਐਂਡ ਫਨੀ ਫਾਸਟ ਐਂਡ ਫਨੀ ਹਾਂ ਤੇਜ਼ ਤੇ ਮਜ਼ਾਈਆ ਹਾਂ ਮੇਰੇ ਲਈ ਕੰਮ ਔਖਾ ਚਲੋ ਇੱਕ ਬ੍ਰੇਕ ਵੈਲਕਮ ਬੈਕ ਦਰਸ਼ਕੋ ਸਪੈਸ਼ਲ ਪ੍ਰੋਗਰਾਮ ਆਪਣਾ ਟੈਲੀਵਿਜ਼ਨ ਨਿਊਜ਼ੀਲੈਂਡ ਚੈਨਲ 36 ਤੇ ਸਵਰਨ ਟਹਿਣਾ ਭਾਜੀ ਅਤੇ ਹਰਮਨ ਥਿੰਦ ਭੈਣ ਜੀ ਨਾਲ ਤੁਸੀਂ ਪ੍ਰੋਗਰਾਮ ਪੂਰਾ ਦੇਖਿਆ ਅਤੇ ਇਹ ਹੁਣ ਇੱਕ ਸਪੈਸ਼ਲ ਐਡੀਸ਼ਨ ਅਸੀਂ ਇਸ ਮੁਲਾਕਾਤ ਦੇ ਵਿੱਚ ਪਾਇਆ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਇਹ ਹੈਗਾ ਫਾਸਟ ਅਤੇ ਫਨੀ ਕੁਐਸਚਨ ਰਾਊਂਡ ਠੀਕ ਹੈ ਤੇ ਲੰਬਾ ਕੁਐਸਚਨ ਹੀ ਮੈਂ ਪੁੱਛੂੰਗਾ ਹੈ ਨਾ ਸਿੱਧਾ ਜਿਹਾ ਕੁਐਸਚਨ ਪੁੱਛਣਾ ਸਿੱਧੇ ਹੀ ਪੁੱਛੇ ਪਹਿਲਾਂ ਵੀ ਮੈਂ ਮੇਰੀ ਕਿੱਥੇ ਹਿੰਮਤ ਹੈ ਤੁਹਾਨੂੰ ਪਰ ਮੈਂ ਉੱਤਰ ਲੰਮਾ ਦੇਊਂਗਾ ਹਾਂਜੀ ਤੇ
ਤੇ ਆਪਣਾ ਪੈਂਜੀ ਤੁਹਾਨੂੰ ਤੁਹਾਨੂੰ ਪਹਿਲਾਂ ਪੁੱਛ ਲੈਂਦੇ ਠੀਕ ਹੈ ਲੇਡੀਜ਼ ਫਸਟ ਮਤਲਬ ਆਪਣਾ ਤੇ ਪਹਿਲਾ ਕੁਐਸਚਨ ਹੈਗਾ ਵੀ ਇੱਕੋ ਸੱਟੇ ਤੁਸੀਂ ਕਿੰਨੇ ਗੋਲ ਗੱਪੇ ਖਾ ਸਕਦੇ ਹੋ ਇੱਕ ਨਹੀਂ ਉਹ ਤਾਂ ਫਿਰ ਰੇਹੜੀ ਵਾਲਾ ਕਰ ਹੀ ਲੈਂਦਾ ਨਾ ਬਹਿਣ ਜੀ ਇਹ ਇਤਨੀ ਪਲੇਟੇ ਹੋ ਗਈ ਹੈ ਇੱਕ ਪਲੇਟ ਚਾਰ ਨੇ ਪੈਸੇ ਦੇਣ ਲੱਗਿਆ ਤੁਹਾਨੂੰ ਪਤਾ ਨੀ ਜਿਹੜੀਆਂ ਭੈਣਜੀਆਂ ਹੁੰਦੀਆਂ ਨੇ ਉਹ ਟੈਕਨੀਕਲੀ ਬਹੁਤ ਸਾਊਂਡ ਹੁੰਦੀਆਂ ਨੇ ਉਹ ਚਾਹੇ ਉਹ ਗਿਣਤੀ ਕਰ ਵੀ ਲਵੇ ਪਰ ਅਖੀਰ ਚ ਜਿਹੜੀ ਇੱਕ ਫ੍ਰੀ ਦੀ ਪਾਪੜੀ ਲੈਣੀ ਹੁੰਦੀ ਹੈ ਉਹ ਕਿਸੇ ਕੀਮਤ ਚ ਨਹੀਂ ਆਉਂਦੀ ਉਹ ਕਿਸੇ ਕੀਮਤ ਚ ਨਹੀਂ ਆਉਂਦੀ ਪੈਸੇ ਦੇ ਕੇ ਵੀ ਇੱਕ ਅੱਧਾ ਵੱਧ ਜ਼ਰੂਰ ਖਾ ਲੈਂਦੀਆਂ ਨੇ ਭਾਜੀ ਇੱਕ ਗੋਰਾ ਮੇਰਾ ਫਰੈਂਡ ਗਿਆ ਉੱਥੇ ਚੰਡੀਗੜ੍ਹ ਮੈਂ ਜੰਮਿਆ ਪਲਿਆ ਉੱਧਰ ਰਿਹਾ ਥੋੜੇ ਦਿਨ ਤੇ ਰੋਜ਼ ਮੰਮੀ ਨੇ ਉਹ ਰੇਹੜੀ ਵਾਲੇ ਆਉਣਾ ਮੰਮੀ ਨੇ ਸਬਜ਼ੀ ਲੈਣੀ ਉਹਨੇ ਵੀ ਜਾ ਕੇ ਖਲੋ ਜਾਣਾ ਵੀ ਇਹ ਕੀ ਲੈ ਰਹੇ ਇੱਥੇ ਵੀ ਅਸੀਂ ਤਾਂ ਜਾਂਦੇ ਇੱਥੇ ਸਟੋਰਾਂ ਤੇ ਘਰੇ ਆ ਤੇ ਕਰਦੇ ਕਰਦੇ ਉਹਨੇ ਦੇਖਦਾ ਰਿਹਾ ਤਿੰਨ ਚਾਰ ਦਿਨ ਤੇ ਉਹ ਆਪਾਂ ਨੂੰ ਆਦਤ ਹੁੰਦਾ ਭਈਆ ਉਹ ਮਿਰਚਾਂ ਤੇ ਧਨੀਆ ਪਾ ਦੇ ਉਹੀ ਹਨਾ ਉਹ ਬਾਅਦ ਚ ਨਾ ਉਹ ਹਿਸਾਬ ਜਿਹਾ ਲਾ ਕੇ ਬੈਠਾ ਮੈਨੂੰ ਕਹਿੰਦਾ ਫਿਰ ਤੁਸੀਂ ਕਹਿੰਦਾ ਕਲੀਅਰ ਕਦੋਂ ਕਰਨੇ ਉਹਦੇ ਡਿਊਸ ਕਹਿੰਦਾ ਧਨੀਆ ਆਪਣਾ ਇਹ ਤੇ ਤੁਸੀਂ ਹਸਾਸ ਆ ਕੇ ਆਂਸੂ ਕਢਾਉਂਦੇ ਹੋ ਤੇ ਕੀ ਤੁਸੀਂ ਖੁਦ ਆਂਸੂ ਕੱਢੇ ਬਿਨਾਂ ਗੰਢੇ ਕੱਟੇ ਕਦੇ ਮੈਨੂੰ ਤਾਂ ਗੰਢਾ ਵੇਖ ਕੇ ਆਂਸੂ ਆਉਣ ਲੱਗ ਜਾਂਦੇ ਕਿਉਂਕਿ ਕੰਮ ਕਰਨਾ ਬਹੁਤ ਔਖਾ ਹੁੰਦਾ ਇਸ ਲਈ ਇਹ ਕਦੇ ਨਹੀਂ ਹੋ ਪਾਇਆ ਕਿ ਗੰਢਾ ਜਿਹੜਾ ਉਹ ਬਿਨਾ ਆਂਸੂ ਕੱਢੇ ਮੈਂ ਕੱਟੇ ਮੈਂ ਲੱਭਦਾ ਪਿਆ ਉਹ ਸ਼ਖਸ ਜਾਂ ਉਹ ਮਹਾਨ ਮਹਿਲਾ ਜਿਹਨੇ ਗੰਢੇ ਕੱਟੇ ਹੁਣ ਬਿਨਾ ਆਂਸੂ ਕੱਢੇ ਮੈਨੂੰ ਨਹੀਂ ਲੱਭਿਆ ਬਹੁਤ ਸਾਰੇ ਲੋਕ ਨੇ ਇਹੋ ਜਿਹੇ ਮੇਰੇ ਨਾਨੀ ਜੀ ਨੂੰ ਕਦੇ ਆਂਸੂ ਨਹੀਂ ਸੀ ਆਉਂਦੇ ਉਹ ਗੰਢੇ ਬਿਨਾ ਆਂਸੂਆਂ ਤੋਂ ਹੀ ਕੱਟਦੇ ਰਹੇ ਨੇ ਔਰ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਣਾ ਹੈ ਕੁਛ ਵੀ ਤਾਂ ਉਹਨਾਂ ਦੀ ਡਿਊਟੀ ਸਿਰਫ ਇਹੀ ਹੁੰਦੀ ਸੀ ਵੀ ਤੁਸੀਂ ਗੰਢੇ ਕੱਟ ਦੇਣੇ ਕਿਉਂਕਿ ਉਹਨਾਂ ਨੂੰ ਅਥਰੂ ਨਹੀਂ ਸੀ ਆਉਂਦੇ ਬੜੀ ਗੱਲ ਹੈ ਫਿਰ ਆਪਣੀ ਵਿਰਾਸਤ ਦੇ ਵਿੱਚ ਉਹ ਇਹਨਾਂ ਨੂੰ ਦੇ ਗਏ ਨਹੀਂ ਪਰ ਹੁਣ ਮੈਨੂੰ ਤਾਂ ਜਿਹੜੇ ਉਹਨਾਂ ਨੇ ਨਹੀਂ ਕੱਢੇ ਦੂਜਿਆਂ ਨੇ ਕਰਾਂਦੇ ਨੇ ਹੋਰ ਗੱਲ ਦੱਸਦਾ ਜੀ ਮੈਂ ਇਸ ਵਿਸ਼ੇ ਤੋਂ ਵੱਖਰੀ ਆ ਬਈ ਇਹਨਾਂ ਨੂੰ ਸਿਰਫ ਤੁਸੀਂ ਹੱਸਦੇ ਕਰਕੇ ਜਾਣਦੇ ਹੋ ਰੋਣ ਕਰਕੇ ਨਹੀਂ ਜਾਣਦੇ ਕਈ ਵਾਰ ਅਸੀਂ ਕਿਸੇ ਦੀ ਮੁਲਾਕਾਤ ਕਰਨ ਗਏ ਹੁੰਦੇ ਆ ਬੰਦਾ ਇੰਨਾ ਔਖਾ ਨਹੀਂ ਹੁੰਦਾ ਗਾ ਉਹ ਬਿਲਕੁਲ ਨਹੀਂ ਰੋਂਦਾ ਹੁੰਦਾ ਇਹ ਰੋਈ ਜਾਣਗੇ ਉਹ ਜਿਹਦੀ ਇੰਟਰਵਿਊ ਉਹ ਵੀ ਕਰਾ ਉਹ ਭਾਈ ਐਡੀ ਗੱਲ ਥੋੜੀ ਆ ਟਾਣਾ ਸਾਹਿਬ ਮੈਨੂੰ ਪਹਿਲਾਂ ਜਦੋਂ ਇਹਨਾਂ ਨੂੰ ਪਤਾ ਹੋਵੇ ਵੀ ਇਦਾਂ ਦਾ ਕੁਛ ਮਾਹੌਲ ਬਣ ਜਾਣਾ ਵੀ ਉਹ ਬੰਦਾ ਕੋਈ ਹੈਨਾ ਇਦਾਂ ਦੀ ਗੱਲ ਸੁਣਾ ਦੂਗਾ ਜਿਹਦੇ ਕਰਕੇ ਰੋਣਾ ਆ ਸਕਦਾ ਤੇ ਅੱਧਾ ਘੰਟਾ ਪਹਿਲਾਂ ਮੈਨੂੰ ਪ੍ਰੋਪਰ ਸਮਝਾਉਂਦੇ ਨੇ ਵੀ ਤੂੰ ਰੋਣਾ ਨਹੀਂ ਹੈਗਾ ਐਡੀ ਕੋਈ ਗੱਲ ਨਹੀਂ ਹੈਗੀ ਹੈਨਾ ਪਰ ਕਈ ਵਾਰ ਫਿਰ ਉਸੇ ਵੇਲੇ ਜਦੋਂ ਮੈਂ ਗੱਲ ਸੁਣਦੀ ਹਾਂ ਤੇ ਟੱਪ ਟੱਪ ਫਟਾਫਟ ਅੱਖਾਂ ਚੋਂ ਉਤਰਨ ਲੱਗ ਜਾਂਦੇ ਨੇ ਨਹੀਂ ਮੈਂ ਸਮਝ ਗਿਆ ਤੁਸੀਂ ਜੋ ਕਰਦੇ ਦਿਲੋਂ ਕਰਦੇ ਹੋ ਤੇ ਦਿਲ ਜਿਹੜਾ ਨਾ ਉਹੀ ਕੱਢਦਾ ਦਿਮਾਗ ਤਾਂ ਕਹਿੰਦਾ ਨਹੀਂ ਢਕੇ ਰਹੋ ਹੈਨਾ ਦਿਲ ਜਿਹੜਾ ਉਹ ਤੇ ਬਹੁਤ ਅੱਛਾ ਅੱਛਾ ਮੇਰੇ ਤੋਂ ਰਹਿ ਨਹੀਂ ਹੋ ਰਿਹਾ ਇਹ ਮੇਰੀ ਬੇਟੀ 11 ਸਾਲ ਦੀ ਤੇ ਉਹਨੇ ਕਿਹਾ ਕਹਿੰਦੀ ਕਿ ਆਹ ਕੁਐਸਚਨ ਪੁੱਛਣਾ ਤੇ ਇਹ ਕੁਐਸਚਨ ਹੈ ਕਿ ਜਿੱਦਾਂ ਤੁਹਾਨੂੰ ਸੁਪਨੇ ਵਿੱਚ ਸੁਪਨੇ 'ਚ ਇੱਕ ਫਰੂਟ ਜੈਮ ਦੀ ਸ਼ੀਸ਼ੀ ਢੱਕਣ ਲੱਗਾ ਉਹਦੇ 'ਤੇ ਫਰੂਟ ਜੈਮ ਦੀ ਸ਼ੀਸ਼ੀ ਦਿਖੀ ਅੰਬ ਦੇ ਅਚਾਰ ਦਾ ਡੱਬਾ ਦਿਖਿਆ ਢੱਕਣ ਵਾਲਾ ਹੀ ਤੇ ਇੱਕ ਡਾਲਰਾਂ ਦੀ ਭਰੀ ਤਿਜੋਰੀ ਦਿਖੀ ਜਿਹੜੀ ਬੰਦ ਆ ਤੁਸੀਂ ਪਹਿਲਾਂ ਕੀ ਖੋਲੋਗੇ ਮੈਂ ਸਭ ਤੋਂ ਪਹਿਲਾਂ ਢੱਕਣ ਖੋਲੂਗੀ ਜਾਂ ਡੋਰ ਖੋਲੂਗੀ ਜਿਹੜਾ ਤਿਜੋਰੀ ਦਾ ਤੇ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਜੋ ਵੀ ਪਹਿਲਾਂ ਠੀਕ ਹੈ ਬੇਟੀ ਨੇ ਕਿਹਾ ਸੀ ਆਨਸਰ ਵੀ ਜਰੂਰ ਦੱਸ ਦਿਓ ਤੁਸੀਂ ਅੱਖ ਖੋਲੋਗੇ ਪਹਿਲਾਂ ਹਾਂ ਮੈਂ ਨਹੀਂ ਪਰ ਜੇ ਸੁਪਨੇ ਦੇ ਵਿੱਚ ਹੀ ਹੈ ਪਹਿਲਾਂ ਮੈਂ ਅੱਖ ਹੀ ਕਹਿਣ ਲੱਗੀ ਸੀ ਪਰ ਜੇ ਸੁਪਨੇ ਦੇ ਵਿੱਚ ਹੀ ਹੈ ਫਿਰ ਇਹੋ ਜਿਹਾ ਸੁਪਨਾ ਬੰਦਾ ਤੋੜਨਾ ਨਹੀਂ ਚਾਹੁੰਦਾ ਫਿਰ ਸੁੱਤਾ ਹੀ ਰਹਿੰਦਾ ਅੱਖ ਨਹੀਂ ਖੋਲਦਾ ਮੈਨੂੰ ਇਹ ਸੀ ਮੈਂ ਕਹਿੰਦਾ ਕਿ ਡਨ ਨਾਲ ਹੀ ਖੋਲਾਂਗੇ ਜੇ ਉਹਦੇ ਚ 4 ਡਾਲਰ ਨਿਕਲੇ ਤੇ 4 ਤਾਂ ਫਿਰ ਵੀ ਲੈ ਲਾਂਗਾ 4 ਤੇ ਹਾਂਜੀ ਅੱਛਾ ਪੈਂਦੀ ਆਪਣਾ ਚੱਜ ਦੇ ਵਿਚਾਰ ਪ੍ਰੋਗਰਾਮ ਦਾ ਨਾਮ ਜੀ ਜੇ ਚੱਜ ਦਾ ਵਿਚਾਰ ਨਾ ਹੁੰਦਾ ਤੇ ਕੀ ਹੁੰਦਾ ਮੈਨੂੰ ਲੱਗਦਾ ਵੀ ਫਿਰ ਮੈਨੂੰ ਕੋਈ ਹੋਰ ਨਾਮ ਨਹੀਂ ਸੋਚਦਾ ਇਹ ਕਿਉਂਕਿ ਇਸ ਨਾਮ ਦੇ ਪਿੱਛੇ ਰੱਖਣ ਦੀ ਜਿਹੜੀ ਮਨਸ਼ਾ ਸੀ ਮੈਂ ਉਹ ਵੀ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਸਾਡਾ ਇਹ ਸੀ ਇਹਦੇ ਪਿੱਛੇ ਕਾਰਨ ਕਿ ਅੱਜ ਦਾ ਵਿਚਾਰ ਹਰ ਕੋਈ ਦਿੰਦਾ ਆਪਾਂ ਜਦੋਂ ਸਕੂਲ 'ਚ ਪੜ੍ਹਦੇ ਰਹੇ ਹਾਂ ਉੱਥੇ ਸਭਾ ਦੇ ਵਿੱਚ ਵੀ ਅੱਜ ਦਾ ਵਿਚਾਰ ਹੁੰਦਾ ਸੀ ਆਪਾਂ ਸੜਕਾਂ ਦੇ ਉੱਪਰ ਲਿਖਿਆ ਵੀ ਸਕੂਲਾਂ ਦੇ ਵਿੱਚ ਲਿਖਿਆ ਵੀ ਪੜ੍ਹ ਲੈਂਦੇ ਅੱਜ ਦਾ ਵਿਚਾਰ ਹੈ ਨਾ ਹਰੇਕ ਅਖਬਾਰ 'ਚ ਵੀ ਆਉਂਦਾ ਅੱਜ ਦਾ ਵਿਚਾਰ ਸੋ ਅਸੀਂ ਕਿਹਾ ਵੀ ਅੱਜ ਦਾ ਵਿਚਾਰ ਹਰ ਕੋਈ ਦਿੰਦਾ ਅਸੀਂ ਚੱਜ ਦਾ ਵਿਚਾਰ ਦਿੰਦੇ ਹਾਂ ਇਹ ਜਿਹੜਾ ਅਸਲ 'ਚ ਚੱਜ ਦਾ ਹੋਏਗਾ ਸੋ ਤਾਂ ਇਸ ਪ੍ਰੋਗਰਾਮ ਦਾ ਵਾਕਈ ਚੱਜ ਦਾ ਹੀ ਹੈਗਾ ਬਿਲਕੁਲ ਹੈਗਾ ਨੋ ਡਾਊਟ ਸ਼ੁਕਰੀਆ ਜੀ ਅੱਛਾ ਦੂਜਾ ਇਹ ਸੀ ਕਿ ਅਸੀਂ ਨਾ ਬਚਪਨ ਤੋਂ ਸੁਣਦੇ ਆ ਰਹੇ ਹਾਂ ਬਚਪਨ ਤੋਂ ਨਾ ਹਮੇਸ਼ਾ
ਚੰਦਾ ਮਾਮਾ ਚੰਦਾ ਮਾਮਾ ਇਹ ਮਾਮੀ ਕੌਣ ਹੈ? ਇਹ ਮਾਮਾ ਛੜਾ ਹੈ। ਅੱਛਾ ਛੜਾ ਨਹੀਂ ਪਰ ਤਫਤੀਸ਼ ਜਾਰੀ ਹੈ। ਅੱਛਾ ਮਾਮੀ ਲੱਭੀ ਨਹੀਂ। ਬੜੀ ਗੱਲ ਹੈ ਇਹ ਤਾਂ ਫਿਰ ਵਾਸ਼ਪੀ ਹੋਣ ਦੀ ਸ਼੍ਰੇਣੀ ਚ ਆ ਗਿਆ ਹੈ ਨਾ ਛੜਾ। ਨਹੀਂ ਇਹ ਅਸਲ ਦੇ ਵਿੱਚ ਜਿਹੜਾ ਚੰਦਾ ਨਾ ਇਹ ਰਾਹੁਲ ਗਾਂਧੀ ਤੋਂ ਪ੍ਰਭਾਵਿਤ ਆ। ਅੱਛਾ ਠੀਕ ਆ। ਇਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੈਂ ਨਹੀਂ ਅਜੇ ਇਹਨਾਂ ਗੱਲਾਂ 'ਚ ਯਕੀਨ ਰੱਖਦਾ ਜੀ। ਅਸੀਂ ਉਹਨੂੰ ਕਿਹਾ ਵੀ ਤੂੰ ਏਦਾਂ ਹੀ ਠੀਕ ਹੈ ਤੇ ਮਾਮੀ ਕਿਉਂਕਿ ਮੁੜ ਕੇ ਹੋ ਸਕਦਾ ਮਾਮੀ ਮਾਮੇ ਨੂੰ ਮਿਲਣ ਨਾ ਦਵੇ ਹੈ ਨਾ ਕਈ ਵਾਰ ਕਈ ਥਾਵਾਂ ਤੇ ਹੋ ਜਾਂਦਾ ਇਸ ਲਈ ਅਸੀਂ ਮਾਮਾ ਛੜਾ ਰੱਖਿਆ ਹੋਇਆ। ਵਾਹ ਜੀ ਵਾਹ। ਇਹ ਤਾਂ ਬਸ ਇਹ ਤਾਂ ਫਿਰ ਇਹਨੇ ਏਦਾਂ ਹੀ ਰਹਿਣਾ ਵਿਚਾਰੇ ਹੈ ਨਾ ਮਾਮੀ ਲੱਭਣੀ। ਅੱਛਾ ਜਦੋਂ ਬਚਪਨ 'ਚ ਕਈ ਵਾਰੀ ਜਿੱਦਾਂ ਕੜਕੇ ਦੀ ਮਤਲਬ ਕੜਾਕੇ ਦੀ ਸਰਦੀ ਪੈ ਰਹੀ ਹੁੰਦੀ ਹੈ ਸਵੇਰੇ ਸਕੂਲ ਦਾ ਟਾਈਮ ਹੁੰਦਾ ਹੈ ਨਾ ਤੇ ਮੰਮੀ ਜਾਂ ਡੈਡੀ ਸਕੂਲ ਭੇਜਣ ਲਈ ਰਜਾਈ ਇਕਦਮ ਖਿੱਚ ਦਿੰਦੇ ਆ ਤੇ ਉਦੋਂ ਤੁਹਾਡੇ ਮੂੰਹ ਕੀ ਨਿਕਲਦਾ ਸੀ? ਮੇਰੀ ਪਤਾ ਕੀ ਨਿਕਲਦੀ ਸੀ? ਮੰਮੀ ਕੀ ਕਰਦੇ ਹੋ? ਅੱਛਾ ਤੁਹਾਨੂੰ ਆਈਫੋਨ ਐਪਲ ਦਾ ਫੋਨ ਪਸੰਦ ਹੈ ਕਿ ਸੈਮਸੰਗ ਨੋਟ ਸੀਰੀਜ਼? ਤੋਹਫਾ ਦੇਣ ਲੱਗੇ ਹੋ? ਦੇਖੋ ਰਜੀਰੂ ਵਾਲੇ ਅਸੀਂ ਮੰਨ ਕੇ ਨੀ ਲੈਂਦੇ ਪਰ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਤੇ ਉਹਦੀ ਮੈਮਰੀ ਮੁਮਰੀ ਚੰਗੀ ਹੋਵੇ ਬੈਟਰੀ ਪੈਕੇਜ ਚੰਗਾ ਹੋਵੇ ਉਹਦਾ ਹੈਂਗ ਨਾ ਹੁੰਦਾ ਹੋਵੇ ਤੇ ਠੀਕ ਆ। ਅੱਛਾ ਭਾਜੀ ਤੁਹਾਨੂੰ ਆਪਣਾ ਟੀਵੀ ਆ ਤੁਹਾਡੇ ਨਾਲ ਇੰਨਾ ਪਿਆਰ ਹੈ ਮਤਲਬ ਤੁਹਾਡੀ ਇੰਨੀ ਅਸੀਂ ਤੁਹਾਨੂੰ ਪਿਆਰ ਕਰਦੇ ਨਹੀਂ ਤੀਜਾ ਵੀ ਆ ਜਾਣਾ ਤੇ ਜਿੱਦਾਂ ਹੁਣ ਭਾਜੀ ਜਿਹੜੀ ਹੁਣ ਸੀਰੀਜ਼ ਚੱਲ ਰਹੀ ਨਾ ਉਹ ਤੁਹਾਡੇ ਲਾਇਕ ਨੀ ਹੈਗੀ? ਕੋਈ ਨੀ ਕੋਈ ਅਸੀਂ ਜਿਹੜਾ ਨਾ 2 ਸਾਲ ਬਾਅਦ ਜਿਹੜਾ ਵਧੀਆ ਐਡਵਾਂਸ ਆ ਰਿਹਾ ਨਾ ਅਸੀਂ ਉਹ ਲੈ ਕੇ ਤੁਸੀਂ ਮੈਨੂੰ 2 ਸਾਲ ਪੁਰਾਣਾ ਦੇ ਦਿਓ। ਬਿਲਕੁਲ ਸਹੀ ਤੁਸੀਂ 2 ਸਾਲ ਪੁਰਾਣਾ ਦੇ ਦਿਓ ਅਸੀਂ ਸਾਲ ਲਾਂਗੇ। ਲੈ ਦੱਸ ਕੀ ਕਰੀਏ ਯਾਰ ਤੁਸੀਂ ਦਾ ਸਵਾਲ ਚ ਫਸਾ ਦਿੱਤੇ ਹੋ। ਅੱਛਾ ਤੇ ਭੈਣ ਜੀ ਕਿਹੜੀ ਮੂਵੀ ਅਤੇ ਕਿਹੜਾ ਉਸ ਮੂਵੀ ਦਾ ਕਰੈਕਟਰ ਕਰਨਾ ਚਾਹੋਗੇ? ਮੈਨੂੰ ਲੱਗਦਾ ਹੈ ਕਿ ਮੈਂ ਮੂਵੀਜ਼ ਲਈ ਬਣੀ ਨਹੀਂ ਹਾਂ। ਮੈਂ ਕੋਈ ਵੀ ਜਿਹੜਾ ਕਿਉਂਕਿ ਜਿਹੜੀ ਇੱਕ ਕਿਰਦਾਰ ਨਿਭਾਉਣਾ ਕਿਸੇ ਦਾ ਬਹੁਤ ਔਖਾ ਹੁੰਦਾ ਹੈ। ਇਹ ਉਹ ਜਿਹੜੇ ਕਹਿੰਦੇ ਨੇ ਜਿਹੜਾ ਕੰਮ ਉਹ ਜਿਹਦਾ ਹੋਵੇ ਉਹਨੂੰ ਹੀ ਚੰਗਾ ਲੱਗਦਾ, ਜਿਸਕਾ ਕੰਮ ਉਸੇ ਕੋ ਸਾਜੇ ਹੈ ਨਾ। ਸੋ ਇਹ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਕਰਦੇ ਨੇ ਜਿਹੜੇ ਇਸ ਕੰਮ ਦੇ ਵਿੱਚ ਨੇ ਉਹ ਵਧੀਆ ਨੇ, ਮਤਲਬ ਉਹ ਆਪਣਾ ਪੂਰਾ 100% ਦੇ ਰਹੇ ਨੇ। ਮੇਰਾ ਉਸ ਕੰਮ ਵੱਲ ਜਾਣ ਦਾ ਕੋਈ ਮਤਲਬ ਨਾ ਦਾ ਵਿਚਾਰ ਹੈ ਹਾਂਜੀ ਤੇ ਨਾ ਹੀ ਕੋਈ ਮੇਰਾ ਦਾ ਲੋੜ ਹੈ। ਪਰ ਇਦਾਂ ਦੇ ਵੀ ਸੁਪਰ ਸਟਾਰ ਨੇ ਜਿਨ੍ਹਾਂ ਦਾ ਇਰਾਦਾ ਨਹੀਂ ਸੀ ਤੇ ਖਿੱਚ ਕੇ ਲੈ ਗਏ ਉਹਨਾਂ ਨੂੰ। ਭਾਜੀ ਸੌਰੀ ਉਹਨਾਂ ਦੇ ਨਾਲ ਟਹਿਣਾ ਸਾਹਿਬ ਕੰਮ ਨਹੀਂ ਸੀ ਕਰਦੇ। ਅੱਛਾ ਇਹ ਵੀ ਗੱਲ ਹੈ ਇਹਨਾਂ ਤੋਂ ਖਿੱਚਣਾ। ਗੁੱਡ ਪੁਆਇੰਟ ਗੁੱਡ ਪੁਆਇੰਟ। ਭੈਣ ਜੀ ਜੇ ਪਰਮਾਤਮਾ ਤੁਹਾਨੂੰ ਇਤਿਹਾਸ ਦੀ ਜੋ ਲੰਘ ਗਿਆ ਉਹਦੀ ਇੱਕ ਘਟਨਾ ਨੂੰ ਬਦਲਣ ਦਾ ਤੁਹਾਨੂੰ ਇੱਕ ਵਰਦਾਨ ਦੇ ਦੇਵੇ ਪਰਮਾਤਮਾ ਤਾਂ ਕਿਹੜੀ ਘਟਨਾ ਬਦਲੋਗੇ ਤੇ ਉਹਦੇ 'ਚ ਕੀ ਬਦਲੋਗੇ? ਮੈਨੂੰ ਲੱਗਦਾ ਕਿ ਇਤਿਹਾਸ ਦੀ ਘਟਨਾ ਤਾਂ ਚਲੋ ਖੈਰ ਇਹ ਬਹੁਤ ਸੋਚ ਵਿਚਾਰ ਵਾਲਾ ਕੰਮ ਹੈ, ਉਹਦੇ ਬਾਬਤ ਤਾਂ ਮੈਨੂੰ ਬਹੁਤਾ ਨਹੀਂ ਪਤਾ, ਮੈਂ ਮਤਲਬ ਔਨ ਦਾ ਸਪੋਟ ਨਹੀਂ ਦੱਸ ਸਕਦੀ। ਪਰ ਮੈਂ ਇੱਕ ਚੀਜ਼ ਜਿਹੜੀ ਹੈ ਜੇਕਰ ਮੇਰੇ ਹੱਥ ਵਸ ਹੋਵੇ ਤਾਂ ਉਹ ਜ਼ਰੂਰ ਇਨਸਾਨਾਂ ਦੇ ਵਿੱਚ ਬਦਲਣਾ ਚਾਹੁੰਦੀ ਹਾਂ। ਉਹ ਹੈ ਉਹਨਾਂ ਦਾ ਕੁਦਰਤ ਦੇ ਪ੍ਰਤੀ ਜੋ ਰਵੱਈਆ ਹੈ, ਕਿਉਂਕਿ ਇਸ ਧਰਤੀ ਦੇ ਉੱਪਰ ਆ ਕੇ ਥੈਂਕਸ ਟੂ ਬਸਰਾ ਫੈਮਿਲੀ, ਥੈਂਕਸ ਟੂ ਸਾਂਝ ਸਪੋਰਟਸ ਐਂਡ ਕਲਚਰਲ ਕਲੱਬ, ਇਸ ਧਰਤੀ ਦੇ ਉੱਪਰ ਆ ਕੇ ਮੈਂ ਜੋ ਕੁਦਰਤ ਦੇ ਨਜ਼ਾਰੇ ਵੇਖੇ ਨੇ, ਜਿੰਨਾ ਕੁਦਰਤ ਨੂੰ ਨੇੜੇ ਵੇਖਿਆ ਹੈ ਨਾ, ਉਹ ਵਾਕਈ ਜ਼ਬਾਨ ਦੇ ਰਾਹੀਂ ਲਫ਼ਜ਼ਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਜੇ ਮੈਂ ਗੱਲ ਕਰਾਂ ਭਾਰਤ ਦੀ ਜਾਂ ਭਾਰਤ ਦੇ ਵਿੱਚ ਵੱਖ ਵੱਖ ਹਿੱਸਿਆਂ ਦੀ, ਤਾਂ ਅੱਜ ਜਿਸ ਤਰੀਕੇ ਦੇ ਨਾਲ ਉੱਥੇ ਬਹੁਤੇ ਲੋਕ, ਸਾਰੇ ਇੱਕੋ ਰੱਸੇ ਨਹੀਂ ਬੰਨੇ ਜਾ ਸਕਦੇ, ਪਰ ਬਹੁਤੇ ਲੋਕ ਜਿਵੇਂ ਕੁਦਰਤ ਦਾ ਘਾਣ ਕਰ ਰਹੇ ਨੇ, ਜਿਵੇਂ ਰੁੱਖਾਂ ਦੀ ਕਟਾਈ ਹੋ ਰਹੀ ਹੈ ਸਿਰਫ ਇੱਕ ਕਹਿੰਦੇ ਤਰੱਕੀ ਦੇ ਨਾਂ ਦੇ ਉੱਪਰ, ਹੈ ਨਾ, ਕਿਉਂਕਿ ਇਹਨਾਂ ਮੁਲਕਾਂ ਨੇ ਸਭ ਤੋਂ ਵੱਧ ਤਰੱਕੀ ਕੀਤੀ ਹੈ। ਸੋ ਮੈਨੂੰ ਨਹੀਂ ਲੱਗਦਾ ਜੇ ਇਹ ਮੁਲਕ ਬਿਨਾਂ ਕੁਦਰਤ ਦਾ ਘਾਣ ਕੀਤਿਆਂ ਤਰੱਕੀ ਕਰ ਸਕਦੇ ਨੇ ਤਾਂ ਸਾਡੇ ਵੀ ਕਰ ਸਕਦੇ ਨੇ। ਸੋ ਮੈਂ ਇਨਸਾਨ ਦਾ ਉਹ ਰਵੱਈਆ ਜਿਹੜਾ ਕੁਦਰਤ ਨੂੰ ਲੈ ਕੇ ਮਾੜਾ ਵਤੀਰਾ ਹੈ ਉਹ ਜ਼ਰੂਰ ਬਦਲਣਾ ਚਾਹੂੰਗੀ। ਬਹੁਤ ਇਹ ਵਾਕਈ
ਤੁਸੀਂ ਬੜੀ ਵਧੀਆ ਚੀਜ਼ ਚੂਜ਼ ਕੀਤੀ ਹੈ ਔਰ ਵਾਕਈ ਇਹਨਾਂ ਨੇ ਟੈਕਨੀਕ ਸੀ ਭਾਅ ਜੀ ਉਹੋ ਜਿਹੀਆਂ ਕੱਢ ਲਈਆਂ ਵੀ ਜੇ ਕੋਈ ਪਹਾੜੀ ਆ ਤੇ ਥੱਲੇ ਉਹ ਬੱਲੀਆਂ ਹੀ ਇੰਨੀ ਡੂੰਘੀਆਂ ਲਾ ਦਿੰਦੇ ਨੇ ਵੀ ਉਹਦਾ ਜਿਹੜਾ ਲੈਵਲ ਹੈ ਸਰਫੇਸ ਫਰਸ਼ ਦੀ ਉਹ ਉੱਦਾਂ ਹੀ ਰਹੂਗੀ ਤੇ ਆਪਣੇ ਹੁਣ ਜਿੱਦਾਂ ਸ਼ਿਮਲੇ ਜਾਓ ਹੋ ਜਾਏ ਪਹਾੜੀਆਂ ਹੀ ਕੱਟੀ ਜਾਂਦੇ ਨੇ ਹਨਾ ਉਹ ਸਾਰੀ ਉਹਦੇ ਸਭ ਤੋਂ ਪਹਿਲਾਂ ਜੇ ਪਹਾੜ ਹੈ ਤਾਂ ਉਹ ਕਹਿੰਦੇ ਪੱਧਰਾ ਕਰ ਲਓ ਤੇ ਜੇ ਪੱਧਰਾ ਹੈ ਕਹਿੰਦੇ ਇੱਥੇ ਭਰਤੀ ਪਾ ਲਓ ਇਹਨੂੰ ਉੱਚਾ ਕਰ ਲਾਂਗੇ ਹਨਾ ਸੋ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦੀ ਹਾਂ ਵੀ ਮੈਂ ਜਿਹੜੇ ਪਰਿਵਾਰ ਤੋਂ ਹਾਂ ਮੇਰੇ ਫਾਦਰ ਸਾਹਿਬ ਕੁਦਰਤ ਦੇ ਬਹੁਤ ਪ੍ਰੇਮੀ ਨੇ ਮੈਂ ਅੱਖੀ ਉਹਨਾਂ ਨੂੰ ਵੇਖਿਆ ਹੋਇਆ ਕਿ ਸਾਡੇ ਘਰ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਹੈ ਵੀ ਇੱਕ ਨਿੰਬੂ ਦਾ ਬੂਟਾ ਹੁੰਦਾ ਸੀ ਤੇ ਉਹਨੂੰ ਨਾ ਸਿਉਂਕ ਲੱਗ ਗਈ ਉਹਦੀ ਜੜ੍ਹ ਨੂੰ ਜਿਹਦੇ ਕਰਕੇ ਉਹ ਸੁੱਕ ਗਿਆ ਤੇ ਜਿਸ ਦਿਨ ਉਸ ਬੂਟੇ ਨੂੰ ਅਸੀਂ ਪੱਟਿਆ ਸੀ ਤੇ ਮੇਰੇ ਪਿਤਾ ਜੀ ਨੇ ਉਹਨੂੰ ਵੀ ਮੱਥਾ ਟੇਕਿਆ ਸੀ ਤੇ ਸ਼ੁਕਰੀਆ ਕਿਹਾ ਸੀ ਵੀ ਅਸੀਂ ਇੰਨੇ ਸਾਲ ਤੇਰੇ ਫਲ ਖਾਧੇ ਨੇ ਤੇ ਇਹਦੇ ਲਈ ਅਸੀਂ ਤੇਰੇ ਦਿਲੋਂ ਸ਼ੁਕਰ ਗੁਜ਼ਾਰ ਹਾਂ ਸੋ ਉਹ ਚੀਜ਼ਾਂ ਜੋ ਤੁਹਾਡੇ ਬਲੱਡ ਦੇ ਵਿੱਚ ਤੁਹਾਨੂੰ ਮਿਲਦੀਆਂ ਨੇ ਤੇ ਮੈਨੂੰ ਲੱਗਦਾ ਇੱਕ ਗੋਡ ਗਿਫਟ ਆ ਬਹੁਤ ਚੰਗੀ ਚੀਜ਼ ਹੈ ਜੀ ਬਹੁਤ ਅੱਛਾ ਤੇ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਜੀ ਤੇ ਦਰਸ਼ਕੋ ਇਸ ਤੋਂ ਬਾਅਦ ਜਿਹੜਾ ਬ੍ਰੇਕ ਤੋਂ ਬਾਅਦ ਦਾ ਜਿਹੜਾ ਹਿੱਸਾ ਹੈ ਕਿ ਮੇਰੀ ਭਾਜੀ ਵੈਲਕਮ ਬੈਕ ਦਰਸ਼ਕੋ ਆਪਣਾ ਟੈਲੀਵਿਜ਼ਨ ਨਿਊਜ਼ੀਲੈਂਡ ਚੈਨਲ 36 ਤੇ ਮੁੜ ਤੋਂ ਤੁਹਾਡਾ ਸਵਾਗਤ ਹੈ ਸਾਂਝ ਸਪੋਰਟਸ ਐਂਡ ਕਲਚਰ ਕਲੱਬ ਦੇ ਵਤੀਰੇ ਨਾਲ ਅੱਜ ਅਸੀਂ ਖੁਸ਼ਕਿਸਮਤ ਹਾਂ ਸਵਰਨ ਟੈਣਾ ਭਾਅ ਜੀ ਅਤੇ ਭੈਣ ਜੀ ਹਰਮਨ ਥਿੰਦ ਸ਼ੁਕਰੀਆ ਜੀ ਭਾਅ ਜੀ ਫਾਸਟ ਅਤੇ ਫਨੀ ਤੇਜ਼ ਅਤੇ ਹਾਸੇ ਵਾਲਾ ਸਵਾਲ ਆ ਰਹੇ ਜੀ ਤੁਹਾਡੇ ਵੱਲ ਹੱਸਣ ਨੂੰ ਬੰਦਾ ਰੱਖਿਆ ਹਾਂਜੀ ਭਾਅ ਜੀ ਜੇ ਪੰਜਾਬ ਰੋਡਵੇਜ਼ ਦੀ ਲਾਰੀ ਬੱਸ ਤੇ ਇੱਕ ਲਗਜ਼ਰੀ ਟੈਕਸੀ ਦਾ ਕਿਰਾਇਆ ਬਰਾਬਰ ਹੋਵੇ ਤੁਸੀਂ ਕਿੱਥੇ ਜਾਓਗੇ ਮੈਂ ਰੋਡਵੇਜ਼ 'ਚ ਜਾਊਂਗਾ ਬਿਲਕੁਲ ਉਹਦਾ ਕਾਰਨ ਪਤਾ ਕੀ ਹੈ ਉਹਦਾ ਕਾਰਨ ਵੀ ਜੇ ਮੈਂ ਟੈਕਸੀ ਕਰਾ ਲਈ ਤਾਂ ਉਹਦੇ ਵਿੱਚ ਤਾਂ ਮੈਂ ਇਕੱਲਾ ਹੀ ਹੋਊਂਗਾ ਤੇ ਫਿਰ ਮੈਨੂੰ ਕੁਛ ਨਵਾਂ ਨਹੀਂ ਮਿਲਣਾ ਪਰ ਜਦੋਂ 500-500 ਲੋਕ ਹੋਣਗੇ ਬੱਸ ਦੇ ਵਿੱਚ ਮੈਂ ਉਹਨਾਂ ਨੂੰ ਵੇਖਦਾ ਜਾਊਂਗਾ ਕੌਣ ਕੀ ਕਰਦਾ ਕਿਵੇਂ ਨਹੀਂ ਕਰਦਾ ਤਾਂ ਮੇਰੀ ਨਵੀਂ ਖਬਰ ਬਣਨੀ ਹੈ ਇਸ ਕਰਕੇ ਆ ਨਾਲੇ ਟੈਕਸੀ ਦੇ ਉੱਤੇ ਕੋਈ ਗੀਤ ਨਹੀਂ ਆਇਆ ਹਲੇ ਤੱਕ ਉਧਰ ਆ ਗਈ ਰੋੜੀ ਵੇ ਇਹਦੇ ਨਾਲ ਬਿਲਕੁਲ ਮੈਂ ਕਿਹਾ ਉਹ ਲਿਖਣ ਵਾਲੇ ਨੂੰ ਵੀ ਇਹੀ ਆਪਸ਼ਨ ਮਿਲੀ ਸੀ ਵੀ ਕਿੱਧਰ ਜਾਣਾ ਨਹੀਂ ਤਾਂ ਟੈਕਸੀ ਤੇ ਸੌਂਗ ਆ ਜਾਣਾ ਸੀ ਅੱਛਾ ਭਾਜੀ ਲੱਕੜ ਆ ਜਿਵੇਂ ਲੱਕੜ ਆ ਹਾਂ ਲੱਕੜ ਤੇ ਦਾਰੂ ਇਹਦੇ ਚ ਕਾਮਨ ਕੀ ਹੈ ਲੱਕੜ ਤੇ ਦਾਰੂ ਚ ਕੀ ਇਹ ਤੁਸੀਂ ਗਲਤ ਬੰਦੇ ਨੂੰ ਗਲਤ ਸਵਾਲ ਪੁੱਛ ਰਹੇ ਹੋ ਦਾਰੂ ਨਹੀਂ ਦਾਰੂ ਮੈਂ ਪੀਂਦਾ ਨਹੀਂਗਾ ਅੱਛਾ ਠੀਕ ਆ ਉਹ ਤਾਂ ਲੱਕੜ ਆ ਜਿਹੜੀ ਇਹਦਾ ਫਰਨੀਚਰ ਬਣਦਾ ਹੈ ਹਾਂਜੀ ਇਸ ਦੇ ਨਾਲ ਜੋੜੀਆਂ ਲੱਗਦੀਆਂ ਹਨ ਇਹਨਾਂ ਨੇ ਹੁਣੇ ਲੱਕੜ ਤੇ ਲੇਖ ਲਿਖ ਦੇਣਾ 20 ਨੰਬਰਾਂ ਦਾ ਤੁਸੀਂ ਇਸ ਲਈ ਗਲਤ ਬੰਦੇ ਨੂੰ ਗਲਤ ਸਵਾਲ ਪੁੱਛਿਆ ਨਹੀਂ ਵੈਸੇ ਮੈਨੂੰ ਵੈਸੇ ਇਹ ਨਹੀਂ ਸੀ ਲੱਗਿਆ ਵੀ ਭਾਜੀ ਕੋਈ ਸ਼ਰਾਬੀ ਨੇ ਜਾਂ ਕਿੱਦਾਂ ਮੈਂ ਉਹ ਨਹੀਂ ਉਹ ਤਾਂ ਮੈਨੂੰ ਫਿਰ ਉੱਤਰ ਸਮਝਾ ਦਿਓ ਵੀ ਇਹ ਚ ਹੈ ਕੋਈ ਸਮਾਨਤਾ ਹਾਂਜੀ ਇਹ ਤੁਸੀਂ ਦੱਸ ਦਿਓ ਇਹਦੇ ਚ ਸਮਾਨਤਾ ਵੈਸੇ ਹੈਗੀ ਕਿ ਬੋਥ ਆਰ ਕੰਬਸਟੀਬਲ ਮਤਲਬ ਅੱਗ ਛੇਤੀ ਫੜਦੇ ਨੇ ਅੱਗ ਜਲਦੀ ਲੱਗ ਜਾਂਦੀ ਹੈ ਅੱਗ ਜਲਦੀ ਲੱਗ ਜਾਂਦੀ ਹੈ ਅੱਛਾ ਤੇ ਦਾਰੂ ਨੂੰ ਇਹ ਕੁਐਸਚਨ ਮੈਨੂੰ ਆਪਣਾ ਮੈਂ ਇੱਕ ਵਾਰੀ ਉੱਥੇ ਚੰਡੀਗੜ੍ਹ ਪੇਪਰ ਦਿੱਤੇ ਸੀਗੇ ਬੈਂਕ 'ਚ ਭਰਤੀ ਹੋਣ ਲਈ ਤੇ ਉਦੋਂ ਦਾ ਇਹ ਚੱਲਦਾ ਆ ਰਿਹਾ ਨਹੀਂ ਪਰ ਤੁਸੀਂ ਵਧੀਆ ਤਰੱਕੀ ਕਰ ਦਿਓ ਕਈਆਂ ਨੂੰ ਵੈਸੇ ਹੀ ਲੱਗ ਜਾਂਦੀ ਹੈ ਉਹ ਵੀ ਹੈਗੀ ਗੱਲ ਭਾਜੀ ਇਹ ਵੀ ਹੈ ਗੱਲ ਬਿਲਕੁਲ ਬਿਲਕੁਲ ਭਾਜੀ ਇੱਕ ਗੰਜਾ ਬੰਦਾ ਜਿਹਦੇ ਵਾਲ ਨਹੀਂ ਹੈਗੇ ਤੇ ਨਾਈ ਕੋਲ ਨਹੀਂ ਜਾਊਗਾ ਕਿੱਥੇ ਜਾਊਗਾ ਉਹ ਉਹਨੇ ਵਿਚਾਰੇ ਕਿੱਥੇ ਜਾਣਾ ਹਾਂਜੀ ਉਹ ਹੇਅਰ ਇੰਪਲਾਂਟਸ ਅੱਜ ਕੱਲ ਚੱਲਦੇ ਨੇ ਮਤਲਬ ਉੱਥੇ ਵਾਲ ਹੋਰ ਜਾ ਕੇ ਲਗਾਉਂਦੇ ਉੱਥੇ ਜਾਊਗਾ ਇੱਕ ਬਿਸਮਿਲ ਫਰੀਦਕੋਟੀ ਸਾਹਿਬ ਨੇ ਉਹਨਾਂ ਦੀ ਰੁਬਾਈ ਹੈ ਕਿ ਗੰਜੀ ਨੂੰ ਵੀ ਕੰਘੀ ਤੇ ਪਿਆਰ ਆਇਆ ਹੈ ਉਹ ਬੜੀ ਖੂਬਸੂਰਤ ਸੀ ਮੇਰੇ ਜ਼ਿਹਨ ਚੋਂ ਨਿਕਲ ਗਈ ਮਤਲਬ ਇਹ ਹੈ ਵੀ ਸਮੇਂ ਦੇ ਨਾਲ ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਕਿ ਅੰਨੀ ਦਿਆਂ ਨੈਣਾਂ 'ਚ ਸ਼ੁਮਾਰ ਆਇਆ ਹੈ ਗੰਜੀ ਨੂੰ ਵੀ ਕੰਘੀ ਤੇ ਪਿਆਰ ਆਇਆ ਹੈ ਤੇ ਖਾਧੇ ਸੀ ਜਿਨ੍ਹਾਂ ਨੇ ਸ਼ਹੀਦਾਂ ਦੇ ਕਫ਼ਨ ਅੱਜ ਉਹਨਾਂ ਦਾ ਸ਼ਹੀਦਾਂ 'ਚ ਸ਼ੁਮਾਰ ਆਇਆ ਹਾਂ ਕੁਝ ਇਹਨਾਂ ਦੀ ਉਹਦੀ 17 ਸਿੰਘ ਆ ਪਰ ਕਹਿਣ ਦਾ ਭਾਵ ਇਹ ਆ ਵੀ ਭਾਈ ਐਂ ਤਾਂ ਹੁੰਦਾ ਹੀ ਰਹਿੰਦਾ ਹੁਣ ਤੱਕ ਤਾਂ ਅਸੀਂ ਇਹ ਸਮਝਦੇ ਰਹੇ ਹਾਂ ਵੀ ਭਾਈ ਜਿਹੜਾ ਗੰਜਾ ਬੰਦਾ ਹੁੰਦਾ ਉਹਦਾ ਮਤਲਬ ਇਹ ਆ ਜਿਹਦੇ ਕੋਲ ਪੈਸੇ ਬਹੁਤ ਆ ਕੁਦਰਤ ਨੇ ਵਾਲ ਝਾੜਦੇ ਪਰ ਹੁਣ ਇਹ ਗੱਲ ਬਿਲਕੁਲ ਗਲਤ ਆ ਕਿਉਂਕਿ ਮੇਰੇ ਕਈ ਮਿੱਤਰਾਂ ਨੇ ਕਰਜ਼ਾ ਫੜ ਕੇ ਵੰਡਵਾਏ ਬਿਲਕੁਲ ਅੱਜ ਕੱਲ੍ਹ ਬਹੁਤ ਹੀ ਟ੍ਰੈਂਡ ਚੱਲਿਆ ਲੋਕੀ ਮਤਲਬ ਬਣੀ ਜਾ ਰਹੇ ਨੇ ਜਵਾਨ ਤੇ ਕਈ ਕਾਰਨ ਨੇ ਕਈਆਂ ਦੇ ਹਾਂਜੀ ਅੱਛਾ ਤੇ ਭਾਜੀ ਇਹ ਦੁਨੀਆ 'ਚ ਟ੍ਰੈਫਿਕ ਲਾਈਟਾਂ ਕਿੰਨੀਆਂ ਨੇ ਬਥੇਰੀਆਂ ਲਾਲ ਪੀਲੀਆਂ ਹਰੀਆਂ
ਤੇ ਗਿਣਤੀ ਤਾਂ ਨਹੀਂ ਹੁੰਦੀ, ਤਿੰਨੋਂ ਟ੍ਰੈਫਿਕ ਲਾਈਟ ਹੁੰਦੀਆਂ ਨੇ। ਹਾਂਜੀ ਹਾਂ, ਤੇ ਪਰ ਮੈਨੂੰ ਗਿਣਤੀ ਤਾਂ ਨਹੀਂ ਕੋਲ ਪਤਾ, ਪਰ ਇਹਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਜੇ ਹਰੀ ਹੋ ਜਾਏ ਤਾਂ ਗੱਡੀ ਤੋੜ ਲਓ, ਉਸ ਤੋਂ ਬਾਅਦ ਰੂੜੀ ਨਹੀਂ ਹੁੰਦੀ ਹੈ। ਹਾਂਜੀ, ਤੇ ਜੇ ਇੱਥੇ ਸਾਡੇ ਪੀਲੀ ਵੀ ਚੱਲਦੀ ਚੱਲਦੀ, ਉਹ ਕਹਿੰਦੇ ਵੀ ਹੁਣ ਤੁਹਾਨੂੰ ਵਾਰਨਿੰਗ ਦੇ ਰਹੇ ਆ ਵੀ ਰੁਕਣ ਰੁਕਣ ਦਾ ਕਰੋ ਕੋਸ਼ਿਸ਼, ਰੁਕ ਜਾਗੇ ਐਵੇਂ ਇੱਥੇ $180 ਲੈਂਦੇ ਬਾਕੀ। ਇਹਨਾਂ ਕੋਲ ਤਿਜੋਰੀ ਹੈਗੀ ਹੈ ਡਾਲਰਾਂ ਵਾਲੀ, ਇਹਨਾਂ ਕੋਲ ਹੈਗੀ ਤਿਜੋਰੀ ਡਾਲਰਾਂ ਵਾਲੀ। ਉਹ ਸੁਪਨੇ 'ਚ ਸੀ ਨਾ, ਅਸਲ ਦੇ ਵਿੱਚ ਅਜੀਤਪਾਲ ਬਤਰਾ ਜੀ ਨੂੰ ਨੇੜੇ ਪੈਣੇ ਆ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦੀ ਗੱਡੀ ਨੂੰ ਵੀ ਆਪਣਾ ਟਿਕਟ ਮਿਲ ਗਈ ਸੀ, ਕੀ ਫਾਇਦਾ ਬੜਾ ਹੀ। ਇੱਥੇ ਤਾਂ ਜਿੰਨੇ ਮਿਨਿਸਟਰ ਨੇ ਹੋਰ ਨੇ, ਤੁਸੀਂ ਉਹਨਾਂ ਨੂੰ ਫੋਨ ਕਰੋ, ਹੈਲੋ ਮੇਰੇ ਬੱਚੇ ਦਾ ਬਰਥਡੇ ਹੈ ਤੁਸੀਂ ਆ ਜਾਓ, ਉਹ ਤਾਂ ਉਸੇ ਵੇਲੇ ਆ ਜਾਂਦੇ ਨੇ। ਅੱਛਾ, ਬੜੇ ਵਿਲੇ ਨੇ, ਕੋਈ ਨਖਰਾ ਨਹੀਂ ਮਾਰਦੇ। ਨਾ ਨਾ, ਕੋਈ ਨਖਰਾ ਨਹੀਂ, ਤੁਸੀਂ ਜਿਹਨੂੰ ਮਰਜ਼ੀ ਬੁਲਾ ਲਓ ਪ੍ਰਾਈਮ ਮਿਨਿਸਟਰ। ਅੱਛਾ, ਪ੍ਰਾਈਮ ਮਿਨਿਸਟਰ ਜਿਹੜੇ ਨੇ ਜਸਿੰਡਾ, ਤੁਹਾਨੂੰ ਲੱਗੇਗਾ ਹੀ ਨਹੀਂ, ਉਹਨੇ ਉਹਨਾਂ ਨੇ ਮੀਟਿੰਗ ਕੋਈ ਹੋ ਰਹੀ ਹੋਏਗੀ ਕਿ ਐਜੂਕੇਸ਼ਨ ਕਮੇਟੀ ਇਹ ਹੋ, ਤੇ ਉਹਨਾਂ ਨੇ ਕਹਿਣਾ ਆਹ ਯੂ ਗਾਟ ਅ ਨਾਈਸ ਬ੍ਰੇਸਲੇਟ, ਭਾਜੀ ਵਾਟ ਅ ਸ਼ਰਟ, ਇਹ ਤਾਂ ਹਾਂ ਬਿਲਕੁਲ ਤੁਹਾਨੂੰ ਬਿਲਕੁਲ ਤੁਸੀਂ ਪਰਤਾ ਲਿਓ ਭਾਵੇਂ। ਬਿਲਕੁਲ ਤੁਹਾਨੂੰ ਨਾ ਇਹਨਾਂ ਚ ਸੇਵਾ ਭਾਵ ਪੂਰੀ ਬਹੁਤ ਚੰਗੀ ਗੱਲ, ਅਸਲ ਚ ਸੇਵਾ ਕਰਦੇ। ਹਾਂਜੀ ਬਿਲਕੁਲ। ਹਾਂਜੀ, ਤੇ ਜਿੱਦਾਂ ਭਾਜੀ ਇੱਕ ਹਾਥੀ ਨੂੰ ਫਰਿੱਜ ਚ ਕਿਵੇਂ ਫਿੱਟ ਕਰੋਗੇ? ਹਾਥੀ ਤਾਂ ਕਾਹਤੋਂ ਫਰਿੱਜ ਵੱਡੀ ਲੈਣੀ ਹੈ, ਸਾਡੇ ਤਾਂ ਦੇਖੋ ਸਾਡੇ ਤਾਂ ਭਾਈ ਗੱਲ ਇਹ ਆ ਬੜੀ ਸਾਫ਼ ਤੇ ਸਪਸ਼ਟ, ਸਾਡੇ ਉੱਥੇ ਇੱਕ ਬਾਬੇ ਨੂੰ ਫਰਿੱਜ ਚਲਾਉਂਦੇ ਆਪਾਂ ਤਾਂ ਜਿਹਦਾ ਬਾਅਦ ਚ ਅਸੀਂ ਕੋਈ ਸਾਰ ਨਹੀਂ ਲੈਂਦੇ ਤੇ ਬਸ ਖਬਰਾਂ ਹੀ ਬਣਾਉਂਦੇ ਆ, ਤੇ ਹਾਥੀ ਉੱਥੇ ਨੂੰ ਫਰਿੱਜ ਚਲਾਉਣ ਦਾ ਸਾਡੇ ਰਿਵਾਜ਼ ਆ। ਜਾਂ ਤਾਂ ਫਰਿੱਜ ਵੱਡੀ ਲਵਾਂਗੇ ਜਾਂ ਹਾਥੀ ਛੋਟਾ ਲਵਾਂਗੇ। ਇਹ ਤਾਂ ਹੈ, ਵੈਸੇ ਸੋਚਣਾ ਪੈਣਾ ਹੈ ਨਾ। ਜੀ ਜੀ। ਅੱਛਾ ਜੇ ਤੁਸੀਂ ਭਾਜੀ, ਮਤਲਬ ਮੈਂ ਦੇਖਿਆ ਹੁਣੇ, ਮੈਂ ਇਹ ਵੀ ਤੁਹਾਡਾ ਦੇਖ ਲਿਆ, ਤੁਸੀਂ ਗਾ ਵੀ ਲੈਂਦੇ, ਤੁਸੀਂ ਬਹੁਤ ਵਧੀਆ ਇੱਕ ਰਾਗ ਜਿਹਾ ਵੀ ਛੱਡਿਆ ਸੀ ਹੁਣੇ, ਇਹ ਵਿੱਚ ਦੇ ਕਦੀ ਕਦੀ ਛੱਡਦੇ ਨੇ ਹਨਾ। ਮੈਂ ਕਿ ਬਚਪਨ ਤੋਂ ਸ਼ੁਰੂ ਕਰਨਾ ਚਾਹੁੰਦਾ ਸੀ, ਫਿਰ ਮੇਰੇ ਕੋਲ ਮੈਂ 2500 ਲਾਈਵ ਰੈਪਟੇਟ ਦੀ ਸਮੱਸਿਆ ਆ ਗਈ ਸੀ, ਇਹ ਬੜਾ ਮੂੰਹ ਨੂੰ ਆ ਗਿਆ ਸੀ, ਫਿਰ ਇਹ ਰੁਕ ਪੜ ਕੇ ਵਾਪਸ ਪਾਇਆ, ਮੇਰਾ ਤਾਂ ਬਾਹਰ ਆ ਚੱਲਿਆ ਸੀ। ਭਾਜੀ ਜੇ ਤੁਸੀਂ ਗੀਤਾਂ ਦੀ ਕੋਈ ਐਲਬਮ ਕੱਢੋਗੇ, ਫੇਰ ਵੀ ਆਪਾਂ ਚਲੋ ਫੇਫੜੇ ਦਾ ਸਾਰਾ ਰੱਖਾਂਗੇ, ਸਾਲ ਦਾ ਡਾਕਟਰ ਤਾਂ ਨਹੀਂ, ਮਤਲਬ ਕੋਈ ਸਪੈਸ਼ਲਿਸਟ ਹੀ ਲਿਆਉਣਾ ਪੈਣਾ ਹੈ ਨਾ, ਤੇ ਤੁਸੀਂ ਫਿਰ ਗੀਤਾਂ ਦਾ ਵਿਸ਼ਾ ਕੀ ਰੱਖੋਗੇ? ਉਸ ਵਿਸ਼ਾ ਦੇਖੋ ਜੀ, ਪਹਿਲੇ ਗੱਲ ਤਾਂ ਇਹ ਮੈਨੂੰ ਤਾਂ ਗਾਉਣਾ ਆਉਂਦਾ ਸੀਗਾ। ਹਾਂਜੀ, ਤੇ ਜੇ ਕਿਤੇ ਮੈਂ ਗਾਉਂਦਾ ਹੁੰਦਾ ਤਾਂ ਫਿਰ ਮੈਂ ਅੱਜ ਦਿਆ ਮਮੂਤਾ ਨਹੀਂ, ਮੈਥੋਂ ਹੋਣਾ ਸੀਗਾ ਕੰਮ ਜਾ ਵੀ, ਜਿਵੇਂ ਤੇਰਾ ਯਾਰ ਦਾ ਕੁੜਤਾ ਲਿਬੜਿਆ ਪਿਆ, ਮੈਂ ਵੈਲੀ ਸੱਤ ਰਿਹਾ, ਇਹ ਮੇਰੇ ਹੀ ਵਸ ਦੀ ਗੱਲ ਹੋਣੀ ਸੀਗੀ, ਤੇ ਨਾ ਮੈਂ ਦੁਖੀ ਤਿੱਖੀ ਠੋਕ ਠੋਕ ਰੱਖਣੇ ਸੀਗੇ। ਠੀਕ ਆ, ਮੈਨੂੰ ਲੱਗਦਾ ਵੀ ਮੈਂ ਥੋੜੇ ਜੇ ਸਹਿਜੇ ਸਹਿਜੇ ਜੇ ਗੀਤ ਗਾਉਣੇ ਸੀਗੇ, ਥੋੜੇ ਜਿਹੇ ਸੱਭਿਆਚਾਰ, ਰੋਟੀ ਕਮਾਉਣ ਦੇ ਲਈ ਮੈਂ ਵਪਾਰਕ ਵੀ ਗਾਉਂਦਾ ਜਿਵੇਂ ਕਿ ਸਾਰਿਆਂ ਨੂੰ ਗਾਉਣੇ ਵੀ ਚਾਹੀਦੇ ਆ, ਪਰ ਮੈਂ ਹਿੰਸਕ ਵਰਤਾਰੇ ਵਾਲੇ, ਔਰਤ ਦੀ ਬੇਪੱਤੀ ਵਾਲੇ, ਨਸ਼ੇ ਵਾਲੇ ਇਹੋ ਜਿਹੇ ਗੀਤ ਬਿਲਕੁਲ ਨਾ ਗਾਉਂਦਾ। ਤੇ ਉਦਾਂ ਜਿਵੇਂ ਮੈਨੂੰ ਆਉਂਦਾ ਹੀ ਨਹੀਂ, ਤੇ ਜੇ ਮੈਨੂੰ ਫੇਰ ਵੀ ਕੋਈ ਪੈਸੇ ਲਾ ਦਿੰਦਾ ਮੇਰੀ ਕੈਸਟ ਦਾ ਨਾਮ ਹੋਣਾ ਤੇ ਖਾਲੀ ਕੈਸਟ ਮਿੱਤਰਾਂ ਦੀ, ਭਾਜੀ ਜਦ ਤੁਹਾਡੇ ਵੱਲ ਵੇਖੀਦਾ ਨਾ, ਤੇ ਤੁਸੀਂ ਚੱਜ ਦਾ ਵਿਚਾਰ ਔਰ ਇਨਫੋਟੇਨਮੈਂਟ ਦੇ ਥਰੂ ਤੁਸੀਂ ਮਤਲਬ ਤਸੱਲੀ ਕਰਾ ਦਿੱਤੀ ਹੋਈ ਹੈ ਨਾ, ਫਿਰ ਜਦੋਂ ਤੁਹਾਡੇ ਵੱਲ ਵੇਖੀਦਾ ਨਾ, ਤੇ ਫਿਰ ਤੁਹਾਨੂੰ ਅਲੱਗ ਅਲੱਗ ਐ ਨਜ਼ਰ ਆਉਂਦਾ ਭਾਜੀ ਏਦਾਂ ਹੋਣ ਜੇ ਏਦਾਂ ਹੋਣ, ਜੇ ਤੁਸੀਂ ਸੁਪਰ ਹੀਰੋ ਹੁੰਦੇ ਜਿਵੇਂ ਸਪਾਈਡਰਮੈਨ ਆ, ਤੇ ਤੁਹਾਡੇ ਕੋਲ ਕਿਹੜੀ ਸੁਪਰ ਪਾਵਰ ਹੁੰਦੀ? ਮੈਨੂੰ ਤਾਂ ਇਉਂ ਲੱਗਦਾ ਕਿ ਮੇਰੇ ਕੋਲ ਪਾਵਰਾਂ ਪੂਰਾ ਤਾਂ ਕਾਫੀਆਂ ਹੋਣੀਆਂ ਸੀਗੀਆਂ, ਤੇ ਉਦਾਂ ਜੇ ਮੈਨੂੰ ਮੌਕਾ ਮਿਲਦਾ ਭਾਈ ਵੀ ਉਹ ਤਾਂ ਜਿਹੜਾ ਉਹ ਸਪਾਈਡਰਮੈਨ ਹੋਣਾ ਜਿਹੜਾ ਉਹ ਤਾਰਾਂ ਜੀਆਂ ਦੇ ਵਿੱਚ ਛੱਡਦਾ ਸਪਾਈਡਰ ਤੋਂ ਜਿਹੜਾ ਜਾਲੇ ਚ ਛੱਡਦਾ ਛੱਡ ਕੇ, ਤੇ
ਤੇ ਭਾਈ ਫਿਰ ਮੈਂ ਜਿਹੜਾ ਬੰਦਾ ਕੋਈ ਔਖਾ ਸੌਖਾ ਹੁੰਦਾ ਉਹਨੂੰ ਬਚਾ ਲੈਂਦਾ, ਠੀਕ ਆ। ਤੇ ਜਿਵੇਂ ਉੱਥੇ ਅੰਮ੍ਰਿਤਸਰ ਦੇ ਵੱਲ ਤੇ ਦੁਸਹਿਰੇ ਦੇ ਮੌਕੇ ਰੇਲ ਗੱਡੀ ਆ ਗਈ, ਉਹਨਾਂ ਲੋਕਾਂ ਨੂੰ ਬਚਾਉਣਾ ਚਾਹੀਦਾ ਸੀ। ਚਲੋ ਉਹ ਤਾਂ ਸਪਾਈਡਰਮੈਨ ਵਾਲੀ ਦੂਰ ਦੀ ਗੱਲ ਆ, ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ, ਜਿੰਨੇ ਕੁ ਲੋਕ ਉੱਥੇ ਖੜੇ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਭਾਈ ਲੀਹ ਤੋਂ ਪਰੇ ਹੋ ਜਾਓ, ਜ਼ਿੰਦਗੀ ਤੁਹਾਡੀ ਬਹੁਤ ਕੀਮਤੀ ਹੈ। ਸੋ ਮੇਰਾ ਖਿਆਲ ਆ ਵੀ ਜੇ ਮੈਂ ਕਿਤੇ ਐਂ ਜੇ ਹੁੰਦਾ ਜਾਲਿਆਂ ਜੁਲਾ ਇਹਨੇ ਚੱਲਦਾ ਤੇ ਮੈਂ ਕੋਈ ਨਾ ਕੋਈ ਦੋ ਚਾਰ ਕੰਮ ਚੰਗੇ ਕਰਦਾ। ਕਿੱਥੇ ਟਾਣਾ ਸਾਹਿਬ, ਤੁਸੀਂ ਉਹੀ ਦਫ਼ਤਰ ਆਉਣਾ ਸੀ ਤੇ ਉੱਥੇ ਆ ਕੇ ਮੈਂ ਇਹ ਕਰਕੇ ਕੱਢਣੀ ਆ, ਮੇਰਾ ਟਾਲੀ ਤੇ ਬਹਿ ਕੇ ਖਵਾਰ ਪੜ ਲੈਂਦਾ। ਬਾਤ ਇਹ ਹੋਣਾ ਸੀ ਵੀ ਦਫ਼ਤਰ ਜਿਹੜਾ ਹੈ ਇਹਨਾਂ ਨੇ ਮਤਲਬ ਦੂਰੋਂ ਜਾਲਾ ਜਾਂ ਛੱਡ ਕੇ ਤਾਂ ਫੱਟ ਦਫ਼ਤਰ ਤੇ ਫੱਟ ਘਰੇ ਇਹੀ ਕਰਨਾ ਸੀ। ਥੋੜਾ ਟਾਈਮ ਜ਼ਿਆਦਾ ਮਤਲਬ ਇੱਕ ਦਿਨ 'ਚ ਹੋ ਸਕਦਾ, ਦੋ ਦੋ ਐਪੀਸੋਡਾਂ ਕੱਢ ਲੈ। ਫਿਰ ਮੈਂ ਘੰਟੇ 'ਚ ਦੋ ਖਬਰ ਦੀ ਖਬਰ ਕਰਿਆ ਕਰਦਾ ਜੀ। ਹਾਂ ਟਾਣਾ ਸਾਹਿਬ ਇੱਕ ਹੋਰ ਪ੍ਰੋਗਰਾਮ ਵੀ ਕਰਦੇ ਸੱਚ ਖਬਰ ਦੀ ਖਬਰ। ਅੱਛਾ, ਖਬਰ ਉਹਦੇ 'ਚ ਖਬਰਾਂ ਦੀ ਖਬਰ ਲੈਂਦੇ ਨੇ। ਕੀ ਬਾਤ ਜੀ, ਉਹਦੇ 'ਚ ਇਕੱਲੇ ਹੁੰਦੇ ਨੇ ਤੇ ਉਸ ਪ੍ਰੋਗਰਾਮ ਨੂੰ ਵੀ ਲੋਕ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ, ਬਹੁਤ ਜ਼ਿਆਦਾ ਉਹਦੀ ਵੀ ਫੈਨ ਫੋਲੋਇੰਗ ਹੈ। ਪ੍ਰਾਈਮ ਏਸ਼ੀਆ ਤੇ ਜੀ, ਪ੍ਰਾਈਮ ਏਸ਼ੀਆ ਦਰਸ਼ਕੋ, ਪ੍ਰਾਈਮ ਏਸ਼ੀਆ ਤੇ ਖਬਰਾਂ ਦੀ ਖਬਰ, ਖਬਰ ਦੀ ਖਬਰ ਉਹ ਵੀ ਸੁਣ ਟੈਣਾ ਭਾਜੀ ਕਰਦੇ ਨੇ ਤੇ ਉਹ ਵੀ ਮਿਸ ਨਹੀਂ ਜੇ ਕਰਨਾ। ਬਿਲਕੁਲ ਸਹੀ ਤੇ ਹੁਣ ਭਾਜੀ ਕੋਈ ਐਸੀ ਸਬਜ਼ੀ ਦਾਲ ਜਿਹੜੀ ਤੁਸੀਂ ਨਾ ਖਾਂਦੇ ਹੋ ਤੇ ਨਾ ਖਾਓਗੇ ਕਦੇ? ਨਾ ਖਾਊਂਗਾ ਕਦੇ ਤਾਂ ਕੋਈ ਵੀ ਨਹੀਂ, ਪਰ ਮੈਨੂੰ ਘੱਟ ਪਸੰਦ ਆ ਜਿਹੜੀ। ਅੱਛਾ, ਤੂੰ ਮੈਨੂੰ ਰਾਜਮਾ ਬਹੁਤ ਘੱਟ ਪਸੰਦ ਆ। ਅੱਛਾ, ਰਾਜਮਾ ਨਹੀਂ ਪਸੰਦ ਮੈਨੂੰ ਘੱਟ ਪਸੰਦ ਆ। ਜੇ ਕੋਈ ਬਦਲ ਹੋਵੇ ਮੇਰੇ ਕੋਲ, ਭੱਠਾ ਪਿਆ ਹੋਵੇ ਤੇ ਇੱਕ ਮਟਰ ਦੀ ਸਬਜ਼ੀ ਹੋਵੇ, ਇੱਕ ਪੀਲੀ ਦਾਲ ਹੋਵੇ, ਤੇ ਪੀਲੀ ਦਾਲ ਖਾਣਗੇ, ਠੀਕ ਆ। ਮੈਂ ਪੀਲੀ ਦਾਲ ਪੈਦੇਦਾਰ ਤੇ ਖਾਊਂਗਾ, ਫਿਰ ਮੈਂ ਮਟਰ ਵੀ ਖਾ ਲੂੰਗਾ, ਖਾ ਮੈਂ ਸਾਰੇ ਲੂੰਗਾ। ਤੇ ਤੁਸੀਂ ਬਣਾਈ ਹੋਊਗੀ ਵਧੀਆ ਤੇ ਮੈਂ ਰਾਜਮਾ ਵੀ ਥੋੜੇ ਜਿਹੇ ਲੈ ਲੂੰਗਾ, ਪਰ ਉਹਦਾ ਮੈਂ ਰਾਜਮਾ ਖੀਰ ਤੇ ਖਾਊਂਗਾ। ਖੀਰ ਤੇ ਖਾਓ। ਔਰ ਇਹ ਗੱਲ ਨਾ ਆਪਣਾ ਭੈਣ ਜੀ, ਮੈਨੂੰ ਮੈਂ ਸ਼ੋਰ ਆ ਬਸਰਾ ਫੈਮਿਲੀ, ਆਪਣਾ ਭੈਣ ਜੀ ਹੋਰੀ ਸਾਰੇ ਉਹਨਾਂ ਨੂੰ ਬਿਲਕੁਲ ਸਹੀ ਪਤਾ ਉਹਨਾਂ ਨੂੰ ਹੈ ਨਾ ਜੀ, ਬਿਲਕੁਲ ਸਹੀ। ਕਿਉਂਕਿ ਤੁਸੀਂ ਹਫਤਾ ਕੱਟਣਾ ਜੇ ਨਾ ਆਏ ਉਹਨਾਂ ਦਾ ਰਾਜਮਾ ਫੇਵਰੇਟ ਹੋਣ, ਰਾਜਮਾ ਖਾਣ ਚ ਸਾਡੀ ਸ਼ੋਭਾ ਨਹੀਂ। ਪਰ ਮੈਂ ਇੱਥੇ ਇਹ ਜ਼ਰੂਰ ਦਰਜ ਕਰਨਾ ਚਾਹੁੰਦੀ ਹਾਂ ਕਿ ਬਸਰਾ ਪਰਿਵਾਰ ਦੇ ਵਿੱਚ ਆ ਕੇ ਸਾਨੂੰ ਬਿਲਕੁਲ ਨਹੀਂ ਲੱਗਿਆ ਕਿ ਇਹ ਅਸੀਂ ਆਪਣੇ ਪਰਿਵਾਰ ਚੋਂ ਨਿਕਲ ਕੇ ਕਿਤੇ ਹੋਰ ਆਏ ਹਾਂ। ਔਰ ਉਹ ਇੰਨੇ ਪਿਆਰ ਨਾਲ ਖਵਾਉਂਦੇ ਨੇ, ਇੰਨੇ ਪਿਆਰ ਦੇ ਨਾਲ ਉਹ ਤੁਹਾਡੇ ਨਾਲ ਪੇਸ਼ ਆਉਂਦੇ ਨੇ ਕਿ ਮੈਨੂੰ ਲੱਗਦਾ ਰਾਜਮਾ ਛੱਡ ਕੇ ਹੋਰ ਵੀ ਜਿਹੜੀ ਮਰਜ਼ੀ ਚੀਜ਼ ਉਹ ਮੋਹਰੇ ਰੱਖ ਦੇ ਤੇ ਤੁਸੀਂ ਉਹ ਦੋ ਤਿੰਨ ਕੌਲੀਆਂ ਭਰ ਕੇ ਵੈਸੇ ਹੀ ਖਾ ਜਾਓ। ਤੇ ਕੱਲ੍ਹ ਇਹਨੇ ਦੋ ਤਿੰਨ ਕੌਲੀਆਂ ਖਾਧੀਆਂ ਬਹੁਤ ਨਹੀਂ ਓਦਾਂ। ਵੈਸੇ ਭੈਣ ਜੀ ਬੜੀ ਰੱਬ ਦੀ ਨਾ ਇਹ ਸਮਝੋ ਮਿਹਰ ਹੀ ਆ ਆਪਣੇ ਜਿੰਨੇ ਪੰਜਾਬੀ ਪਰਿਵਾਰ ਨੇ ਨਾ, ਤੁਹਾਨੂੰ ਕਿਤੇ ਵੀ ਜਾਓਗੇ ਤੁਹਾਨੂੰ ਬਸਰਾ ਫੈਮਿਲੀ ਵਰਗਾ ਹੀ ਪਿਆਰ ਉੱਥੇ ਮਿਲਣਾ ਤੇ ਉਹਨਾਂ ਦੇ ਪਿਆਰ ਵਰਗਾ ਹੀ ਤੁਹਾਨੂੰ ਪਿਆਰ ਬਸਰਾ ਫੈਮਿਲੀ ਚ ਮਿਲਣਾ। ਬੜੇ ਨਾ ਕਲੋਜ਼ ਨਿਟਡ ਆਪਣੀ ਪੰਜਾਬੀ ਫੈਮਿਲੀਜ਼ ਨੇ। ਤੇ ਆਪਣਾ ਭਾਜੀ ਜਿੱਦਾਂ ਹੁਣ ਤੁਹਾਡੇ ਸਾਹਮਣੇ ਦੋ ਚੀਜ਼ਾਂ ਨੇ, ਠੀਕ ਹੈ ਜੀ। ਇੱਕ ਹੈਗਾ ਪੰਛੀ ਵਾਂਗੂ ਉੱਡਣਾ ਤੇ ਦੂਜਾ ਹੈਗਾ ਮੱਛੀ ਵਾਂਗੂ ਤੈਰਨਾ। ਪੰਛੀ ਵਾਂਗੂ ਉੱਡੂਗਾ ਜੀ ਮੈਂ, ਕੀ ਬਾਤ ਹੈ, ਠੀਕ ਹੈ ਨਾ। ਮੈਂ ਉੱਡੂਗਾ, ਖਬਰਾਂ ਖਬਰਾਂ ਲੱਭ ਕੇ ਲਿਆਉਂ, ਮੱਛੀ ਨਾਲ ਜਾਣਗੇ ਅਖਬਾਰ ਗਿੱਲੀ ਹੋ ਜਾਣੀ ਹੈ, ਮੈਨੂੰ ਕਹਿੰਦੇ ਛਿਲ ਕੇ ਖਾ ਲੈਣਾ। ਵੈਸੇ ਮੈਂ ਵੈਜੀਟੇਰੀਅਨ, ਮੈਂ ਐਗ ਵੀ ਨੀ ਖਾਧਾ ਕਦੇ ਤੇ ਮਤਲਬ ਨਾ ਐਗ ਨਾ। ਅੱਛਾ, ਹੋਰ ਦੇਖੋ ਵੀ ਬਾਜ਼ਾਰ ਜਾਈਦਾ ਨਾ ਤੇ ਬਿਸਕੁਟ ਵੀ ਦੇਖੀਦਾ, ਇੰਗਰੀਡੀਅਨ ਐਗ ਤਾਂ ਨੀ ਹੈਗਾ। ਅੱਛਾ, ਹਾਂ ਮਤਲਬ ਬਿਲਕੁਲ। ਪਰ ਇਹਦੇ ਚ ਕੋਈ ਮੈਂ ਇਹਦਾ ਧਾਰਮਿਕ ਕਾਰਨ ਨਹੀਂ, ਮਨ ਦੀ ਗੱਲ ਨਹੀਂ, ਬਿਲਕੁਲ ਧਾਰਮਿਕ ਕਾਰਨ ਨਹੀਂ ਆ ਇਹਦਾ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਵੀ ਜੇ ਮੇਰੇ ਜਿੱਦਾਂ ਜੇ ਕੋਈ ਮੁਸਲਮਾਨ ਭਰਾ ਨੇ, ਸਿੱਖ ਭਰਾ ਨੇ, ਮੇਰੇ ਦੋਸਤ ਹੈ, ਤੇ ਜੇ ਉਹਨਾਂ ਚੋਂ ਜਾਂ ਆਪਣੇ ਹਿੰਦੂ ਪਰਿਵਾਰ ਆ ਸ਼ਰਮਿਆਂ ਚੋਂ ਵੀ, ਮੈਂ ਸ਼ਰਮਾ ਫੈਮਿਲੀ, ਤੇ ਉਹ ਵੀ ਜੇ ਕੋਲ ਬਹਿ ਕੇ ਅਸੀਂ ਟੇਬਲ ਤੇ ਉਹ ਆਪਣਾ ਜੇ ਨੌਨ ਵੈਜ ਕੋਈ ਬੀਫ ਕੁਛ ਵੀ ਖਾ ਰਹੇ ਹੋਣ, ਤੁਹਾਨੂੰ ਕੋਈ ਸਮੱਸਿਆ ਨਹੀਂ? ਨਹੀਂ, ਮੇਰੇ ਲਈ ਉਹਨਾਂ ਦਾ ਉਹ ਇੱਕ ਰਿਸਪੈਕਟੇਬਲ ਫੂਡ ਆ, ਮੈਂ ਨਹੀਂ ਖਾਊਂਗਾ। ਹੋਣਾ ਵੀ ਇੱਦਾਂ ਹੀ ਚਾਹੀਦਾ ਕਿਉਂਕਿ ਹਰੇਕ ਦੀ ਆਪਣੀ ਚੁਆਇਸ ਹੁੰਦੀ ਹੈ, ਹਰੇਕ ਬੰਦਾ ਆਪਣੇ ਹਿਸਾਬ ਨਾਲ ਖਾਂਦਾ, ਸੋ ਹਰੇਕ ਦੇ ਫੂਡ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਇਸ ਕਰਕੇ ਮੱਛੀ ਵੀ ਸੇਫ ਹੈ ਜੇ ਦੇਖ ਲਓ ਜੇ ਤੁਸੀਂ ਤੈਰਨਾ ਤੇ। ਨਹੀਂ ਨਹੀਂ, ਉਹ ਸਿਰਫ ਤੁਹਾਡੇ ਤੋਂ ਸੇਫ ਹੈ ਨਾ, ਬਾਕੀਆਂ ਕੀ ਕਰਾਂਗੇ? ਮੁੜ ਕੇ ਅਸੀਂ ਟਾਣਾ ਸਾਹਿਬ ਲੱਭਦੇ ਰਵਾਂਗੇ ਵੀ ਕਿੱਥੇ ਇੱਥੇ ਛੱਡੇ ਸੀ। ਆਖਰ ਨੂੰ ਕੁਝ ਪ੍ਰੋਬਲਮ ਹੋਈ, ਇਹ ਪੰਛੀ ਠੀਕ ਹੈ। ਹਾਂ, ਸਹੀ ਸਹੀ ਗੱਲ ਹੈ ਜੀ। ਤੇ ਬਾਕੀ ਆਪਣਾ ਭਾਜੀ ਇੱਕ ਨਾ ਬੜੀ ਮਤਲਬ ਬੜਾ ਵੱਡਾ ਮੁੱਦਾ ਦੁਨੀਆ ਦੇ ਵਿੱਚ ਜੀ, ਔਰ ਉਸ ਮੁੱਦੇ ਤੋਂ ਕੋਈ ਨਹੀਂ ਬਚਿਆ, ਚੰਦਾ ਮਾਮਾ ਬਚਿਆ ਹੋਇਆ, ਠੀਕ ਹੈ ਜੀ। ਤੇ ਉਹ ਮੁੱਦਾ ਹੈ ਵੀ ਜਦੋਂ ਵਿਆਹ ਕਰਾਉਣ ਵਾਲਾ ਜਿਹੜਾ ਵਿਚੋਲਾ ਨਾ, ਓਲਾ ਹੀ ਆ ਉਹ, ਠੀਕ ਹੈ, ਉਹ ਵਿਚੋਲਾ ਨਾ ਇੱਕ ਕਾਮਨ ਗਲਤੀ ਕਰਦਾ,
ਜਿੰਨੇ ਵਿਚੋਲੇ ਨੇ ਵਿਆਹ ਕਰਾਉਣ ਲੱਗੇ ਇੱਕ ਕਾਮਨ ਗਲਤੀ ਕਰਦੇ ਨੇ, ਉਹ ਕਿਹੜੀ ਗਲਤੀ ਕਰਦੇ? ਦੇਖੋ ਮੁੰਡੇ ਬਾਰੇ ਕਹਿੰਦੇ ਵੀ ਬਿਲਕੁਲ ਬਹੁਤ ਸ਼ਰੀਫ ਆ, ਇਹਦਾ ਜਵਾਬ ਮੈਂ ਵੀ ਦਊਂਗੀ, ਸਵਾਲ ਇਹਨਾਂ ਲਈ ਸੀ ਪਹਿਲੇ ਹੀ ਦੇ ਲਾਂ। ਬੀਬੀ ਬਾਰੇ ਕਹਿੰਦੇ ਆ ਵੀ ਭਾਈ ਇਹ ਬਿਲਕੁਲ ਸ਼ਰਮੀਲੀ ਆ, ਭੋਲੀ ਆ, ਮੁੰਡੇ ਬਾਰੇ ਵੀ ਐਂ ਕਹਿੰਦੇ ਆ, ਉਸ ਦੇ ਵਿੱਚ ਗੱਲਾਂ ਨੂੰ ਲੁਕੋ ਕੇ ਰੱਖਦੇ ਆ, ਇਹ ਬਹੁਤ ਮਾੜੀ ਗੱਲ ਆ। ਤੇ ਐਂ ਨਹੀਂ ਹੁੰਦਾ ਗਾ ਜਿਵੇਂ ਉਹ ਕਹਿੰਦੇ ਆ ਆਪਦੀ ਭਾਈ ਨਿਰਖ ਪਰਖ ਕਰੋ ਤੇ ਫਿਰ ਗੱਲ ਬਣਦੀ ਆ। ਮੈਂ ਜਵਾਬ ਦਿਆਂ ਹੁਣ, ਇਹਦਾ ਇੱਕੋ ਹੀ ਜਵਾਬ ਆ, ਇੱਕੋ ਹੀ, ਉਹ ਇਹ ਆ ਕਿ ਉਹ ਵਿਆਹ ਕਰਵਾਉਂਦੇ ਨੇ। ਅੱਛਾ, ਕੌਮਨ ਗਲਤੀ, ਕਿਉਂਕਿ ਬਹੁਤ ਘੱਟ ਥਾਵਾਂ ਤੇ ਤਾਰਾਂ ਸਹੀ ਜੁੜਦੀਆਂ ਨੇ, ਨਹੀਂ ਤਾਂ ਸਾਰੀ ਜ਼ਿੰਦਗੀ ਪਟਾਕੇ ਪੈਂਦੇ ਨੇ ਤੇ ਫਿਰ ਬੰਦਾ ਉਹ ਪਟਾਕੇ ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਪਰ ਅੱਜ ਕੱਲ ਸੋਸ਼ਲ ਮੀਡੀਆ ਤੇ ਪਟਾਕੇ ਛੱਡੀ ਵੀ ਜਾ ਰਹੇ ਲੋਕ, ਤੇ ਪਰ ਤੁਹਾਡੀ ਗੱਲ ਹੈ ਵੀ ਜਿਹੜੇ ਸਮਝਦਾਰ ਲੋਕ ਨੇ ਉਹ ਨਹੀਂ ਦੱਸ ਪਾਉਂਦੇ। ਜੀ ਬਿਲਕੁਲ ਸਹੀ, ਆਪਾਂ ਵੀ ਨਹੀਂ ਕਦੀ ਦੱਸਿਆ, ਹੋ ਗਿਆ ਦਿਲ ਵਿੱਚ ਰਹਿ ਜਾਣੀ ਚਾਹੀਦੀ, ਨਾਲ ਹੀ ਜਾਣੀ ਚਾਹੀਦੀ। ਹਰ ਥਾਂ ਤੇ ਪਿੱਟ ਨਹੀਂ ਬੋਲਿਆ ਜਾਂਦਾ, ਬਿਲਕੁਲ ਨਹੀਂ, ਪਰ ਹਰੇਕ ਬੰਦਾ ਔਖਾ ਨਹੀਂ ਹੈ ਵਿਆਹ ਤੋਂ, ਇਹ ਵੀ ਹਰੇਕ ਬੰਦਾ ਸੌਖਾ ਵੀ ਨਹੀਂ ਹੈ। ਬਹੁਤ ਸਾਰੇ ਇਹੋ ਜਿਹੇ ਕਪਲਸ ਵੀ ਨੇ, ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਆਪਣੀ ਵਿਆਹਤਾ ਜ਼ਿੰਦਗੀ ਚ ਬਹੁਤ ਖੁਸ਼ ਨੇ ਤੇ ਉਹਨਾਂ ਨੂੰ ਵੇਖ ਕੇ ਵਾਕਈ ਲੱਗ ਜਾਂਦਾ ਬੰਦੇ ਨੂੰ ਵਿਆਹ ਕਰਾਉਣਾ ਚਾਹੀਦਾ। ਕੁਝ ਲੋਕ ਸੁਖੀ ਨੇ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਸਲਾਮ ਤੇ ਮੁਬਾਰਕ। ਜੀ ਮੈਂ ਨਾ ਜਿਹੜਾ ਇੱਕ ਬੜੇ ਦਿਲ ਦੀ ਗੱਲ ਆਈ ਆ, ਇੱਥੋਂ ਤੁਸੀਂ ਲਾ ਲਿਓ ਹਿਸਾਬ ਵੀ ਮੈਂ ਸੌਖਾ ਕਿ ਔਖਾ। ਇੱਕ ਨਾ ਸੰਸਕ੍ਰਿਤ ਦਾ ਸ਼ਲੋਕ ਹੈਗਾ, ਪਤਨੀ ਮਨੋਰਮਾ ਦੇਹੀ, ਪਤਨੀ ਮਨੋਰਮ ਦੇਹੀ, ਦੇਹੀ ਪਤਨੀ ਮਨੋਰਮਾ ਦੇਹੀ ਮਨੋਵ੍ਰਿਤਾਣੁਮ ਸਾਰਿਣਿਮ, ਠੀਕ ਹੈ, ਮਨੋਵ੍ਰਿਤਾਣੁਮ ਸਾਰਿਣਿਮ ਤਾਰਿਣਿਮ ਦੁੱਖ ਦਰਿਦ੍ਰਸਹ, ਠੀਕ ਹੈ। ਪਤਨੀ ਮਨੋਰਮਾ ਦੇਹੀ ਕਿ ਮੇਰੇ ਮਨ ਦੇ ਅਕੋਰਡਿੰਗਲੀ ਮੇਰੇ ਮਨ ਨੂੰ ਜਿਹੜੀ ਭਾਉਂਦੀ ਹੈ ਉਹੋ ਜਿਹੀ ਪਤਨੀ ਦੇਹੀ, ਤੇ ਪਤਨੀ ਮਨੋਰਮਾ ਦੇਹੀ ਤੇ ਵਿੱਚ ਲਾਈਨ ਕੀ ਸੀ? ਪਤਨੀ ਵੱਲ ਧਿਆਨ ਚਲ ਗਿਆ ਨਾ, ਮੈਂ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਬਸ ਇੱਕ ਗੱਲ ਕਰ, ਪਾਰਟੀ ਕਰਦੇ ਰਹਿ ਗਏ ਭਰਾਵਾ। ਜਿਹੜੇ ਦੁੱਖ ਦਾ ਜਿਹੜਾ ਇਹ ਜਿਹੜਾ ਦੁਖੀ ਲੋਕ ਹੈ ਇਹਦੇ ਚ ਤਾਰ ਦੇਵੇ। ਬਿਲਕੁਲ ਠੀਕ ਹੈ, ਗੱਲ ਹੁਣ ਇਹ ਹੈ ਵੀ ਆਪਣਾ ਮੈਂ ਤੇ ਮੇਰਾ ਤੇ ਜੀ ਨਹੀਂ ਕਰ ਰਿਹਾ ਵੀ ਆਪਣਾ ਪ੍ਰੋਗਰਾਮ ਖਤਮ ਕਰੀਏ, ਨਹੀਂ ਨਹੀਂ ਆਪਾਂ ਕਰਦੇ, ਫਿਰ ਤੁਸੀਂ ਚਾਹ ਪਾਣੀ ਵੀ ਪੀਣਾ, ਰੋਟੀ ਨਹੀਂ ਖਿੱਚਣ ਲੱਗ ਰਿਹਾ, ਉਹ ਤਾਂ ਮੈਂ ਰੋਟੀ ਤੋਂ ਬਾਅਦ ਵੀ ਚਾਹ ਪੀ ਲੈਂਦਾ। ਤੇ ਓ ਮਾਈ ਗੋਡ, ਸਾਹ ਚੜ ਗਿਆ, ਪਹਿਲਾਂ ਆਲਸੂ ਕਢਾ ਤੇ ਹੁਣ ਸਾਹ ਚੜਾ ਚੁੱਕਿਆ। ਚਾਹ ਪੀਂਦੇ ਪੀਂਦੇ ਫੋਨ ਚਾਰਜਿੰਗ ਤੇ ਲਾ ਦਿਓ, ਫਿਰ ਅਸੀਂ ਜਾਂਦੇ ਲੈ ਕੇ ਵੀ ਜਾਣੇ। ਨਹੀਂ ਉਹ ਵੈਸੇ ਪਹਿਲੀ ਵਾਰੀ ਨਾ ਕਹਿੰਦੇ ਵੀ ਆਪਣਾ ਨਾ 28 ਘੰਟੇ ਲਾਣੇ ਪੈਣੇ ਆ ਚਾਰਜਿੰਗ ਤੇ ਫਿਰ ਬੈਟਰੀ ਦੀ ਲਾਈਫ ਪੂਰੀ ਹੋ ਜਾਂਦੀ ਆ। ਅਸੀਂ ਮੁੜ ਕੇ ਆ ਜਾਾਂਗੇ, ਕੁਝ ਜ਼ਿਆਦਾ ਨਹੀਂ, ਤੁਸੀਂ ਮੇਰੇ ਵਾਲੇ ਬਣੋ, ਅਸੀਂ ਹਫਤਾ ਇੱਥੇ ਹੀ ਆ, ਮੈਂ ਫੋਨ ਲੈ ਕੇ। ਜੀ ਕਿਉਂਕਿ ਉਹਨਾਂ ਦੇ ਕਰਕੇ ਅਸੀਂ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਸਾਨੂੰ ਮੌਕਾ ਮਿਲਿਆ, ਸੋ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਔਰ ਆ ਦੇਖ ਲੋ ਦਰਸ਼ਕੋ ਹਜੇ ਵੀ ਅੱਖਾਂ ਹੱਸ ਹੱਸ ਕੇ ਖਿੱਲੀਆਂ ਨੇ ਤੇ ਹਜੇ ਹੋਰ ਦਿਲ ਕਰ ਰਿਹਾ ਕਿ ਹਨਾ, ਮੈਂ ਸੱਚੀ ਕਹਿ ਰਿਹਾ ਮੇਰੇ ਖਿਆਲ ਵਨ ਆਫ ਦਾ ਟੌਪ ਟਾਈਮ ਹੈ ਵੀ ਜਿੱਥੇ ਨਾ ਪ੍ਰੋਗਰਾਮ ਫਿਨਿਸ਼ ਕਰਨ ਨੂੰ ਦਿਲ ਨਹੀਂ ਕਰ ਰਿਹਾ, ਸੱਚੀ ਕਹਿ ਰਿਹਾ, ਮਿਹਰਬਾਨੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਤੇ ਦਰਸ਼ਕੋ ਇਹ ਸਨ ਸਵਰਨ ਟੈਣਾ ਜੀ ਅਤੇ ਭੈਣ ਜੀ ਹਰਮਨ ਥਿੰਦ ਜੀ ਤੇ ਆਪਣਾ ਸਾਂਝ ਸਪੋਰਟਸ ਕਲਚਰ ਤੇ ਸਾਂਝ ਸਪੋਰਟਸ ਐਂਡ ਕਲਚਰ ਕਲੱਬ ਆਕਲੈਂਡ ਨਿਊਜ਼ੀਲੈਂਡ ਨੇ ਇਹ ਆਪਣਾ ਜੋ ਇਹ ਪੂਰਾ ਹਫ਼ਤਾ ਚੱਲਣਾ, ਕੱਲ੍ਹ ਵੀ ਇੱਕ ਸ਼ਾਮ ਨੂੰ ਪ੍ਰੋਗਰਾਮ ਹੈ, ਪਤਾ ਨਹੀਂ ਉਹਦਾ ਦੱਸਣਾ ਚਾਹੀਦਾ ਕਿ ਨਹੀਂ, ਵੀ ਇਹ ਨਾ ਹੋਵੇ ਉੱਥੇ ਪੈਰ ਰੱਖਣ ਦੀ ਜਗ੍ਹਾ ਨਾ ਰਵੇ ਮੁੜ ਕੇ। ਨਹੀਂ ਉਹ ਸਾਂਝ ਸੈਂਟਰ ਦੇ ਵਿੱਚ ਆ। ਅੱਛਾ, ਤੇ ਉਹ ਸ਼ਾਮੀ 6 ਤੋਂ ਲੈ ਕੇ 8 ਵਜੇ ਤੱਕ, ਅੱਜ ਕਿੰਨੀ ਤਰੀਕ ਇੱਥੋਂ ਦੀ? ਹਾਂਜੀ ਅੱਜ ਹੋ ਗਈ ਜੇ ਕਿੰਨੀ ਹੋਈ 6
ਕਿੰਨੀ ਤਰੀਕ ਹੈ? ਅੱਛਾ ਕਰਨਾ ਨਹੀਂ ਤੁਸੀਂ? ਮਿਲਦੇ ਮੀਟ ਗ੍ਰੀਟ ਤੇ ਜੇ ਕਿਸੇ ਨੇ ਉੱਥੇ ਕਿਉਂਕਿ ਇਨਵੀਟੇਸ਼ਨ ਓਨਲੀ ਹੋਣਾ ਤੇ ਜੇ ਉਹ ਕਰਨਾ ਤੇ ਸਾਂਝ ਸਪੋਰਟਸ ਕਲੱਬ ਨੂੰ ਕਰ ਸਕਦੇ ਨੇ ਤੇ ਬਸਰਾ ਫੈਮਿਲੀ ਨੂੰ ਕੰਟੈਕਟ ਕਰ ਸਕਦੇ ਆ। ਤੇ ਮੁੜ ਤੋਂ ਮੈਂ ਸ਼ਬਦ ਜੇ ਨਹੀਂ ਲੱਭ ਰਹੇ ਕਿਵੇਂ ਪ੍ਰੋਗਰਾਮ ਫਿਨਿਸ਼ ਕਰੀਏ। ਮੈਂ ਕਰ ਦਿੰਦਾ ਭਾਜੀ ਤੁਸੀਂ। ਉਤਮ ਸ਼ਰਮਾ ਜੀ ਨੇ ਬਹੁਤ ਕਮਾਲ ਦੇ ਸਾਨੂੰ ਸਵਾਲ ਕੀਤੇ ਤੇ ਅਸੀਂ ਆਪਣਾ ਟੀਵੀ ਦੇ ਬੇਹੱਦ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਦਾ ਠਰਮਾ, ਇਹਨਾਂ ਦੀ ਸਹਿਜਤਾ, ਸਵਾਲ ਪੁੱਛਣ ਦਾ ਤਰੀਕਾ ਜਿਹੜਾ ਉਹ ਬੜਾ ਵਧੀਆ। ਇਹ ਪੋਲੇ ਪੋਲੇ ਸਵਾਲ ਪੁੱਛਦੇ ਆ ਜਿਵੇਂ ਪੀੜ ਦਾ ਲੱਗਦੇ ਆ। ਇਹਨਾਂ ਦੀ ਇਹ ਅਦਾ ਮੈਂ ਬੇਹੱਦ ਪ੍ਰਸੰਨ ਚਿੱਤਾ ਤੇ ਹੁਣ ਤੋਂ ਸਾਨੂੰ ਆ ਗਿਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਥੈਂਕ ਯੂ ਸੋ ਮਚ।